ਹੈਲੋ ਮਾਈ ਡੀਅਰ ਫਰੈਂਡਸ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਰਾਜਵੀਰ ਕਾਲੇਕੇ। ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਇਆ ਹਾਂ ਮੁਲਾਕਾਤ। ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਤੁਹਾਡੇ ਪਹਿਲਾਂ ਵੀ ਰੂਬਰੂ ਕਰਦੇ ਹਾਂ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਤੇ ਇਨਵਾਈਟ ਕਰਦੇ ਹਾਂ ਉਹਨਾਂ ਨੂੰ ਤਾਂ ਕਿ ਸਾਨੂੰ ਮੌਕਾ ਮਿਲਦਾ ਹੈ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਜਾਣਨ ਦਾ। ਸੋ ਦੋਸਤੋ, ਅੱਜ ਆਪਣੇ ਪ੍ਰੋਗਰਾਮ ਮੁਲਾਕਾਤ ਦੇ ਵਿੱਚ ਸਾਡੇ ਨਾਲ ਜੁੜੇ ਨੇ ਡਾਕਟਰ ਮੰਗਲ ਸਿੰਘ ਸੰਧੂ ਜੀ, ਮਾਨਯੋਗ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜੀ। ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ, ਮੇਰੇ ਵੱਲੋਂ ਤੇ ਸਾਡੀ ਰੇਡੀਓ ਸਿਟੀ 24 ਦੀ ਪੂਰੀ ਟੀਮ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਆਖਿਆ ਜਾਂਦਾ ਹੈ ਤੇ ਸਾਰੇ ਲਿਸਨਰਸ ਆਪ ਜੀ ਦਾ ਪ੍ਰੋਗਰਾਮ ਮੁਲਾਕਾਤ ਦੇ ਵਿੱਚ ਸਵਾਗਤ ਕਰਦੇ ਹਨ। ਤੇ ਨਾਲ ਹੀ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਸਾਰੇ ਲਿਸਨਰਸ ਦੇ ਲਈ ਸਮਾਂ ਕੱਢ ਕੇ ਉਹਨਾਂ ਦੇ ਰੂਬਰੂ ਹੋਏ ਹੋ। ਜੀ ਆਇਆਂ ਨੂੰ ਡਾਕਟਰ ਸਾਹਿਬ। ਹਾਂਜੀ ਕਾਲਕ ਜੀ, ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਰੇਡੀਓ ਸਿਟੀ 24 ਨੂੰ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਉੱਤੇ ਆਪਣਾ ਸੱਦਾ ਦਿੱਤਾ ਔਰ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਾਉਣ ਦਾ ਮੌਕਾ ਦਿੱਤਾ। ਮੈਂ ਆਪਣੇ ਤਹਿ ਦਿਲੋਂ ਤੁਹਾਡਾ ਸ਼ੁਕਰ ਗੁਜ਼ਾਰਾਂ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਮੈਂ ਆਪ ਸਭ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅੱਜ ਡਾਕਟਰ ਮੰਗਲ ਸਿੰਘ ਸੰਧੂ ਜੀ ਆਪਣੇ ਨਾਲ ਜੁੜ ਚੁੱਕੇ ਨੇ, ਤਾਂ ਅੱਜ ਆਪਾਂ ਉਹਨਾਂ ਦੇ ਨਾਲ ਸਮਾਜ ਵਿੱਚ ਜੋ ਉਹਨਾਂ ਦੇ ਵਿਭਾਗ ਵੱਲੋਂ ਕਿਸਾਨੀ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਸੰਬੰਧੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਉਸ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਕਹਾਂਗਾ ਵੀ ਤੁਸੀਂ ਆਪਣੇ ਜੀਵਨ ਬਾਰੇ ਥੋੜਾ ਜਿਹਾ ਵਿਸਥਾਰ ਪੂਰਵਕ ਸਾਡੇ ਲਿਸਨਰਸ ਨੂੰ ਜਾਣਕਾਰੀ ਦੇਣਾ ਜੀ। ਹਾਂਜੀ ਕਾਲਕ ਜੀ, ਮੈਂ ਆਪਣੇ ਇੱਕ ਛੋਟਾ ਜਿਹਾ ਪਿੰਡ ਸ੍ਰੀ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਮਲੋੜ ਬੋਰ ਰੋਡ ਦੇ ਉੱਤੇ ਸਥਿਤ ਹੈ ਪਿੰਡ ਪੱਕੀ ਟੀਬੀ, ਔਰ ਉਹਦੇ ਦੋ ਪਿੰਡ ਨੇ, ਇੱਕ ਚੱਕ ਊਧਮ ਸਿੰਘ ਪੱਕੀ ਟੀਬੀ ਐਂਡ ਪੱਕੀ ਟੀਬੀ। ਜਿਹੜਾ ਚੱਕ ਊਧਮ ਸਿੰਘ ਪੱਕੀ ਟੀਬੀ ਹੈ ਜੀ, ਮੇਰੇ ਦਾਦਾ ਜੀ ਦੇ ਨਾਂ ਦੇ ਉੱਤੇ ਹੈ, ਔਰ ਇੱਥੋਂ ਹੀ ਮੈਂ ਆਪਣਾ ਜੰਮਪਲ ਵੱਡਾ ਹੋਇਆ, ਔਰ ਇੱਥੋਂ ਦੇ ਜਿਹੜਾ ਪ੍ਰਾਇਮਰੀ ਸਕੂਲ ਸੀ ਉਸ ਟਾਈਮ ਦੇ ਉੱਤੇ, ਉੱਥੋਂ ਮੈਂ ਆਪਣੀ ਪੰਜਵੀਂ ਦੀ ਜਿਹੜੀ ਵਿਦਿਆ ਲਈ। ਉਸ ਤੋਂ ਬਾਅਦ 5 ਕਿਲੋਮੀਟਰ ਦੂਰ ਸਾਡੇ ਇੱਕ ਗੌਰਮੈਂਟ ਹਾਈ ਸਕੂਲ ਹੁੰਦਾ ਸੀ ਜੀ, ਔਰ ਮਲੂਕਪੁਰ ਵਿਖੇ ਅਸੀਂ, ਮੈਂ ਉੱਥੇ ਫਿਰ 10ਵੀਂ ਤੱਕ ਮੈਂ ਜਿਹੜੀ ਉੱਥੇ ਪੜ੍ਹਾਈ ਕੀਤੀ, ਔਰ ਮੈਂ ਆਪਣੇ ਸਕੂਲ ਦੇ ਵਿੱਚੋਂ ਫਸਟ ਆਇਆ ਸੀਗਾ ਜੀ। ਉਸ ਤੋਂ ਬਾਅਦ ਜਿਹੜੇ ਮੇਰੇ ਗ੍ਰੈਂਡ ਫਾਦਰ ਸੀ, ਦਾਦਾ ਜੀ ਸਰਦਾਰ ਊਧਮ ਸਿੰਘ ਜੀ, ਉਹਨਾਂ ਨੇ ਇਹ ਸੋਚਿਆ ਕਿ ਸਾਡੇ ਉਦੋਂ ਸਾਡੇ ਗ੍ਰਾਮ ਸੇਵਕ ਵਗੈਰਾ ਆਉਂਦੇ ਸੀ, ਸਟੇਪ ਵਗੈਰਾ ਸਾਰੀ ਜ਼ਮੀਨ ਤੇ ਬਣਦੀ ਸੀ, ਔਰ ਉਹਨਾਂ ਨੇ ਕਿਹਾ ਕਿ ਆਪਣੇ ਮੁੰਡੇ ਨੂੰ ਗ੍ਰਾਮ ਸੇਵਕ ਵਾਲੀ ਜਿਹੜੀ ਪੜ੍ਹਾਈ ਹੈ ਇਹਦੇ 'ਚ ਕਰਵਾ ਦਈਏ। ਔਰ ਸਾਡੇ ਰਿਲੇਟਿਵ ਸੀ ਅੰਮ੍ਰਿਤਸਰ ਵਿਖੇ, ਉਹਨਾਂ ਪ੍ਰੋਫੈਸਰ ਜਗੀਰ ਸਿੰਘ ਭੁੱਲਰ, ਉਹ ਸਬੱਬ ਨਾਲ ਆਏ ਔਰ ਉਹਨਾਂ ਨੂੰ ਮੇਰੇ ਬਾਪੂ ਜੀ ਕਹਿਣ ਲੱਗੇ ਕਿ ਇਹ ਮੁੰਡਾ ਸਾਡਾ ਜਿਹੜਾ ਹੈਗਾ ਇਹਨੂੰ ਆਪਾਂ ਨਾ ਖੇਤੀਬਾੜੀ ਵਾਲੀ ਜਿਹੜੀ ਪੜ੍ਹਾਈ ਦੇ ਰਹੀਏ, ਲੁਧਿਆਣੇ ਸੁਣਿਆ ਵੀ ਉੱਥੇ ਖੇਤੀਬਾੜੀ ਦੀ ਪੜ੍ਹਾਈ ਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਨਹੀਂ ਜੀ, ਚਾਚਾ ਜੀ ਇਹ ਆਪਣੇ ਖਾਲਸਾ ਕਾਲਜ ਅੰਮ੍ਰਿਤਸਰ 'ਚ ਵੀ ਖੇਤੀਬਾੜੀ ਦੀ ਪੜ੍ਹਾਈ ਹੈ ਔਰ ਮੈਂ ਇਹਨੂੰ ਉੱਥੇ ਹੀ ਐਡਮਿਸ਼ਨ ਲੈ ਰਿਹਾਗਾ। ਖੈਰ ਉਹ ਅਜੇ ਮਹੀਨੇ ਬਾਅਦ ਰਿਜ਼ਲਟ ਜਦੋਂ ਆਇਆ ਸੀਗਾ ਤੇ ਉਹ ਮਹੀਨੇ ਬਾਅਦ ਫਿਰ ਉਹਨਾਂ ਦੇ ਉੱਥੇ ਦਾਖਲੇ ਖੁੱਲ੍ਹੇ, ਔਰ ਮੈਨੂੰ ਉੱਥੇ ਘਰਦਿਆਂ ਨੇ ਬੱਸ 'ਤੇ ਬਿਠਾ ਤਾ ਮਲੋੜ ਤੋਂ, ਕਹਿੰਦੇ ਵੀ ਅੰਮ੍ਰਿਤਸਰ ਚਲੇ ਜਾ, ਨਾਲ ਉਹਨਾਂ ਨੇ ਐਡਰੈਸ ਲਿਖਤਾ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਫ਼ਰ ਸੀ ਕਿ ਮੈਂ ਮਲੋੜ ਬੋਰ ਤੋਂ ਚੱਲਦਾ ਹੋਇਆ ਸਿੱਧਾ ਅੰਮ੍ਰਿਤਸਰ ਵਿਖੇ ਪਹੁੰਚਿਆ ਜੀ। ਜਦੋਂ ਅੰਮ੍ਰਿਤਸਰ ਵਿਖੇ ਮੈਂ ਪਹੁੰਚਿਆ ਤੇ ਉੱਥੇ ਜਦੋਂ ਖਾਸ ਬੱਸ ਅੱਡੇ ਤੋਂ ਉੱਤਰ ਕੇ ਲੋਕਲ ਬੱਸ ਪਕੜੀ, ਉਹ ਨੰਬਰ ਲਿਖੇ ਸੀ ਸਾਰੇ, ਔਰ ਮੈਂ ਇੱਕ ਬੱਚਾ ਹੀ ਸੀਗਾ ਉਦੋਂ 10ਵੀਂ ਤੋਂ ਬਾਅਦ, ਤੁਸੀਂ ਦੇਖੋ ਬੱਚਾ ਇੱਕ ਪਿੰਡ ਚੋਂ ਨਿਕਲ ਕੇ ਤੇ ਐਡੇ ਵੱਡੇ ਸ਼ਹਿਰ 'ਚ ਜਾਂਦਾ, ਔਰ ਮੈਂ ਬਿਲਡਿੰਗਾਂ ਵੱਡੀਆਂ ਵੇਖ ਕੇ ਹੈਰਾਨ ਹੋ ਰਿਹਾ ਸੀ। ਔਰ ਜਦੋਂ ਮੈਂ ਖਾਲਸਾ ਕਾਲਜ ਦੇ ਅੱਗੋਂ ਦੀ ਟੱਪਿਆ ਤੇ ਉਹ ਬਿਲਡਿੰਗ ਜਿਹੜੀ ਸੀ ਉਹ ਗੁਰਦੁਆਰਾ ਸਾਹਿਬ ਵਰਗੀ ਜਾਪੀ, ਮੈਂ ਮੱਥਾ ਵੀ ਟੇਕਿਆ ਬੱਸ 'ਚ ਬੈਠੇ ਨੇ ਵੀ ਬਹੁਤ ਸ਼ਾਨਦਾਰ ਗੁਰਦੁਆਰਾ, ਮੈਂ ਮਨ 'ਚ ਕਹਿ ਰਿਹਾ ਸੀ। ਔਰ ਮੈਂ ਅੱਗੇ ਜਾ ਕੇ ਯੂਨੀਵਰਸਿਟੀ ਉਦੋਂ ਨਵੀਂ ਨਵੀਂ ਬਣੀ ਸੀ ਗੁਰਦਾਨ ਕਰੇ ਯੂਨੀਵਰਸਿਟੀ, ਤੇ ਉੱਥੇ ਮੈਂ ਕਿਹਾ ਜੀ ਮੈਂ ਤੇ ਖਾਲਸਾ ਕਾਲਜ ਜਾਣਾ, ਉਹ ਕੰਡਕਟਰ ਕਹਿਣ ਲੱਗਾ ਨਹੀਂ ਜੀ ਇੱਥੇ ਉਤਰ ਜਾਓ, ਉਹ ਪਿੱਛੇ ਰਹਿ ਗਿਆ ਨਾਲ ਹੀ ਹੈ। ਮੈਂ ਉੱਥੋਂ ਜਦੋਂ ਖਾਲਸਾ ਕਾਲਜ ਦੇ ਤੁਰ ਕੇ ਆਇਆ ਔਰ ਉੱਥੇ ਜਾ ਕੇ
ਮੈਂ ਵੇਖਿਆ ਵੀ ਅੱਗੇ ਸਾਹਮਣੇ ਚਾਹ ਦੀਆਂ ਦੁਕਾਨਾਂ ਤੋਂ ਮੈਂ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਪ੍ਰੋਫੈਸਰ ਜਗੀਰ ਸਿੰਘ ਭੁੱਲਰ ਜੋ ਮੇਰੇ ਅੰਕਲ ਸੀ ਉਹ ਉੱਥੇ ਖਾਲਸਾ ਕਾਲਜ ਦੇ ਵਿੱਚ ਉਹਨਾਂ ਨੂੰ ਰੈਜੀਡੈਂਸ ਸੀਗਾ, ਉੱਥੇ ਜਾ ਕੇ ਸਰ ਮੈਂ ਆਪਣਾ ਜਿਹੜਾ ਉਹਨਾਂ ਦੇ ਘਰੇ ਗਿਆ ਔਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਹੈਗੀ ਸੀਗੀ ਉਹ ਮੈਨੂੰ ਪ੍ਰੈਪ ਐਗਰੀਕਲਚਰ ਚ ਦਾਖਲਾ ਮਿਲ ਗਿਆ ਔਰ ਨਾਲ ਹੀ ਮੇਰੇ ਹੋਸਟਲ ਜਿਹੜਾ ਉਹ ਮੈਨੂੰ ਮਿਲ ਗਿਆ ਔਰ ਮੇਰੇ ਘਰਦਿਆਂ ਨੇ ਜਦੋਂ ਮੈਨੂੰ ਭੇਜਿਆ ਸੀ ਉਹਨਾਂ ਨੇ ਕਿਹਾ ਸੀਗਾ ਕਾਕਾ ਜੇਕਰ ਤੂੰ ਪੜ੍ਹ ਲਏਗਾ ਤੇ ਆਪਣੀ ਤੇਰੀ ਜ਼ਿੰਦਗੀ ਬਣ ਜਾਏਗੀ, ਨਹੀਂ ਤੇ ਫਿਰ ਪਿੰਡ ਤੈਨੂੰ ਮੱਝਾਂ ਚਾਰਨੀਆਂ ਪੈਣੀਆਂ ਔਰ ਜਿਹੜੀ ਵਾਹੀ ਕਰਨੀ ਪੈਣੀ ਹੈ। ਹਾਂਜੀ ਸੋ ਕਾਲੇ ਕੇ ਸਾਹਿਬ ਮੈਂ ਆਪਣੀ ਜਦੋਂ ਉੱਥੇ ਪੜ੍ਹਾਈ ਕੀਤੀ ਮੈਂ ਪਹਿਲੇ ਸਾਲ ਹੀ ਮੈਂ ਯੂਨੀਵਰਸਿਟੀ ਚੋਂ ਪ੍ਰੈਪ ਐਗਰੀਕਲਚਰ ਚੋਂ ਫਸਟ ਆਇਆ ਜੀ ਯੂਨੀਵਰਸਿਟੀ ਚੋਂ ਔਰ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਔਰ ਮੈਂ BSc ਐਗਰੀਕਲਚਰ ਦੀ ਯੂਨੀਵਰਸਿਟੀ ਚੋਂ ਫਸਟ ਰਹਿ ਕੇ ਜਿਹੜੀ ਪਹਿਲੇ ਸਥਾਨ ਤੇ ਰਹਿ ਕੇ ਡਿਗਰੀ ਲਈ, ਉਸ ਤੋਂ ਬਾਅਦ ਮੈਂ MSc ਦੇ ਵਿੱਚੋਂ ਵੀ ਯੂਨੀਵਰਸਿਟੀ ਚੋਂ ਟੋਪਰ ਰਿਹਾ ਜੀ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਨਿਕਲਦਿਆਂ ਹੀ ਮੈਨੂੰ ਜੋਬ ਮਿਲ ਗਈ, ਮੈਂ ਬਾਗਬਾਨੀ ਇੰਸਪੈਕਟਰ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਜੀ। ਇੱਕ ਸਾਲ ਤੋਂ ਬਾਅਦ ਮੈਂ PPSC ਦੇ ਵਿੱਚ ਫਿਰ ਖੇਤੀਬਾੜੀ ਇੰਸਪੈਕਟਰ ਸਿਲੈਕਟ ਹੋਇਆ ਔਰ ਸਵਾ ਪੰਜਾਂ ਸਾਲਾਂ ਦੇ ਵਿੱਚ ਮੈਂ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚੋਂ ਮੇਰੀ ਜਿਹੜੀ ਹੈ ਬਤੌਰ ਖੇਤੀਬਾੜੀ ਅਫਸਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਮੇਰੀ ਪਹਿਲੇ ਸਥਾਨ ਦੇ ਉੱਤੇ ਜਿਹੜੀ ਸਿਲੈਕਸ਼ਨ ਹੋਈ ਜੀ ਔਰ ਜਿਸ ਦੀ ਬਦੌਲਤ ਮੈਂ ਆਪਣੀ ਛੋਟੀ ਉਮਰਾਂ ਦੇ ਵਿੱਚ ਇੱਕ ਗੈਸਟ ਆਫੀਸਰ ਖੇਤੀਬਾੜੀ ਵਿਭਾਗ 'ਚ ਬਣ ਗਿਆ ਜੀ ਔਰ ਮੇਰੇ ਮਨ ਦੀ ਤਮੰਨਾ ਸੀ ਕਿ ਮੈਂ MSc ਤੋਂ ਬਾਅਦ PhD ਵੀ ਕਰਨਾ ਚਾਹੁੰਦਾ ਸੀ। ਸਬੱਬ ਦੇ ਨਾਲ ਉਹ ਸਾਲ ਬਾਅਦ ਹੀ ਸਵਾ ਸਾਲ ਬਾਅਦ ਹੀ ਇੱਕ ਸਾਡੇ ਵਿਭਾਗ ਦੇ ਵਿੱਚੋਂ ਜਿਹੜਾ ਹੈਗਾ ਸੀਗਾ ਸਾਡੀ ਇੱਕ ਐਕਸਟੈਂਸ਼ਨ ਐਂਡ ਟ੍ਰੇਨਿੰਗ ਵਿਸਤਾਰ ਅਤੇ ਸਿਖਲਾਈ ਜਿਹੜਾ ਹੈਗਾ ਸੀ ਪ੍ਰੋਗਰਾਮ ਦੇ ਤਹਿਤ ਵਰਲਡ ਬੈਂਕ ਦੇ ਪ੍ਰੋਜੈਕਟ ਦੇ ਵਿੱਚ ਮੈਨੂੰ PhD ਕਰਨ ਵਾਸਤੇ ਵੀ ਮੈਨੂੰ ਸਿਲੈਕਸ਼ਨ ਹੋ ਗਈ ਜੀ। ਮੈਂ ਫਿਰ ਯੂਨੀਵਰਸਿਟੀ 'ਚ ਮੈਂ ਡਾਕਟਰੇਟ ਦੀ ਜਿਹੜੀ ਪੜ੍ਹਾਈ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਔਰ ਮੈਂ ਆਪਣਾ ਹਾਂਜੀ ਮੈਂ PhD ਜਿਹੜੀ ਆਪਣੀ ਯੂਨੀਵਰਸਿਟੀ ਦੇ ਵਿੱਚ ਕਰਨ ਉਪਰੰਤ ਮੈਂ ਵਾਪਸ ਆਪਣੇ ਵਿਭਾਗ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਮੇਰੀ ਮੈਂ ਜਿਹੜਾ ਹੈਗਾ ਸੀ ਮੁੱਖ ਖੇਤੀਬਾੜੀ ਅਫਸਰ ਮੈਨੂੰ ਲਾਇਆ ਗਿਆ ਹੁਸ਼ਿਆਰਪੁਰ ਵਿਖੇ ਜੀ। ਹੁਸ਼ਿਆਰਪੁਰ ਵਿਖੇ ਮੈਂ ਮੁੱਖ ਖੇਤੀਬਾੜੀ ਅਫਸਰ ਦੇ ਦੌਰਾਨ ਮੈਂ ਉੱਥੇ ਇੱਕ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਦਾ ਜਿਹੜੀ ਉਹ ਅਸਟੈਬਲਿਸ਼ ਕਰਵਾਈ ਔਰ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਰੋਡ ਬਾਰਡਰ ਦਾ ਕੰਮ ਕਰ ਰਹੀ ਹੈ ਔਰ ਉਸ ਤੋਂ ਬਾਅਦ ਮੈਨੂੰ ਫਿਰ ਜੁਆਇੰਟ ਡਾਇਰੈਕਟਰ ਐਗਰੀਕਲਚਰ ਪ੍ਰਮੋਟ ਕਰ ਦਿੱਤਾ ਗਿਆ ਪਲਾਂਟ ਪ੍ਰੋਡਕਸ਼ਨ ਦਾ, ਉਹਦੇ 'ਚ ਕਾਫੀ ਕੰਮ ਕੀਤਾ ਜੀ ਔਰ ਇਸ ਦੇ ਨਾਲ ਹੀ ਮੈਂ ਜੁਆਇੰਟ ਡਾਇਰੈਕਟਰ ਇਨੋਵੇਸ਼ਨ ਐਂਡ ਪ੍ਰੋਸੈਸ, ਜੁਆਇੰਟ ਡਾਇਰੈਕਟਰ ਕੈਸ਼ ਕਰਾਪ, ਜੁਆਇੰਟ ਡਾਇਰੈਕਟਰ ENT ਔਰ ਇਸ ਦੇ ਨਾਲ ਨਾਲ ਹੀ ਮੈਂ ਪੰਜਾਬ ਦਾ 7 ਸਾਲ ਗੇਮ ਕਮਿਸ਼ਨ ਰਿਹਾ ਜੀ। ਉਹਦੇ 'ਚ ਮੈਂ ਨਵੀਆਂ ਤਕਨੀਕਾਂ ਜਿਹੜੀਆਂ ਉਹ ਕਿਸਾਨਾਂ ਨੂੰ ਦਿੱਤੀਆਂ ਔਰ ਕਿਸਾਨਾਂ ਦਾ ਜਿਹੜਾ ਭਾਅ ਜਿਹੜਾ ਉਹ ਸਰਕਾਰ ਦੇ ਉੱਤੋਂ ਪੂਰਾ ਰੈਮੂਨਰੇਟਿਵ ਜਿਹੜੀਆਂ ਹੈਗਾ ਉਹ ਕਰਵਾਇਆ ਜੀ ਔਰ ਜਿਹੜੀਆਂ ਗੰਨੇ ਦੇ ਵਿੱਚ ਮੈਂ ਜਿਹੜਾ ਕੰਮ ਕੀਤਾ ਜੀ ਉਹਦੇ 'ਚ ਮੈਂ ਇੱਕ ਸਿੰਗਲ ਬੱਡ ਟੈਕਨੀਕ ਟ੍ਰੈਂਚ ਵਿਧੀ ਔਰ ਇਸ ਦੇ ਨਾਲ ਇੰਟਰਕ੍ਰੋਪਿੰਗ ਨੂੰ ਮੈਂ ਪ੍ਰਮੋਟ ਕੀਤਾ ਜਿਸ ਦੇ ਨਾਲ ਕਿਸਾਨਾਂ ਦੀ ਇਕਨੋਮਿਕ ਪੋਜੀਸ਼ਨ ਜਿਹੜੀ ਵਧੀ ਔਰ ਐਡੀਸ਼ਨਲ ਇਨਕਮ ਹੋਈ ਔਰ ਇਸ ਦੀ ਬੜੀ ਸਰਾਹਨਾ ਹੋਈ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਅਸੀਂ ਵਾਟਰ ਸੇਵਿੰਗ ਜਿਹੜੀ ਆ ਕੁਮਾਰ ਦੇ ਵਿੱਚ ਕਰਨ ਦੇ ਵਿੱਚ ਕਾਮਯਾਬ ਹੋਏ ਜੀ। ਟ੍ਰੈਂਚ ਸੋਇੰਗ ਦੇ ਨਾਲ ਅਸੀਂ 35-40% ਜਿਹੜਾ ਉਹ ਪਾਣੀ ਦੀ ਸੇਵਿੰਗ ਕਰ ਸਕਦੇ ਹਾਂ ਜੀ ਔਰ ਇਸ ਦੇ ਨਾਲ ਜਿਹੜਾ ਬੀਜ ਸੀਗਾ ਜਿਹੜੀ ਸਿੰਗਲ ਬੱਡ ਵਿਧੀ ਆ ਉਹਦੇ ਨਾਲ ਅਸੀਂ ਜਿੱਥੇ 30-35 ਕੁਆਂਟਲ ਗੰਨੇ ਦਾ ਬੀਜ ਪਾਉਂਦੇ ਸੀ ਉਹਨੂੰ ਘਟਾ ਕੇ 5-6 ਕੁਆਂਟਲ ਕੀਤਾ ਔਰ ਇਹ ਨਵੀਆਂ ਤਕਨੀਕਾਂ ਸੀਗੀਆਂ ਜਿਹੜੀਆਂ ਕਿ ਯੂਨੀਵਰਸਿਟੀ ਨੂੰ ਵੀ ਅਸੀਂ ਅਗਵਾਈ ਦਿੱਤੀ ਔਰ ਇਸ ਦੇ ਨਾਲ ਨਾਲ ਉਸ ਤੋਂ ਬਾਅਦ ਜੀ ਮੈਂ ਡਾਇਰੈਕਟਰ ਸੀ ਸਰਟੀਫਿਕੇਸ਼ਨ ਅਥਾਰਟੀ ਲੱਗਿਆ। ਉਸ ਟਾਈਮ ਦੇ ਉੱਤੇ 2.5-3 ਲੱਖ ਕੁਆਂਟਲ ਜਿਹੜਾ ਬੀਜ ਪੈਦਾ ਹੁੰਦਾ ਸੀਗਾ, ਮੈਂ 4-5 ਸਾਲ ਜਿਹੜਾ ਉਹ ਵੀ ਮੈਂ ਰਿਹਾ ਜੀ। ਉਹਦੇ 'ਚ ਮੈਂ 15 ਲੱਖ ਕੁਆਂਟਲ ਜਿਹੜਾ ਹੈਗਾ ਸਰਟੀਫਾਈਡ ਸੀਡ ਜਿਹੜਾ ਪੰਜਾਬ ਦੇ ਵਿੱਚ ਤਿਆਰ ਕਰਵਾਇਆ ਔਰ ਇੱਕ ਬੜੀ ਵੱਡੀ ਉਪਲਬਧੀ ਰਹੀ ਜੀ। ਉਸ ਤੋਂ ਬਾਅਦ ਮੈਨੂੰ ਡਾਇਰੈਕਟਰ ਖੇਤੀਬਾੜੀ ਵਿਭਾਗ ਬਣਨ ਦਾ ਮੌਕਾ ਮਿਲਿਆ ਔਰ ਪਿਛਲੇ 2.5 ਸਾਲ ਹੋ ਗਿਆ ਮੈਨੂੰ ਲੱਗਿਆ ਨੂੰ ਜਦੋਂ ਮੈਂ ਡਾਇਰੈਕਟਰ ਐਗਰੀਕਲਚਰ ਲੱਗਿਆ ਜੀ। ਉਸ ਵਕਤ
ਕਣਕ ਦਾ ਝਾਰ ਸੂਬੇ ਦੇ ਵਿੱਚ ਬੜੀ ਸਟੈਗਨੇਸ਼ਨ ਸੀਗੀ ਔਰ ਇਹ ਮੰਨਿਆ ਜਾ ਰਿਹਾ ਸੀ ਕਿ 450 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵੱਧ ਜਿਹੜਾ ਝਾੜ ਨਹੀਂ ਹੋ ਸਕਦਾ ਔਰ ਮੈਂ ਇਸ ਦਾ ਬੜਾ ਸਟੱਡੀ ਕੀਤੀ ਔਰ ਮੈਂ ਇਹ ਵੇਖਿਆ ਵੀ ਇਹਦੇ ਵਿੱਚ ਜਿਹੜਾ ਹੈਗਾ ਜੈਲੋ ਰਸਟ ਜਿਹੜੀ ਉਹ ਪੈਂਦੀ ਆ ਔਰ ਜਿਸ ਕਰਕੇ ਸਾਡਾ ਝਾੜ ਘਟਦਾ ਔਰ ਇਸ ਦੀ ਮੈਂ ਆਉਂਦਿਆਂ ਹੀ ਕੰਪੇਨ ਜਦੋਂ ਕਿ ਕਣਕ ਦੀ ਉਦੋਂ ਬਿਜਾਈ ਹੋ ਰਹੀ ਸੀਗੀ ਔਰ ਮੈਂ ਦਸੰਬਰ ਦੇ ਉੱਤੋਂ ਹੀ ਇਹ ਕੰਪੇਨ ਚਲਾ ਕੇ ਔਰ ਮੈਂ ਜੈਲੋ ਰਸਟ ਦਾ ਕੰਟਰੋਲ ਕੀਤਾ ਔਰ ਹਰੀ ਕ੍ਰਾਂਤੀ ਤੋਂ ਬਾਅਦ ਪਹਿਲੀ ਵਾਰ ਇਹ ਹੋਇਆ ਕਿ 5 ਕੁਇੰਟਲ ਪ੍ਰਤੀ ਹੈਕਟਰ ਜਿਹੜਾ ਸਾਡਾ ਝਾੜ ਵਧਿਆ ਔਰ ਬੰਪਰ ਰਿਕਾਰਡ ਹੁਣ ਤੱਕ ਦੀ ਜਿਹੜੀ ਪੰਜਾਬ ਦੇ ਵਿੱਚ ਹੋਈ ਅਸੀਂ ਇੱਕ ਰਿਕਾਰਡ ਤੋੜ ਪੈਦਾਵਾਰ ਕਰਕੇ ਨਵਾਂ ਇਤਿਹਾਸ ਸਿਰਜਦਾ ਜੀ 5097 ਕਿਲੋਗ੍ਰਾਮ ਪ੍ਰਤੀ ਹੈਕਟਰ ਦੇ ਹਿਸਾਬ ਦੇ ਨਾਲ ਝਾੜ ਹੋਇਆ ਇਹ ਇੱਕ ਮੇਰੀ ਬੜੀ ਵੱਡੀ ਮੈਂ ਸਮਝਦਾ ਕਿ ਮੇਰੀ ਜਿਹੜੀ ਸੋਚ ਸੀਗਾ ਉਹਨੂੰ ਬੂਰ ਪਿਆ ਔਰ ਇਸ ਦੇ ਨਾਲ ਜਿਹੜਾ ਹਰਿਆਣਾ ਤੇ ਯੂਪੀ ਵਰਗੇ ਜਿਹੜੀ ਹੈ ਸੀ ਜਿੱਥੇ ਜੈਲੋ ਰਸਟ ਦਾ ਪ੍ਰਕੋਪ ਹੋ ਜਾਂਦਾ ਸੀਗਾ ਉਹਨੂੰ ਵੀ ਕੰਟਰੋਲ ਹੋਇਆ ਔਰ ਭਾਰਤ ਸਰਕਾਰ ਨੂੰ ਇਹ ਮੈਂ ਦੱਸਿਆ ਕਿ ਇਹਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਇਹ ਪਹਾੜਾਂ ਤੋਂ ਆਉਂਦੀ ਹੈ ਔਰ ਇਸ ਗੱਲ ਦੇ ਨਾਲ ਅਸੀਂ ਹੁਣ ਇਸ ਕਾਬਲ ਹੋਏ ਹਾਂ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਨੂੰ ਨਜਾਤ ਪਹੁੰਚ ਕਾਮਰਾ ਹੈ ਉਸ ਤੋਂ ਅਗਲੇ ਸੀਜ਼ਨ ਦੇ ਵਿੱਚ ਡਰਾਊਟ ਲਾਈਕ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਬੜਾ ਪੰਜਾਬ ਦੇ ਵਿੱਚ ਰਿਕਾਰਡ ਤੋੜ ਪੈਦਾਵਾਰ ਕਰ ਦਿੱਤੀ ਜੀ ਝੋਨੇ ਦੇ ਵਿੱਚ ਜਿਹੜਾ ਸਾਡਾ ਉਹ ਵੀ ਇੱਕ ਰਿਕਾਰਡ ਹੈ 4000 ਕਿਲੋਗ੍ਰਾਮ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਹੋਇਆ ਇਹ ਸਾਰੀ ਜੁਡੀਸ਼ੀਅਸ ਯੂਜ਼ ਆਫ ਇਰੀਗੇਸ਼ਨ ਹੈ ਜਿਹਦੇ ਵਿੱਚ ਮੈਂ ਡਾਇਰੈਕਟ ਸ਼ੀਡਡ ਰਾਈਸ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਪਾਣੀ ਦੀ ਸੇਵਿੰਗ ਕਰਾਈ ਔਰ ਇਹ ਇੱਕ ਨਵੀਂ ਤਕਨੀਕ ਆ ਜਿਹੜੀ ਅਸੀਂ ਪੰਜਾਬ ਦੇ ਵਿੱਚ ਲਾਗੂ ਕੀਤੀ ਆ ਔਰ ਮੇਰੇ ਹਰ ਵਕਤ ਤਤਪਰ ਰਹਿਣਾ ਜੀ ਮੈਂ ਕੋਈ ਨਾ ਕੋਈ ਨਵੀਂ ਕਿਸਾਨਾਂ ਨੂੰ ਜਿਹੜੀ ਆ ਕੋਈ ਨਾ ਕੋਈ ਗਵਾਹੀ ਦਿੱਤੀ ਜਾਵੇ ਔਰ ਉਹਨਾਂ ਦੇ ਖਰਚੇ ਘਟਾਏ ਜਾਣ ਔਰ ਉਹਨਾਂ ਨੂੰ ਉਹਨਾਂ ਦਾ ਇਨਕਮ ਦਾ ਜਿਹੜਾ ਸੋਰਸ ਹੈ ਉਹ ਵਧਾਇਆ ਜਾਵੇ ਸਰ ਬਿਲਕੁਲ 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 ਜੀ ਸੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸੋ ਦੋਸਤੋ ਤੁਸੀਂ ਡਾਕਟਰ ਸਾਹਿਬ ਦੇ ਜੀਵਨ ਬਾਰੇ ਜਾਣਦੇ ਹਾਂ ਵੀ ਉਹਨਾਂ ਨੇ ਦੱਸਿਆ ਡਾਕਟਰ ਸਾਹਿਬ ਮੈਨੂੰ ਬਹੁਤ ਖੁਸ਼ੀ ਹੋਈ ਇਸ ਤੋਂ ਇੱਕ ਬਹੁਤ ਵਧੀਆ ਮੈਸੇਜ ਮਿਲਦਾ ਹੈ ਤੁਹਾਡੀ ਜ਼ਿੰਦਗੀ ਤੋਂ ਮੈਂ ਮੈਸੇਜ ਸਭ ਤੋਂ ਪਹਿਲਾਂ ਦੇਣਾ ਚਾਹੁੰਦਾ ਹਾਂ ਦੋਸਤਾਂ ਨੂੰ ਜੋ ਜੋ ਲਿਸਨਰਸ ਇਸ ਸਮੇਂ ਸੁਣ ਰਹੇ ਨੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹ ਕੇ ਹੀ ਤੁਸੀਂ ਜਿਹੜੀ ਉਹ ਚੰਗੀ ਸਿੱਖਿਆ ਗ੍ਰਹਿਣ ਕਰ ਸਕਦੇ ਹੋ ਸੋ ਡਾਕਟਰ ਸਾਹਿਬ ਤੋਂ ਆਪਾਂ ਨੂੰ ਜਿਵੇਂ ਜਾਣਨ ਤੋਂ ਮਿਲਿਆ ਕਿ ਉਹਨਾਂ ਨੇ ਮੁੱਢਲੀ ਸਿੱਖਿਆ ਆਪਣੇ ਪ੍ਰਾਇਮਰੀ ਮਤਲਬ ਪਿੰਡ ਤੋਂ ਮਤਲਬ ਸਰਕਾਰੀ ਸਕੂਲ ਤੋਂ ਹੀ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਦੈਨ ਉਹਨਾਂ ਨੇ ਆਪਣੀਆਂ ਐਫਰਟਸ ਦੇ ਨਾਲ ਆਪਣੀ ਐਜੂਕੇਸ਼ਨ ਜਿਹੜਾ ਜੁਆਇਨ ਕਰਕੇ ਆਪਣੀ ਬੁੱਧੀ ਦੇ ਨਾਲ ਉਸਨੂੰ ਜੁਆਇਨ ਕਰਕੇ ਅਸੈਪਟ ਕੀਤਾ ਸੋ ਨਾਲ ਨਾਲ ਹੀ ਡਾਕਟਰ ਸਾਹਿਬ ਮੇਰੇ ਮਾਇੰਡ 'ਚ ਇੱਕ ਕੁਐਸਚਨ ਪਨਪ ਰਿਹਾ ਸੀ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਵੀ ਨਵੀਆਂ ਟੈਕਨੀਕਸ ਦੀ ਸੋ ਇਹ ਨਵੀਆਂ ਟੈਕਨੀਕਸ ਤੁਸੀਂ ਆਪਣੀ ਡਾਕਟਰੀ ਜਾਂ ਡਿਗਰੀ ਦੇ ਦੌਰਾਨ ਹਾਸਲ ਕੀਤੀਆਂ ਜਾਂ ਇਸ ਲਈ ਤੁਹਾਨੂੰ ਜਿਹੜਾ ਵਾ ਉਹ ਅਲੱਗ ਅਲੱਗ ਡਿਫਰੈਂਟ ਕੰਟਰੀਜ਼ 'ਚ ਜਾਣਾ ਪਿਆ ਵੀ ਉਹ ਕੰਟਰੀਜ਼ ਕਿੱਦਾਂ ਡਿਵੈਲਪਮੈਂਟ ਕਰਦੀਆਂ ਪਈਆਂ ਨੇ ਕਿਸਾਨੀ ਜੀਵਨ ਨੂੰ ਕਿੱਦਾਂ ਉੱਚਾ ਚੁੱਕਦੀਆਂ ਪਈਆਂ ਨੇ ਇਸ ਦੇ ਬਾਰੇ ਜ਼ਰੂਰ ਚਾਨਣਾ ਪਾਉਣਾ ਸੀ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਮੈਨੂੰ ਫਿਲੀਪੀਨਸ ਜਾਣ ਦਾ ਸਭ ਤੋਂ ਪਹਿਲਾਂ ਮੈਨੂੰ ਸਰਕਾਰ ਵੱਲੋਂ ਭੇਜਿਆ ਗਿਆ ਸੀਗਾ ਔਰ ਉੱਥੇ ਮੈਂ ਇਹ ਦੇਖਿਆ ਕਿ ਕਾਫੀ ਜਿਹੜੀਆਂ ਹੈਗੀਆਂ ਐਗਰੀਕਲਚਰ ਦੇ ਵਿੱਚ ਇਰੀਜ ਦੇ ਵਿੱਚ ਕਾਫੀ ਰਾਈਸ ਦੇ ਵਿੱਚ ਡਿਵੈਲਪਮੈਂਟ ਸੀਗੀ ਔਰ ਵਾਟਰ ਲੋਗਿੰਗ ਏਰੀਏ ਦੇ ਵਿੱਚ ਵੀ ਕਾਫੀ ਲੈਂਦੇ ਔਰ ਰਿਮੋਟ ਏਰੀਏ 'ਚ ਵੀ ਮੈਂ ਜਾ ਕੇ ਵੇਖਿਆ ਔਰ ਮੈਂ ਪੰਜਾਬ ਦੇ ਵਿੱਚ ਨਾਰਦਰਨ ਇੰਡੀਆ ਦਾ ਪਹਿਲਾ ਹੀ ਸੀ ਐਗਰੀਕਲਚਰ ਵਿਭਾਗ ਦਾ ਜਿਹੜਾ ਕਿ ਮੈਂ ਇਹ ਟ੍ਰੇਨਿੰਗ ਲੈ ਕੇ ਆਇਆ ਔਰ ਇਸ ਦੇ ਇਲਾਵਾ ਮੈਨੂੰ ਇੰਗਲੈਂਡ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਅਮਰੀਕਾ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਔਰ ਮੈਂ ਇਹ ਦੇਖਿਆ ਕਿ ਉੱਥੇ ਜਿਹੜੀਆਂ ਕਾਫੀ ਵਧੀਆ ਤਕਨੀਕਸ ਨੇ ਭਾਵੇਂ ਉੱਥੇ ਫਾਰਮ ਬਹੁਤ ਵੱਡੇ ਨੇ ਲੇਕਿਨ ਜਿਹੜੀ ਸਾਡੀ ਕਿਸਾਨੀ ਹੈ ਇੱਥੋਂ ਦੇ ਹਾਲਾਤਾਂ ਦੇ ਅਨੁਸਾਰ ਹੀ ਅਸੀਂ ਆਪਣੀ ਕਿਸਾਨੀ ਨੂੰ ਅਗਵਾਈ ਦੇ ਸਕਦੇ ਹਾਂ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਲੇਕਿਨ ਜਿਹੜੀ ਸਾਡੇ ਰਿਸੋਰਸਿਸ ਇਸ ਵੇਲੇ ਅਵੇਲੇਬਲ ਨੇ ਔਰ ਇਹ ਮੈਂ ਸਮਝਦਾ ਕਿ ਜਿਹੜੀਆਂ ਐਕਸਟੈਂਸ਼ਨ ਪ੍ਰੋਸੈਸ ਨੇ ਕਿਸਾਨਾਂ ਤੱਕ ਜਿਹੜੀ ਨਵੀਂ ਟੈਕਨੋਲੋਜੀ ਨੂੰ ਲੈ ਕੇ ਜਾਣਾ ਇੱਕ ਸਭ ਤੋਂ ਵੱਡਾ ਮੁੱਦਾ ਰਿਹਾ ਕਿਉਂਕਿ ਐਕਚੁਲੀ ਕੀ ਹੈ ਕਿ ਸਾਡੇ ਕਿਸਾਨਾਂ ਦੇ ਵਿੱਚ ਅਵੇਅਰਨੈਸ ਹੀ ਇਸ ਨਹੀਂ ਸੀਗੀ ਜਿਹਨੂੰ ਅਸੀਂ ਜਿਸ ਕਰਕੇ ਅਸੀਂ ਇੱਕ ਮੋਨੋਕਲਚਰ ਦੇ ਵਿੱਚ ਫਸ ਕੇ ਰਹਿ ਗਏ ਔਰ ਅਸੀਂ ਪੈਦਾਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਏ ਔਰ ਅੱਜ ਮੇਰੀ ਇੱਕ ਸੋਚ ਜਿਹੜੀ ਹੈ ਡਿਫਰੈਂਟ ਹੈ ਔਰ ਇਹਦੀ ਮੈਂ ਇਹ ਕਹਿਣਾ ਚਾਹੁੰਦਾ
ਕਿ ਸਰਕਾਰ ਵੀ ਇਸ ਗੱਲ ਨੂੰ ਕਰਦੀ ਕਿ ਸਾਰੇ ਜਿਸ ਤਰ੍ਹਾਂ ਕੁਦਰਤੀ ਸੋਮਿਆਂ ਦੀ ਲੁੱਟ ਖਸੁੱਟ ਹੋ ਗਈ ਆ, ਆਪਾਂ ਸਾਰੇ ਵੇਖਦੇ ਹਾਂ ਪਾਣੀ ਦਾ ਪੱਧਰ ਥੱਲੇ ਚਲੇ ਗਿਆ, ਜ਼ਮੀਨ ਦੀ ਸਿਹਤ ਖਰਾਬ ਹੋ ਗਈ ਆ, ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ, ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਰ, ਇਹਦੇ ਵਿੱਚ ਆਪਾਂ ਨੂੰ ਬੜਾ ਗੰਭੀਰਤਾ ਦੇ ਨਾਲ ਹੁਣ ਇਸ ਸਰਕਾਰ ਨੇ, ਸਾਡੀ ਸਰਕਾਰ ਨੇ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਦੀ ਯੋਗਵਾਈ ਦੇ ਥੱਲੇ ਔਰ ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਚਲੀਆਂ ਜਾਂਦੀਆਂ ਨੇ, ਪਰ ਜਿਹੜਾ ਇਨਸਾਨ ਕਿਸੇ ਡੈਡੀਕੇਸ਼ਨ ਦੇ ਨਾਲ ਕਿਸਾਨ ਦੇ ਹਿੱਤਾਂ ਵਾਸਤੇ ਕੋਈ ਅੱਗੇ ਹੋ ਕੇ ਮੂਹਰੇ ਕੰਮ ਕਰਦਾ ਔਰ ਆਪਣੇ ਅਫਸਰਾਂ ਨੂੰ ਉਹਨਾਂ ਨਾਲ ਤੋਰ ਕੇ ਔਰ ਕਿਸਾਨਾਂ ਦੀ ਸਲਾਹ ਦੇ ਨਾਲ ਕੋਈ ਪ੍ਰੋਗਰਾਮ ਲਾਗੂ ਕੀਤਾ ਜਾਂਦਾ, ਨਸਲ ਦੇ ਉਹਦੇ ਵਿੱਚ ਕਾਫੀ ਜਿਹਾ ਨੂੰ ਕਾਮਯਾਬੀ ਮਿਲ ਰਹੀ ਹੈ ਔਰ ਮੈਂ ਸਮਝਦਾ ਕਿ ਇਹ ਸਾਰਾ ਕੁਛ ਸਰਕਾਰ ਵੱਲੋਂ ਸਹਿਯੋਗ ਦੇਣ ਦੇ ਨਾਲ ਹੀ ਅਸੀਂ ਇਸ ਕਾਬਲ ਹੋਏ ਹਾਂ ਕਿ ਅਸੀਂ ਕਿਸਾਨਾਂ ਦੇ ਬੂਹੇ ਤੱਕ ਪਹੁੰਚ ਰਹੇ ਹਾਂ ਅੱਜ। ਬਿਲਕੁਲ ਜੀ, ਬਿਲਕੁਲ ਜੀ। ਸੋ ਕਿਉਂਕਿ ਜਿਉਂ ਜਿਉਂ ਟੈਕਨੀਕਸ ਚੇਂਜ ਹੁੰਦੀਆਂ ਨੇ, ਅਗਰ ਆਪਾਂ ਉਸਨੂੰ ਜੁਆਇਨ ਕਰਾਂਗੇ ਤਾਂ ਫਿਰ ਹੀ ਆਪਾਂ ਕਾਮਯਾਬ ਹੋ ਸਕਾਂਗੇ। ਆਈ ਥਿੰਕ ਸਭ ਤੋਂ ਪਹਿਲਾਂ ਇਹ ਗੱਲ ਨੂੰ ਤੁਸੀਂ ਸਮਝਿਆ ਵੀ ਇੱਕ ਕਿਸਾਨ ਦਾ ਜੀਵਨ ਜਿਹੜਾ ਹੈ ਉਹ ਬਹੁਤ ਹੁਣ ਨੀਚਲੇ ਪੱਧਰ ਤੇ ਜਾ ਰਿਹਾ ਹੈ। ਸੋ ਜ਼ਰੂਰੀ ਇੱਕ ਖੇਤੀ ਦੇ ਵਿੱਚ ਜਿਸ ਨੂੰ ਕਹਿੰਦੇ ਨੇ ਫਸਲੀ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ, ਤੁਸੀਂ ਇਸ ਟੀਚੇ ਨੂੰ ਜਿਹੜਾ ਮੁੱਖ ਰੱਖਿਆ। ਸੋ ਇਸ ਦੇ ਨਾਲ ਹੀ ਮੇਰਾ ਡਾਕਟਰ ਸਾਹਿਬ ਸਵਾਲ ਹੈ ਤੁਹਾਡੇ ਲਈ, ਕਿ ਕਹਿੰਦੇ ਨੇ ਵੀ ਪੰਜਾਬ ਦੀ ਨਵੀਂ ਨੀਤੀ ਵੀ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਥੱਲੇ ਲਿਆਉਣਾ ਹੈ, ਇਸ ਲਈ ਸਰਕਾਰ ਦੀ ਕੀ ਨੀਤੀ ਹੈ ਤੇ ਇਸ ਦੀ ਕਿਉਂ ਜ਼ਰੂਰਤ ਪਈ ਫਸਲੀ ਵਿਭਿੰਨਤਾ ਲਿਆਉਣ ਦੇ ਵਿੱਚ? ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜੇਕਰ 1 ਕਿਲੋ ਝੋਨਾ ਪੈਦਾ ਕਰਨਾ ਤੇ ਸਾਨੂੰ 3,000 ਤੋਂ ਲੈ ਕੇ 4,000 ਲੀਟਰ ਪਾਣੀ ਦੀ ਸਾਡੀ ਖਪਤ ਹੁੰਦੀ ਹੈ ਔਰ ਜਦੋਂ ਕਿ ਮੱਕੀ ਜਿਹੜੀ ਆ ਉਹ ਇਸ ਤੋਂ ਮਤਲਬ ਕਿ 1/4 ਹਿੱਸੇ ਦੇ ਵਿੱਚ ਹੀ ਜਿਹੜਾ ਉਹ ਪਾਣੀ ਲੈਂਦੀ ਹੈ ਔਰ ਇਹਦੇ ਨਾਲ ਅਸੀਂ ਦੇਖੋ 3/4 ਹਿੱਸਾ ਪਾਣੀ ਦੀ ਬਚਤ ਕਰ ਸਕਾਂਗੇ, ਕਿਉਂਕਿ ਅੱਜ ਜੇ ਅਸੀਂ ਦੇਖੀਏ ਕਿ ਸਾਡੀ ਜਿਹੜੀ ਆ ਝੋਨਾ ਉਹ ਸਾਡੇ ਸੂਬੇ ਦੀ ਫਸਲ ਨਹੀਂ ਹੈ, ਜਦੋਂ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਸਾਡੇ ਸੂਬੇ ਦੇ ਵਿੱਚ ਸਾਰਾ ਹੀ 2.5-3 ਲੱਖ ਹੈਕਟੇਅਰ ਰਕਬਾ ਸੀਗਾ, ਅੱਜ ਜੇ ਝਾਤੀ ਮਾਰੀਏ ਤੇ ਸਾਡੇ ਕੋਲ 2.5 ਲੱਖ ਹੈਕਟੇਅਰ ਜਿਹੜਾ ਉਹ ਪੈਡੀ ਦੇ ਥੱਲੇ ਆ, ਤੇ ਕਿੰਨਾ ਅਬੰਡੈਂਸ ਆਫ ਵਾਟਰ ਜਿਹੜਾ ਉਹ ਅਸੀਂ ਝੋਨੇ ਦੇ ਸ਼ਕਲ ਦੇ ਵਿੱਚ ਅਸੀਂ ਜਿਹੜਾ ਉਹ ਬਾਹਰ ਭੇਜ ਰਹੇ ਹਾਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਸਾਡੀ ਕੁਦਰਤੀ ਸੋਮਿਆਂ ਦੀ ਬੜੀ ਲੁੱਟ ਖਸੁੱਟ ਹੋ ਗਈ ਔਰ ਜਿਸ ਦੀ ਭਰਪਾਈ ਕਰਨੀ ਅੱਜ ਦੇ ਜ਼ਮਾਨੇ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ ਔਰ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਸਰਕਾਰ ਵੱਲੋਂ ਬੜੀ ਗੰਭੀਰਤਾ ਦੇ ਨਾਲ ਇਹ ਲਿਆ ਗਿਆ ਕਿ ਜੇ ਅੱਜ ਅਸੀਂ ਇਸ ਚੀਜ਼ ਨੂੰ ਹੁਣ ਤੋਂ ਇੰਪਲੀਮੈਂਟ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਉਹ ਬੰਜਰ ਹੋ ਕੇ ਰਹਿ ਜਾਵੇਗਾ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ਼ ਨਹੀਂ ਕਰਨਗੀਆਂ ਕਿ ਸਾਡੇ ਪੁਰਖਿਆਂ ਨੇ ਇਹਨਾਂ ਦੀ ਸੰਭਾਲ ਨਹੀਂ ਕੀਤੀ। ਬਿਲਕੁਲ, ਔਰ ਇਸੇ ਲੜੀ ਦੇ ਵਿੱਚ ਹੀ ਅਸੀਂ ਜਿਹੜਾ ਹੁਣ ਵਿਉਂਤਬੰਦੀ ਕੀਤੀ ਹੈ ਫਸਲੀ ਵਿਭਿੰਨਤਾ ਦੀ, ਘੱਟ ਪਾਣੀ ਲੈਣ ਵਾਲੀਆਂ ਫਸਲਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਔਰ 2.5 ਲੱਖ ਤੋਂ ਅਸੀਂ ਪਹਿਲੇ ਫੇਜ਼ ਦੇ ਵਿੱਚ ਅਸੀਂ 12 ਲੱਖ ਹੈਕਟੇਅਰ ਰਕਬਾ ਜਿਹੜਾ ਆਉਣ ਵਾਲੇ 5-7 ਸਾਲਾਂ ਦੇ ਵਿੱਚ ਦੂਸਰੀਆਂ ਫਸਲਾਂ ਦੇ ਵਿੱਚ ਲਿਆਉਣਾ ਹੈ ਜਿਹੜੀਆਂ ਘੱਟ ਪਾਣੀ ਲੈਂਦੀਆਂ ਨੇ ਔਰ ਅਸੀਂ ਇਹਦੇ ਵਾਸਤੇ ਇਲਾਕੇ ਵਾਈਜ਼ ਚੋਣ ਕੀਤੀ ਹੈ ਕਿ 1960 ਤੋਂ ਪਹਿਲਾਂ ਜਿਹੜਾ ਕੁਦਰਤੀ ਤੌਰ ਤੇ ਖੇਤੀ ਕਿਸਾਨ ਕਰਦੇ ਸੀ ਉਹਨਾਂ ਏਰੀਆ ਏਅਰਮਾਰਕ ਕੀਤਾ ਗਿਆ ਔਰ ਜਿੱਦਾਂ ਅਸੀਂ ਦੁਆਬੇ ਦੇ ਵਿੱਚ ਮੱਕੀ ਜਿਹੜੀ ਆ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਔਰ ਨਾਲ ਹੀ ਸ਼ੂਗਰ ਕੇਨ ਜਿਹੜਾ ਇਸ ਏਰੀਏ ਦੇ ਵਿੱਚ ਬੀਜਿਆ ਜਾਏਗਾ, ਨਾਲ ਬਾਸਮਤੀ ਹੈ ਔਰ ਇਸੇ ਤਰ੍ਹਾਂ ਮਾਲਵਾ ਜਿਹੜਾ ਹੈ ਉਹਦੇ ਵਿੱਚ ਅਸੀਂ ਕਾਟਨ ਨੂੰ ਕਰਾਂਗੇ ਪ੍ਰਮੋਟ, ਗੁਆਰਾ ਪ੍ਰਮੋਟ ਕਰ ਰਹੇ ਹਾਂ, RR ਪ੍ਰਮੋਟ ਕਰ ਰਹੇ ਹਾਂ ਔਰ ਦਾਲਾਂ ਜਿਹੜੀਆਂ ਉਧਰਲੇ ਪਾਸੇ ਪ੍ਰਮੋਟ ਕਰ ਰਹੇ ਹਾਂ, ਨਾਲ ਨਾਲ ਜਿੱਥੇ ਜਿੱਥੇ ਬਾਗਬਾਨੀ ਔਰ ਸਬਜ਼ੀਆਂ ਨੂੰ ਵੀ ਪ੍ਰਮੋਟ ਕੀਤਾ ਜਾਵੇਗਾ ਔਰ ਇਕੱਲਾ ਖੇਤੀਬਾੜੀ ਤੋਂ ਇਲਾਵਾ ਅਸੀਂ ਅਲਾਈਡ ਸੈਕਟਰ ਜਿਹੜੇ ਨੇ ਜਿਵੇਂ ਡੇਅਰੀ ਹੈ, ਫਿਸ਼ਰੀ ਹੈ, ਪਿਗਰੀ ਹੈ, ਗੋਟਰੀ ਹੈ, ਇਹ ਸਾਰੇ ਜਿਹੜੇ ਆ ਉਹਨਾਂ ਧੰਦਿਆਂ ਨੂੰ ਵੀ ਨਾਲ ਲਿਆ ਜਾਵੇਗਾ, ਜਿਹੜੇ ਬੇਜ਼ਮੀਨੇ ਲੈਂਡਲੈਸ ਲੋਕ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚਲਿਆ ਜਾਵੇਗਾ, ਉਹਨਾਂ ਨੂੰ ਖੁੰਬਾਂ ਦੀ ਕਾਸ਼ਤ ਜਿਹੜੀ ਆ ਬੀ ਕੀਪਿੰਗ ਦੀ ਆ ਉਹਦੇ ਬਾਰੇ ਵੀ ਟ੍ਰੇਨਿੰਗਾਂ ਦੇ ਕੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ ਔਰ ਤਾਂ ਜੋ ਕਿ ਉਹਨਾਂ ਦੀ ਆਰਥਿਕ ਜਿਹੜੀ ਉਹ ਸਥਿਤੀ ਬਿਹਤਰ ਹੋਵੇ ਔਰ ਇਹਦੇ ਵਾਸਤੇ ਸਰਕਾਰ ਵੱਲੋਂ ਬੜਾ ਹੀ ਪਿਛਲੇ 1.5 ਸਾਲ ਤੋਂ
ਵੱਡੇ ਵੱਡੇ ਮਹਿਰਾਂ ਦੇ ਨਾਲ ਔਰ ਕਿਸਾਨਾਂ ਦੇ ਨਾਲ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹ ਜਿਹੜੀ ਪਾਲਿਸੀ ਹੈ ਉਹਨਾਂ ਦੀ ਡਿਮਾਂਡ ਅਨੁਸਾਰ ਹੀ ਇਹ ਤਿਆਰ ਕਰਕੇ ਭਾਰਤ ਸਰਕਾਰ ਨੂੰ ਇਹ ਭੇਜੀ ਗਈ ਹੈ, ਜਿਹੜੀ ਕਿ ਨਾਸੀ ਰੁਪਈਏ ਦੀ 5 ਸਾਲਾਂ ਦੇ ਵਿੱਚ ਜਿਹੜੀ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ। ਔਰ ਮੈਂ ਸਮਝਦਾ ਕਿ ਅਸੀਂ ਹੁਣ ਪੈਦਾਵਾਰ ਤੀਕਰ ਸੀਮਤ ਨਹੀਂ ਰਹਾਂਗੇ, ਅਸੀਂ ਇਸ ਨੂੰ ਐਗਰੋ ਬੇਸਡ ਇੰਡਸਟਰੀ ਦੇ ਵਿੱਚ ਲੈ ਕੇ ਜਾਵਾਂਗੇ, ਜਿਸ ਦੇ ਵਿੱਚ ਅਸੀਂ ਸੈਲੋ ਟੈਪ ਅਸ਼ੋਰਡ ਮਾਰਕੀਟਿੰਗ ਔਰ ਉਹਨਾਂ ਜਿਹੜੇ ਪ੍ਰੋਸੈਸਿੰਗ ਯੂਨਿਟ ਜਿਹੜੇ ਉਹ ਲਗਾਏ ਜਾਣਗੇ, ਜਿੱਦਾਂ ਹਰ ਇੱਕ ਜਿੱਦਾਂ ਮੇਜ਼ ਹੋਏਗੀ, ਮੇਜ਼ ਦੇ ਵਿੱਚ ਵੀ ਅਸੀਂ ਜਿਹੜਾ ਕਿ ਪ੍ਰੋਸੈਸਿੰਗ ਯੂਨਿਟ ਵਗੈਰਾ ਲਗਾ ਕੇ ਔਰ ਕਿਸਾਨਾਂ ਵਿੱਚ ਇਨਵੋਲਵ ਕਰਕੇ ਅਸੀਂ ਕਲਸਟਰ ਰੂਪ ਦੇ ਵਿੱਚ ਇਹਨੂੰ ਅਸੀਂ ਬੜਾ ਇੱਕ ਲੰਮੀ ਚੌੜੀ ਪਾਲਿਸੀ ਹੈ ਜਿਹੜੀ ਸਾਡੀ ਅਸੀਂ ਭਵਿੱਖ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਦੇਣ ਜਾ ਰਹੇ ਹਾਂ। ਬਹੁਤ ਵਧੀਆ ਜੀ। ਪਰ ਡਾਕਟਰ ਸਾਹਿਬ ਇੱਕ ਸਵਾਲ ਪੈਦਾ ਹੁੰਦਾ, ਜਿਵੇਂ ਕਿ ਆਪਣੇ ਪੰਜਾਬ ਦੇ ਸਪੈਸ਼ਲੀ ਕਿਸਾਨ ਦੇ ਮਾਈਂਡ ਦੇ ਵਿੱਚ ਤਾਂ ਇਹੀ ਹੈ ਸਿਰਫ ਵੀ ਕਣਕ ਦਾ ਜਿਹੜਾ ਵਾ ਉਹਦੀ ਝਾੜ ਜਾਂ ਉਸਦਾ ਮੁੱਲ ਜੋ ਸਰਕਾਰ ਵੱਲੋਂ ਨਿਯਤ ਕੀਤਾ ਜਾਂਦਾ ਹੈ ਜਾਂ ਝੋਨੇ ਦਾ ਇੱਕ ਮੁੱਲ ਨਿਯਤ ਕੀਤਾ ਜਾਂਦਾ ਹੈ, ਇਸੇ ਨਾਲ ਹੈ ਵੀ ਅਗਰ ਜਦੋਂ ਆਪਾਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਾਂ, ਇਸ ਤੇ ਮੰਡੀਕਰਨ ਜਾਂ ਬਾਜ਼ਾਰੀਕਰਨ ਸੰਬੰਧੀ ਸਰਕਾਰ ਕੀ ਸੋਚਦੀ ਤੇ ਇਸ ਤੇ ਕੀ ਪ੍ਰਬੰਧ ਕੀਤੇ ਗਏ ਹਨ? ਮੈਂ ਸਮਝਦਾ ਕਿ ਜਿੰਨਾ ਚਿਰ ਤੀਕਰ ਅਸੀਂ ਇਹ ਮੋਨੋਕਲਚਰ ਜਿਹੜਾ ਝੋਨੇ ਕਣਕ ਦੇ ਵਿੱਚ ਜਿਹੜੀ ਜਿੰਨੀ ਆਮਦਨ ਕਿਸਾਨ ਨੂੰ ਮਿਲਦੀ ਹੈ, ਦੂਸਰੀਆਂ ਜਿਹੜੀਆਂ ਅਸੀਂ ਬਦਲਵੀਆਂ ਫਸਲਾਂ ਦੇ ਰਹੇ ਹਾਂ ਉਹ ਬਦਲਵੀਆਂ ਫਸਲਾਂ ਜਿਹੜੀਆਂ ਨੇ ਘੱਟੋ ਘੱਟ 15% ਵਧੇਰੇ ਉਹਨਾਂ ਨੂੰ ਇਨਕਮ ਹੋਏਗੀ ਤੇ ਕਿਸਾਨ ਜਿਹੜੇ ਇਸ ਪਾਸੇ ਆਉਣਗੇ। ਔਰ ਇਸ ਵਾਸਤੇ ਜਿਹੜਾ ਅਸੀਂ ਸ਼ੋਰਟ ਮੰਡੀਕਰਨ ਕਿਸਾਨਾਂ ਨੂੰ ਦੇਣੀ ਹੈ ਔਰ ਉਹਨਾਂ ਦੀ ਜਿਹੜੀ ਸਮੇਂ ਸਿਰ ਉਹਨਾਂ ਦੀ ਪੇਮੈਂਟ ਵੀ ਕਰਵਾਉਣੀ ਹੈ ਔਰ ਇਹ ਸਾਰੀਆਂ ਗੱਲਾਂ ਸਾਡੇ ਬਿਲਕੁਲ ਸਰਕਾਰ ਦੇ ਧਿਆਨ ਦੇ ਵਿੱਚ ਨੇ ਤਾਂ ਜੋ ਕਿ ਜਿਹੜੀਆਂ ਬਦਲੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਦਾ ਲਾਹੇਵੰਦ ਜਿਹੜਾ ਭਾਅ ਆ ਉਹਨੂੰ ਯਕੀਨੀ ਕੀਤਾ ਜਾਏਗਾ ਔਰ ਮੰਡੀਕਰਨ ਜਿਹੜਾ ਉਹਦਾ ਯਕੀਨੀ ਕੀਤਾ ਜਾਵੇਗਾ। ਜਿੱਦਾਂ ਹੁਣ ਮੈਂ ਮੱਕੀ ਦੀ ਗੱਲ ਕਰਦੇ ਹਾਂ, ਕਿਉਂਕਿ ਇਸ ਸਾਲ ਅਸੀਂ ਸ਼ੁਰੂ ਕਰ ਦਿੱਤਾ ਜੀ, ਅਸੀਂ ਮੱਕੀ ਦੇ ਥੱਲੇ ਪਿਛਲੇ ਸਾਲ ਸਾਡੇ ਕੋਲ 1.29 ਲੱਖ ਹੈਕਟੇਅਰ ਰਕਬਾ ਸੀ, ਅੱਜ ਦੀ ਡੇਟ ਦੇ ਵਿੱਚ 1.52 ਲੱਖ ਹੈਕਟੇਅਰ ਜਿਹੜਾ ਰਕਬੇ ਥੱਲੇ ਅਸੀਂ ਮੱਕੀ ਲਿਆਂਦੀ ਔਰ ਜਿਹਦੇ ਵਿੱਚੋਂ 22,000 ਹੈਕਟੇਅਰ ਰਕਬਾ ਜਿਹੜਾ ਉਹ ਨਵਾਂ ਅਸੀਂ ਇਹ ਲਿਆਂਦਾ, ਜਿਹਦੇ ਤੇ ਸਰਕਾਰ ਨੇ ਬੀਜ ਦੇ ਉੱਤੇ 75% ਸਬਸਿਡੀ ਦੇ ਦਿੱਤੀ ਹੈ ਕਿਸਾਨਾਂ ਨੂੰ ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਇਨਸੈਂਟਿਵ ਦੇਣ ਜਾ ਰਹੇ ਹਾਂ। ਜਿੱਦਾਂ ਅਸੀਂ ਮੇਜ਼ ਡਰਾਇਰ ਅਸੀਂ ਜਿਹੜੇ ਆ ਦੋ ਇੱਕ ਸੈਲਾ ਖੁਰਦ ਹੁਸ਼ਿਆਰਪੁਰ ਡਿਸਟ੍ਰਿਕਟ ਅਤੇ ਇੱਕ ਨਵਾਂ ਸ਼ਹਿਰ ਦੇ ਵਿੱਚ ਲਗਾ ਰਹੇ ਹਾਂ, ਕਿਉਂਕਿ ਆਮ ਤੌਰ 'ਤੇ ਮੱਕੀ ਜਿਹੜੀ ਮਾਰਕੀਟ 'ਚ ਲਿਆਂਦੀ ਜਾਂਦੀ ਹੈ ਉਹ MSP ਤੋਂ ਘੱਟ ਵਿਕਦੀ ਹੈ, ਕਿਉਂਕਿ ਮੱਕੀ ਦਾ ਉਸ ਟਾਈਮ ਦੇ ਉੱਤੇ ਮੁਆਇਸਚਰ ਜਿਹੜਾ 30% ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਕਿਸਾਨਾਂ ਨੂੰ 500-600 ਰੁਪਇਆ ਕੁਆਂਟਲ ਫੀ ਕੁਆਂਟਲ ਪਿੱਛੇ ਨੁਕਸਾਨ ਹੁੰਦਾ ਸੀ ਔਰ ਉਹ ਜਿਹੜਾ ਜਿਹਦੇ ਡਰਾਇਰ ਦੇ ਵਿੱਚ ਜਿਹੜੀ ਉਹਨੂੰ ਪਾ ਕੇ ਕੱਢ ਕੇ ਕਿਸਾਨ ਵੀਰ ਉਹ ਜਿਹੜੇ ਹੈਗੇ ਉਹਨਾਂ ਨੂੰ ਕੋਈ 125-150 ਰੁਪਏ ਐਕਸਟਰਾ ਖਰਚਾ ਆਏਗਾ ਔਰ ਉਹ ਆਪਣਾ ਜਿਹੜੀ ਆਮਦਨ ਆ ਉਹ ਘੱਟੋ ਘੱਟ ਉਹਨੂੰ 400-500 ਰੁਪਇਆ ਕੁਆਂਟਲ ਦਾ ਫਾਇਦਾ ਹੋ ਜਾਏਗਾ ਜਿਹੜਾ ਇਸ ਟਾਈਮ ਦੇ ਉੱਤੇ ਨੁਕਸਾਨ ਹੋ ਰਿਹਾ। ਔਰ ਇਸੇ ਕਰਕੇ ਹੀ ਅਸੀਂ ਜਿਹੜੀਆਂ ਡਾਇਵਰਸੀਫਿਕੇਸ਼ਨ 'ਚ ਕਾਮਯਾਬ ਨਹੀਂ ਸੀ ਹੁੰਦੇ ਕਦੀ ਸਰਕਾਰਾਂ ਪਹਿਲਾਂ ਕਿਤੇ ਧਿਆਨ ਨਹੀਂ ਗਾ ਦਿੱਤਾ, ਅੱਜ ਦੀ ਮੌਜੂਦਾ ਸਰਕਾਰ ਜਿਹੜੀ ਆ ਉਹ ਇੰਨਾ ਇਹ ਬਰੀਕੀ ਦੇ ਨਾਲ ਇਹ ਗੱਲ ਕਰ ਰਹੀ ਹੈ ਕਿ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਜੇ ਅਸੀਂ ਉੱਪਰ ਚੁੱਕਣਾ, ਉਹਨਾਂ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣਾ ਤੇ ਇਹ ਫੈਸਿਲਿਟੀਜ਼ ਜਿਹੜੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਔਰ ਇਸ ਦੇ ਨਾਲ ਘਰੇਲੂ ਖਪਤ ਵਾਸਤੇ ਵੀ ਸਾਨੂੰ ਜਿਹੜੀ ਆ ਉਹ ਇੰਡਸਟਰੀ ਲਾਉਣੀ ਪਏਗੀ, ਉਹਦੇ ਵਾਸਤੇ ਵੀ ਜਿਹੜੀ ਕੈਟਲ ਫੀਡ ਜਿਹੜੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਜਿਸ ਤਰ੍ਹਾਂ ਹੁਣ ਸਾਡੇ ਮਾਲ ਮਿਲਕ ਫੈਡ ਅਤੇ ਮਾਰਕ ਫੈਡ ਜਿਹੜੇ ਨੇ ਉਹ ਕੈਟਲ ਫੀਡ ਬਣਾਉਣ, ਉਹਨਾਂ ਦੇ ਐਗਜ਼ਿਸਟਿੰਗ ਜਿਹੜੇ ਯੂਨਿਟ ਨੇ ਉਹਨਾਂ ਨੂੰ ਕਪੈਸਿਟੀ ਵਧਾਉਣ ਵਾਸਤੇ ਕਹਿ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਨਵਾਂ ਸ਼ਹਿਰ ਵਿਖੇ ਇੱਕ ਹੁਸ਼ਿਆਰਪੁਰ ਵਿਖੇ ਜਿਹੜਾ ਕੈਟਲ ਫੀਡ ਦੇ ਵੱਡੇ ਯੂਨਿਟ ਲਗਾਏ ਜਾਣ ਤਾਂ ਜੋ ਕਿ ਇਸ ਏਰੀਏ ਦੀ ਜਿੰਨੀ ਡੋਮੈਸਟਿਕ ਪ੍ਰੋਡਕਸ਼ਨ ਆ ਉਸ ਨੂੰ ਕੈਚ ਕਰਕੇ
ਤਾਂ ਜੋ ਕਿ ਉਹਨਾਂ ਨੂੰ ਬਾਹਰ ਦੀਆਂ ਸਟੇਟਾਂ 'ਤੇ ਨਿਰਭਰ ਨਾ ਰਹਿਣਾ ਪਏ। ਅਸੀਂ ਸਾਡੇ ਕੋਲ ਅਜੇ ਆਪਣੀ ਡੋਮੈਸਟਿਕ ਜਿਹੜੀ ਕੰਜਮਪਸ਼ਨ ਹੈ ਉਹਦੇ ਵਾਸਤੇ ਹੀ ਮੱਕੀ ਨਹੀਂ ਪੈਦਾ ਕਰ ਰਹੇ। ਕੱਲੀ ਇੱਕ ਸਟਾਰਚ ਮਿਲ ਹੈ, ਸੁਰਜੀਤ ਸਟਾਰਚ ਮਿਲ ਫਗਵਾੜੇ ਲੱਗੀ ਹੋਈ ਹੈ, ਉਹਦੀ ਜਿਹੜੀ 100 ਟਨ ਕਪੈਸਿਟੀ ਡੇਲੀ ਹੈ, ਇਸ ਤਰ੍ਹਾਂ ਕੈਟਲ ਫੀਡਸ ਜਿੰਨੇ ਨੇ ਉਹ ਸਾਰੇ ਬਾਹਰੋਂ ਹੀ ਇੰਪੋਰਟ ਕਰ ਰਹੇ, ਬਾਹਰ ਦੀਆਂ ਸਟੇਟਾਂ ਨੂੰ ਇੰਪੋਰਟ ਕਰ ਰਹੇ ਹਾਂ। ਅਸੀਂ ਇਸੇ ਤਰ੍ਹਾਂ ਹੀ ਦੂਸਰੀਆਂ ਜਿਹੜੀਆਂ ਸਾਡੀਆਂ ਫਸਲਾਂ ਨੇ, ਕੋਟਨ ਆ ਜਾਂ ਸਾਡੀ ਕੋਈ ਸ਼ੂਗਰ ਕੇਨ ਆ, ਇਹ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ। ਐਸ ਕੀ ਸ਼ੂਗਰ ਕੇਨ ਦਾ ਵੀ ਜਿਹੜਾ ਸਰਕਾਰ ਵੱਲੋਂ 290 ਰੁਪਏ ਫੀ ਕੁਆਂਟਲ ਜਿਹੜਾ ਭਾਅ ਨਿਰਧਾਰਿਤ ਕਰ ਦਿੱਤਾ ਗਿਆ ਹਿੰਦੁਸਤਾਨ ਦੇ ਵਿੱਚੋਂ, ਇਸ 'ਤੇ ਸਭ ਤੋਂ ਜ਼ਿਆਦਾ ਜੀ। ਜੀ ਸੋ ਡਾਕਟਰ ਸਾਹਿਬ, ਤੁਸੀਂ ਸ਼ੂਗਰ ਕੇਨ ਦੀ ਗੱਲ ਕਰ ਰਹੇ ਸੀ, ਜੇ ਮੈਂ ਮਾਝੇ ਖੇਤਰ ਦੇ ਸੰਬੰਧ ਦੇ ਵਿੱਚ ਗੱਲ ਕਰਾਂ, ਸੋ ਮਾਝੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਕਾਫੀ ਸ਼ੂਗਰ ਮਿਲ ਚੱਲ ਰਹੀਆਂ ਨੇ ਆਲਰੇਡੀ, ਬਟ ਕਿਸਾਨਾਂ ਦਾ ਰੁਝਾਨ ਇਸ ਕਰਕੇ ਘੱਟ ਗਿਆ ਵੀ ਉੱਥੋਂ ਉਹਨਾਂ ਨੂੰ ਉਹਨਾਂ ਦਾ ਸਹੀ ਮੁੱਲ ਨਹੀਂ ਮਿਲਦਾ, ਜਾਂ ਅਗਰ ਮੁੱਲ ਮਿਲਦਾ ਵੀ ਹੈ ਤਾਂ ਉਹ ਸਮੇਂ ਬਹੁਤ ਸਮਾਂ ਬੀਤ ਚੁੱਕਾ ਹੁੰਦਾ ਉਸ ਦੇ ਲਈ। ਸੋ ਉਸਦੇ ਰੀਜ਼ਨ ਕਰਕੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਸ ਤੇ ਮਤਲਬ ਕਿ ਸ਼ੂਗਰ ਕੇਨ ਦੇ ਵੱਲ ਉਹਨਾਂ ਨੇ ਆਪਣਾ ਜਿਹੜਾ ਰੁਝਾਨ ਘਟਾ ਲਿਆ। ਆਪਾਂ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਤਸਾਹਿਤ ਕਰ ਸਕਦੇ ਹਾਂ ਵੀ ਤੁਹਾਨੂੰ ਜਿਹੜਾ ਵਾ ਸਰਕਾਰ ਵੱਲੋਂ ਅੱਛਾ ਮੁੱਲ ਦਿੱਤਾ ਜਾਵੇਗਾ, ਤੁਹਾਡੀ ਫਸਲ ਨੂੰ ਸਹੀ ਸਮੇਂ ਤੇ ਲਿਆ ਜਾਵੇਗਾ ਜਾਂ ਤੁਹਾਡੀ ਅਦਾਇਗੀ ਸਹੀ ਸਮੇਂ ਤੇ ਹੋਵੇਗੀ, ਉਸ ਦੇ ਬਾਰੇ ਜ਼ਰੂਰ ਲਿਖੋ। ਮੈਂ ਇੱਕ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਰੇ ਉਹ ਕਈ ਵਾਰੀ ਮੈਨੂੰ ਇਹ ਕਹਿ ਦਿੰਦੇ ਆ ਕਿ ਜਿਹੜੇ ਤੁਸੀਂ ਬਾਦਲ ਸਾਹਿਬ ਦਾ ਨਾਂ ਲੈ ਦਿੰਦੇ ਹੋ, ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਕੋਲ ਸਾਡਾ ਖੇਤੀ ਵਿਭਾਗ ਦਾ ਮਹਿਕਮਾ ਵੀ ਹੈ, ਉਹਨਾਂ ਨੇ ਜਿਹੜੀਆਂ ਇਹ ਫਸਲਾਂ ਪ੍ਰਮੋਟ ਕਰਨੀਆਂ ਨੇ, ਹਰ ਇੱਕ ਫਸਲ ਦਾ ਜਿਹੜਾ ਉਹਨਾਂ ਨੇ ਬੋਰਡ ਬਣਾ ਦਿੱਤਾ ਜੀ, ਮੇਜ਼ ਡਿਵੈਲਪਮੈਂਟ ਬੋਰਡ ਹੈ, ਜਿਹਦੇ ਵਿੱਚ ਕਿਸਾਨ ਜਿਹੜੇ ਨੇ ਉਹ 10 ਤੋਂ 12-13 ਤੱਕ ਉਹ ਸ਼ਾਮਿਲ ਕੀਤੇ ਗਏ ਨੇ। ਇਹ ਜਿਹੜੀਆਂ ਸਮੱਸਿਆਵਾਂ ਜੋ ਕਿਸਾਨਾਂ ਦੀਆਂ ਹੋਣਗੀਆਂ ਉਹਨਾਂ ਨੂੰ ਹੀ ਹੱਲ ਕੀਤਾ ਜਾਵੇਗਾ। ਉਹਦੇ 'ਚ ਜਿਹੜੇ ਅਫੀਸ਼ੀਅਲ ਮੈਂਬਰ ਤੇ ਹੈਗੇ ਨੇ 5-4 ਜਿਨ੍ਹਾਂ ਨੇ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਉਣਾ ਹੈ, ਬਾਕੀ ਜਿਹੜੀ ਉਹ ਜਾਰੀ ਸ਼ਮੂਲੀਅਤ ਕਿਸਾਨਾਂ ਦੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਅਸੀਂ ਕੋਟਨ ਜਿਹੜਾ ਡਿਵੈਲਪਮੈਂਟ ਬੋਰਡ ਵੀ ਕਾਂਸਟੀਚਿਊਟ ਕਰ ਦਿੱਤਾ, ਬਾਸਮਤੀ ਡਿਵੈਲਪਮੈਂਟ ਬੋਰਡ ਵੀ ਬਣਾ ਦਿੱਤਾ, ਅਸੀਂ ਹਰ ਇੱਕ ਫਸਲ ਦੇ ਜਿਹੜੇ ਬੋਰਡ ਬਣਾ ਦਿੱਤੇ ਗਏ ਨੇ। ਹੁਣ ਤੁਸੀਂ ਗੱਲ ਕੀਤੀ ਸ਼ੂਗਰ ਕੇਨ ਕੰਟਰੋਲ ਬੋਰਡ, ਆਲਰੇਡੀ ਸਾਡਾ ਬਣਿਆ ਹੋਇਆ ਜਿਹੜੀ ਕਿ ਗੰਨੇ ਦਾ ਭਾਅ ਨਿਰਧਾਰਿਤ ਕਰਦੀ ਹੈ। ਗੰਨੇ ਤੋਂ ਕਿਸਾਨ ਬੇਮੁੱਖ ਇਸ ਕਰਕੇ ਹੋ ਗਏ ਸੀਗੇ, ਜਿਹੜੀਆਂ ਸਹਿਕਾਰੀ ਖੰਡ ਮਿਲਾਂ ਸੀਗੀਆਂ ਉਹ ਸਮੇਂ ਸਿਰ ਕਿਸਾਨਾਂ ਦੀ ਪੇਮੈਂਟ ਨਹੀਂ ਸੀ ਕਰਦੀਆਂ। ਇਸ ਵਾਸਤੇ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਬਜਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ ਉਹ ਕਰ ਦਿੱਤੀ ਗਈ ਹੈ ਫਿਊਚਰ ਦੇ ਵਿੱਚ ਕਿ 200 ਕਰੋੜ ਰੁਪਈਆ ਦਾ ਜਿਹੜਾ ਪ੍ਰੋਵੀਜ਼ਨ ਬਣ ਦਿੱਤੀ ਜਾਏਗੀ ਤਾਂ ਜੋ ਕਿ ਕਿਸਾਨਾਂ ਨੂੰ ਟਾਈਮਲੀ ਪੇਮੈਂਟ ਦਿੱਤੀ ਜਾਵੇ, ਕਿਉਂਕਿ ਹਰ ਇੱਕ ਸਟੈਪ ਜਿਹੜਾ ਕਿਸਾਨੀ ਦੇ ਹੱਕ ਵਿੱਚ ਜਾਂਦਾ ਹੈ ਉਹ ਸਰਕਾਰ ਵੱਲੋਂ ਨਿਰੰਤਰ ਉਹ ਕਿਸਾਨਾਂ ਦੇ ਨਾਲ ਬੈਠ ਕੇ ਔਰ ਜਿਹੜੀਆਂ ਕਿਸਾਨ ਯੂਨੀਅਨਸ ਨੂੰ ਨਾਲ ਲੈ ਕੇ ਅਸੀਂ ਉਹ ਜਿਹੜੀਆਂ ਮਹੀਨੇਵਾਰ ਮੀਟਿੰਗਾਂ ਸਾਡੀਆਂ ਹੋ ਰਹੀਆਂ ਹੈ, ਔਰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਜ਼ਿਲ੍ਹਾ ਪੱਧਰ ਦੇ ਖੇਤੀਬਾੜੀ ਮੁੱਖ ਖੇਤੀਬਾੜੀ ਅਫਸਰ ਨਾਲ ਮੀਟਿੰਗ ਕਰਕੇ ਹਰ ਇੱਕ ਜ਼ਿਲ੍ਹੇ ਦੀ ਐਕਸ਼ਨ ਪਲਾਨ ਜਿਹੜੀ ਉਹ ਬਣਾਉਣ ਵਾਸਤੇ ਕਿਹਾ, ਤਾਂ ਜੋ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਿਹੜੀ ਕਿਹੜੀ ਰਿਕੁਆਇਰਮੈਂਟ ਹੈ ਇਸ ਨੂੰ ਅਸੀਂ ਬਰੀਕੀ ਦੇ ਨਾਲ ਉਹਦੀ ਸਟੱਡੀ ਕਰਕੇ ਅਸੀਂ ਪੇਸ਼ ਕਰ ਰਹੇ ਹਾਂ, ਤਾਂ ਜੋ ਕਿ ਭਵਿੱਖੀ ਯੋਜਨਾਵਾਂ ਜਿਹੜੀਆਂ ਨੇ ਉਹ ਜ਼ਿਲ੍ਹਾ ਦੇ ਆਧਾਰ 'ਤੇ ਔਰ ਬਲਾਕ ਦੇ ਆਧਾਰ 'ਤੇ ਜਿਹੜੀਆਂ ਉਹਨਾਂ ਨੂੰ ਬਣਾਈਆਂ ਜਾਣ, ਤਾਂ ਜੋ ਕਿ ਜਿਹੜੀ ਅਸੀਂ ਭਵਿੱਖੀ ਖੇਤੀ ਨੂੰ ਜਿਹੜਾ ਲਾਹੇਵੰਦ ਬਣਾ ਸਕੀਏ। ਬਹੁਤ ਬਹੁਤ ਥੈਂਕ ਯੂ ਡਾਕਟਰ ਸਾਹਿਬ। ਸੋ ਕਿਉਂਕਿ ਮੋਸਟਲੀ ਅਗਰ ਆਪਾਂ ਇੱਕ ਇੰਟਰਵਿਊ ਦੇ ਮੁੱਦੇ ਨੂੰ ਨਾ ਦੇਖਦੇ ਹੋਏ ਇੱਕ ਦੁਨਿਆਵੀ ਪੱਖ ਨੂੰ ਦੇਖੀਏ ਤਾਂ ਮੈਂ ਡਿਸਅਪੋਇੰਟਡ ਸੀ ਇਸ ਗੱਲਾਂ ਤੋਂ ਵਾਕਿਆ ਹੀ, ਜਦੋਂ ਕਿਸਾਨਾਂ ਤੋਂ ਆਪਾਂ ਨੂੰ ਸੁਣਨ ਨੂੰ ਮਿਲਦਾ ਸੀ ਵੀ ਸ਼ੂਗਰ ਕੇਨ ਦੀ ਫਸਲ ਤੋਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ, ਬਟ ਤੁਹਾਡੀਆਂ ਹੁਣ ਗੱਲਾਂ ਸੁਣ ਕੇ ਮੈਨੂੰ ਲੱਗਦਾ ਹੈ ਵੀ ਜੋ ਪੰਜਾਬ ਸਰਕਾਰ ਹੈ ਹੁਣ ਕਿਸਾਨ ਹਿੱਤ ਦੇ ਬਾਰੇ ਬਹੁਤ ਕੁਝ ਸੋਚ ਰਹੀ ਹੈ। ਸੋ ਕਿਸਾਨ ਹਿੱਤ ਦੇ ਨਾਲ ਨਾਲ ਇੱਕ ਗੱਲ ਜੁੜੀ ਸੀ, ਗੱਲ ਕਰ ਰਹੇ ਸੀ ਵੀ ਫਸਲਾਂ ਦੀ ਤੁਸੀਂ ਗੱਲ ਕੀਤੀ, ਫਸਲਾਂ ਦੇ ਵਿੱਚੋਂ ਕਹਿੰਦੇ ਸੀ ਵੀ ਇੱਕ ਵਾਰੀ ਸਰੋਂ ਨੂੰ ਵੀ ਪਹਿਲਾਂ ਪ੍ਰਮੋਟ ਕੀਤਾ ਗਿਆ ਸੀ ਤੇ ਇਹ ਮੰਡੀਕਰਨ ਸਮੇਂ ਰਿਜੈਕਟ ਹੋ ਗਈ ਸੀ ਤੇ ਕਿਸਾਨ ਇਸ ਤੋਂ ਬਹੁਤ ਨਿਰਾਸ਼ ਹੋਏ ਸਨ, ਇਸ ਗੱਲ ਵਿੱਚ ਕੀ ਧਿਆਨ ਰੱਖਿਆ ਗਿਆ ਹੈ ਹੁਣ ਦੇ ਟਾਈਮ ਦੇ ਵਿੱਚ? ਮੈਂ ਇਹ ਸਮਝਦਾ ਕਿ ਜਿਸ ਟਾਈਮ ਦੇ ਉੱਤੇ ਇਹ ਜਿਹੜਾ ਹਿਓਲਾ ਸਰਸੋਂ ਜਿਹੜੀ ਸੀਗੀ ਉਹਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਜੀ,
ਕਿਉਂਕਿ ਉਹ ਇਸ ਕਰਕੇ ਜਿਹੜੀ ਕਿਉਂਕਿ ਹਾੜੀ ਦੇ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਹੈ, ਇੱਕ ਨੰਬਰ ਵਨ। ਨੰਬਰ ਦੋ ਤੇ ਉਹਦਾ ਮੰਡੀਕਰਨ ਜਿਹੜਾ ਹੈਗਾ ਸੀ ਅਸ਼ੋਰ ਨਹੀਂ ਕਰ ਸਕੇ, ਔਰ ਨੰਬਰ ਤਿੰਨ ਤੇ ਉਹਦਾ ਸੀਡ ਵੀ ਬਹੁਤ ਮਹਿੰਗਾ ਸੀਗਾ। ਸਾਨੂੰ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਪਾਣੀ ਬਚਾਉਣ ਦੀ ਲੋੜ ਸੀ। ਜੇਕਰ ਅਸੀਂ ਪੰਜਾਬ ਦੇ ਵਿੱਚ ਕਿਸੇ ਕਰੋਪ ਨੂੰ ਆਪਾਂ ਡਿਵੈਲਪ ਕਰਨਾ ਹੈ ਤੇ ਸਾਨੂੰ ਜਿਹੜਾ ਹੈ ਉਹਦੇ ਵਾਸਤੇ ਸਾਨੂੰ ਸਾਉਣੀ ਦੇ ਵਿੱਚ ਹੀ ਆਉਣਾ ਪਏਗਾ, ਜਿਹੜੀ ਕਿ ਹੁਣ ਫਸਲੀ ਵਿਭਿੰਨਤਾ ਦੀ ਜਿਹੜੀ ਸਾਡੀ ਨੀਤੀ ਹੈ ਅਸੀਂ ਸਾਉਣੀ ਦੇ ਉੱਤੇ ਫੋਕਸ ਕਰ ਰਹੇ ਹਾਂ, ਨੰਬਰ ਵਨ। ਨੰਬਰ ਦੋ ਦੇ ਉੱਤੇ ਜੇ ਅਸੀਂ ਦਾਲਾਂ ਜਾਂ ਤੇਲ ਬੀਜ ਫਸਲਾਂ ਕੋਈ ਵੀ ਬੀਜਦੇ ਹਾਂ ਤੇ ਜਿਸ ਟਾਈਮ ਦੇ ਉੱਤੇ ਅਸੀਂ ਕੋਈ ਹਾੜੀ ਦੇ ਵਿੱਚ ਕਣਕ ਦੀ ਥੱਲਿਓ ਰਕਬਾ ਕੱਢਣ ਦੀ ਗੱਲ ਕਰਦੇ ਹਾਂ ਤੇ ਇਹ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਦੀ ਪ੍ਰੋਬਲਮ ਆ ਜਾਂਦੀ ਕਿ ਅਨਾਜ ਜਿਹੜਾ ਉਹ ਕਦੀ ਵੀ ਘੱਟ ਨਹੀਂ ਹੋਣਾ ਚਾਹੀਦਾ। ਇਸ ਕਰਕੇ ਜਿਹੜਾ ਦੇਸ਼ ਦੇ ਕੇਂਦਰੀ ਪੂਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਕਣਕ ਦਾ ਜਿਹੜਾ ਉਹ ਪੰਜਾਬ ਪਾਉਂਦਾ ਹੈ, ਔਰ ਇਹ ਇਹਦੇ ਥੱਲਿਓ ਰਕਬਾ ਘਟਾਉਣ ਵਾਸਤੇ ਕਦੀ ਵੀ ਜਿਹੜੀ ਆ ਸਰਕਾਰ ਕੇਂਦਰ ਸਰਕਾਰ ਜਿਹੜੀ ਉਹ ਸਹਿਮਤ ਨਹੀਂ ਹੋਏਗੀ। ਇਸ ਕਰਕੇ ਜਿਹੜਾ ਉਹ ਸ਼ੋਰਟ ਮੰਡੀਕਰਨ ਨਾ ਮਿਲਣ ਕਰਕੇ ਜਿਹੜੇ ਕਿਸਾਨ ਜਿਹੜੇ ਸੀਗੇ ਉਹ ਇਸ ਫਸਲ ਨੂੰ ਅਪਣਾ ਨਹੀਂ ਸਕੇ। ਇਹ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਾਡੀਆਂ ਕੋਈ ਪ੍ਰੋਪੋਜ਼ਲ ਜਾਂ ਕੋਈ ਸਕੀਮਾਂ ਜਿਹੜੀਆਂ ਜਾਂਦੀਆਂ ਰਹੀਆਂ ਨੇ ਉਹਨਾਂ ਨੂੰ ਕੋਈ ਤਰਕ ਸੰਗਤ ਬਣਾ ਕੇ ਨਹੀਂ ਭੇਜਿਆ ਜਾਂਦਾ ਰਿਹਾ, ਔਰ ਇਹ ਜਿਹੜੀਆਂ ਇਸ ਸਵਰੀ ਅਸੀਂ ਸਾਰੀ ਚੀਜ਼ ਬਣਾਈ ਹੈ ਬਕਾਇਦਾ ਉਹਨੂੰ ਕੈਲਕੂਲੇਟ ਕੀਤਾ ਗਿਆ ਕਿ ਨੈਸ਼ਨਲ ਫੂਡ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਵੀ ਸਾਡਾ ਜਿਹੜਾ ਅਨਾਜ ਦਾ ਜਿਹੜਾ ਯੋਗਦਾਨ ਹੈ ਉਹ ਪੂਰਾ ਰੱਖਿਆ ਜਾਏਗਾ। ਅਸੀਂ ਜਿਹੜੀਆਂ ਹਲਕੀਆਂ ਤੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਪ੍ਰਮੋਟ ਹੋ ਸਕਦੀਆਂ ਨੇ ਉਹਨਾਂ ਨੂੰ ਕੀਤਾ ਜਾਏਗਾ, ਔਰ ਜਿਹੜੀ ਖਾਦਾਂ ਦੀ ਖਪਤ ਜਿਹੜੀ ਆ ਉਹ ਵੀ ਘਟਾਈ ਜਾਏਗੀ, ਔਰ ਕਿਸਾਨਾਂ ਨੂੰ ਨੀਡ ਬੇਸਡ ਜਿਹੜੀ ਹੈਗੀ ਆ ਉਹ ਖਾਦ ਪਾਉਣ ਵਾਸਤੇ, ਪਾਣੀ ਲਾਉਣ ਵਾਸਤੇ, ਜ਼ਹਿਰਾਂ ਦੀ ਵਰਤੋਂ ਕਰਨ ਵਾਸਤੇ, ਇਹ ਸਾਰੇ ਮੁੱਦੇ ਜਿਹੜੇ ਨੇ ਇਹ ਬੜੇ ਬਰੀਕੀ ਦੇ ਨਾਲ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਕਿਉਂ ਕਿ ਇਹ ਅਸੀਂ ਜਾਣਦੇ ਹਾਂ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਖਰਚੇ ਘਟਾਉਣੇ ਪੈਣਗੇ, ਫਿਰ ਹੀ ਅਸੀਂ ਆਪਾਂ ਅੱਗੇ ਵੱਧ ਸਕਦੇ ਹਾਂ ਨਾ। ਜੇਕਰ ਕਿਸਾਨ ਨੂੰ ਸਹੀ ਗਾਈਡੈਂਸ ਜਿਹੜੀ ਪਹੁੰਚਾਉਣ ਵਾਸਤੇ ਮੈਂ ਧੰਨਵਾਦ ਹਾਂ ਤੁਹਾਡੇ ਇੰਟਰਨੈਸ਼ਨਲ ਮੀਡੀਆ ਜਿਹੜਾ ਇਸ ਗੱਲ ਦੇ ਵਿੱਚ ਵੀ ਅੱਗੇ ਆਇਆ, ਔਰ ਜਿਹੜੀਆਂ ਅਸੀਂ ਨਵੀਆਂ ਫਸਲਾਂ ਦੇ ਰਹੇ ਹਾਂ ਅਸੀਂ ਹੁਣ ਜਿਹੜਾ ਇਹਦੀ ਪ੍ਰੋਸੈਸਿੰਗ ਜਿਹੜੀ ਵੈਲਿਊ ਐਡੀਸ਼ਨ ਕਰਨੀ ਹੈ, ਔਰ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਪੰਜਾਬ ਦੇ ਲੋਕਾਂ ਦੇ ਜਿਹੜੇ ਪੰਜਾਬੀ ਵੀਰ ਸਾਡੇ ਬਾਹਰ ਬੈਠੇ ਨੇ, ਹਿੰਦੁਸਤਾਨ ਦੇ ਵੀਰ ਬਾਹਰ ਬੈਠੇ ਨੇ, ਹੁਣ ਸਾਡੇ ਸੂਬੇ ਦੇ ਵਿੱਚ ਬੜਾ ਹੀ ਖੁਸ਼ਗਵਾਰ ਮਾਹੌਲ ਚੱਲ ਰਿਹਾ, ਔਰ ਫਸਲੀ ਵਿਭਿੰਨਤਾ ਦੇ ਵਿੱਚ ਤੁਹਾਡੇ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਹੋਏ ਵੀਰਾਂ ਵੱਲੋਂ ਵੀ ਕੋਈ ਇਹਦੇ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਹੈ, ਕੋਈ ਤੁਹਾਡਾ ਯੋਗਦਾਨ ਇਹਦੀ ਵੈਲਿਊ ਐਡੀਸ਼ਨ ਦੇ ਵਿੱਚ ਕੀਤਾ ਜਾ ਸਕਦਾ ਤੇ ਉਹਦਾ ਵੈਲਕਮ ਜਿਹੜਾ ਸਰਕਾਰ ਵੱਲੋਂ ਕੀਤਾ ਜਾਏਗਾ। ਕਿਉਂਕਿ ਸਰਕਾਰ ਹਰ ਇੱਕ ਉਹ ਗੱਲ ਜਿਹੜੀ ਅਸੀਂ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਦੇ ਸਕਦੇ ਹਾਂ, ਚਾਹੇ ਕੋਈ ਮਾਰਕੀਟਿੰਗ ਦੀ ਹੈ, ਪੈਕਿੰਗ ਦੀ ਹੈ, ਵੈਲਿਊ ਐਡੀਸ਼ਨ ਦੀ ਹੈ, ਬਾਇਓ ਪ੍ਰੋਡਕਟਸ ਬਣਾਉਣ ਦੀ ਗੱਲ ਹੈ, ਜਿਹੜੀਆਂ ਅਸੀਂ ਫਸਲਾਂ ਸੂਬੇ ਦੇ ਵਿੱਚ ਉਗਾਉਣ ਜਾ ਰਹੇ ਹਾਂ, ਇਹਦੇ ਵਿੱਚ ਅਸੀਂ ਵੀ ਤੁਹਾਡੇ ਵਿੱਚੋਂ ਜੋ ਨਵੀਆਂ ਗੱਲਾਂ ਬਾਅਦ ਦੇ ਦੇਸ਼ਾਂ 'ਚ ਹੋ ਸਕਦੀਆਂ ਨੇ, ਕਿਉਂਕਿ ਅਸੀਂ ਸਾਡੇ ਕੋਲ ਇੰਨੇ ਮੌਕੇ ਨਹੀਂ ਹੈ, ਪਰ ਤੁਸੀਂ ਸਾਡੇ ਵਿੱਚ ਜੋ ਜ਼ਰੂਰ ਯੋਗਦਾਨ ਪਾ ਸਕਦੇ ਹੋ। ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਮੈਸੇਜ ਵੀ ਦੇਣਾ ਚਾਹੁੰਦਾ ਕਿ ਇਸ ਟਾਈਮ ਦੇ ਉੱਤੇ ਪੰਜਾਬ ਦੀ ਖੇਤੀ ਨੂੰ ਨਵੀਆਂ ਲੀਹਾਂ ਦੇ ਉੱਤੇ ਲਿਜਾਣ ਦੀ ਲੋੜ ਹੈ, ਜਿੱਦਾਂ ਹਰੀ ਕ੍ਰਾਂਤੀ ਲਿਆਂਦੀ ਸੀ ਉਸੇ ਤਰ੍ਹਾਂ ਫਸਲੀ ਵਿਭਿੰਨਤਾ ਵਿੱਚ ਵੀ ਅੱਗੇ ਵਧਣ ਦੀ ਲੋੜ ਹੈ ਜੀ। ਬਿਲਕੁਲ ਜੀ, ਬਿਲਕੁਲ, ਤੁਸੀਂ ਠੀਕ ਆਖਿਆ, ਕਿਉਂਕਿ ਮੋਸਟਲੀ ਅਗਰ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪੰਜਾਬੀ ਬੈਠੇ ਹੋਏ ਤੇ ਈਵਨ ਉਹਨਾਂ ਦੀਆਂ ਜ਼ਮੀਨਾਂ ਬਹੁਤ ਪੰਜਾਬ ਦੇ ਵਿੱਚ ਹਨ, ਬਟ ਉਹ ਕੇਵਲ ਉਹ ਇੱਕ ਫਸਲੀ ਵਿਭਿੰਨਤਾ ਨੂੰ ਨਾ ਦੇਖਦੇ ਹੋਏ ਮੁੜ ਉਸੇ ਕਹਿੰਦੇ ਨੇ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਨੂੰ ਉਸ ਨੂੰ ਦੇਖਦੇ ਹੋਏ ਉਹ ਇਸ ਤੋਂ ਮੁੱਖ ਮੋੜ ਗਏ ਸੀ, ਬਟ ਜੋ ਹੁਣ ਨਵੀਆਂ ਪਾਲਿਸੀਜ਼ ਤੁਸੀਂ ਲੈ ਕੇ ਆ ਰਹੇ ਹੋ, ਆਈ ਥਿੰਕ ਉਹ ਸਭ ਨੂੰ ਪਸੰਦ ਆਉਣਗੀਆਂ ਤੇ ਉਹ ਮੁੜ ਆਪਣੇ ਇਸ ਖੇਤੀ ਪ੍ਰੋਫੈਸ਼ਨ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਡਾਕਟਰ ਸਾਹਿਬ, ਮੇਰੇ ਪਾਸ ਇੱਕ
ਸੁਨੀਤਾ ਰਾਣੀ ਜੀ ਬਰਨਾਲਾ ਵਾਲਿਆਂ ਨੇ ਇੱਕ ਤੁਹਾਡੀ ਪ੍ਰਮੋਸ਼ਨ ਦੇ ਲਈ ਕਾਫੀ ਮੈਂ ਉਹਨਾਂ ਕੋਲੋਂ ਇਨਫੋਰਮੇਸ਼ਨ ਲਈ। ਸੋ ਇੱਕ ਸਬਜੈਕਟ ਉਹਨਾਂ ਨੇ ਮੈਨੂੰ ਦਿੱਤਾ ਵੀ ਇੱਕ ਝੋਨੇ ਦੀ ਸਿੱਧੀ ਬਿਜਾਈ ਤੇ ਵੱਟਾਂ ਉੱਪਰ ਮੱਕੀ ਦੀ ਕਾਸ਼ਤ, ਇਹਦੇ ਡਿਫਰੈਂਸ ਜ਼ਰੂਰ ਸਾਡੇ ਲਿਸਨਰ ਨੂੰ ਦੱਸਣਾ ਵੀ ਇਹ ਕੀ ਡਿਫਰੈਂਸ ਨੇ, ਵੀ ਪਹਿਲਾਂ ਜਿਹੜਾ ਹੈ ਵੀ ਝੋਨੇ ਦੀ ਸਿੱਧੀ ਬਿਜਾਈ ਦਾ ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਹੋ ਵੀ ਸਭ ਤੋਂ ਪਹਿਲਾਂ ਰੀਜ਼ਨ ਤਾਂ ਹੈ ਵੀ ਆਪਾਂ ਪਾਣੀ ਦਾ ਜਿਹੜਾ ਬਚਾਅ ਹੁੰਦਾ ਹੈ, ਬਟ ਐਕਸਪਲੇਨ ਕਰਨਾ ਜ਼ਰੂਰੀ ਬਣਦਾ ਹੈ ਕਿਉਂਕਿ ਜੇ ਅੱਜ ਆਪਾਂ ਗੱਲ ਕਰੀਏ ਵੀ ਹੁਣ ਅਬਰੋਡ ਦੇ ਲਿਸਨਰਸ, ਪੰਜਾਬ ਦੇ ਲਿਸਨਰਸ ਸਭ ਸੁਣ ਰਹੇ ਨੇ ਇਸ ਚੀਜ਼ ਨੂੰ, ਸੋ ਉਸ ਨੀਤੀ ਬਾਰੇ ਵੀ ਉਹਨਾਂ ਨੂੰ ਜਾਣੂ ਹੋਣਾ ਚਾਹੀਦਾ ਹੈ ਵੀ ਵੱਟਾਂ ਉੱਪਰ ਮੱਕੀ ਦੀ ਕਾਸ਼ਤ ਕਿੱਦਾਂ ਕੀਤੀ ਜਾ ਸਕਦੀ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਉਹਨਾਂ ਨੂੰ ਕੀ ਲਾਭ ਹੋ ਸਕਦੇ ਨੇ। ਹਾਂ ਬਿਲਕੁਲ ਜੀ ਕਾਲਕ ਜੀ, ਇਹ ਬਹੁਤ ਹੀ ਵਧੀਆ ਅਹਿਮ ਹੈ ਕਿਉਂਕਿ ਨਵੀਆਂ ਤਕਨੀਕਾਂ ਜਿਹੜੀਆਂ ਅਸੀਂ ਜੇ ਕਿਸਾਨਾਂ ਨੂੰ ਦੱਸਾਂਗੇ ਤੇ ਤਦ ਹੀ ਅਸੀਂ ਜਿੱਥੇ ਪਾਣੀ ਨੂੰ ਬਚਾਉਣਾ ਉੱਥੇ ਅਸੀਂ ਉਹਨਾਂ ਦੀ ਝਾੜ ਵਿੱਚ ਵੀ ਵਾਧਾ ਕਰਨਾ। ਮੈਂ ਪਿਛਲੇ ਸਾਲ ਜਿਹੜੀ ਆ ਝੋਨੇ ਦੀ ਸਿੱਧੀ ਬਿਜਾਈ ਦਾ 20,000 ਹੈਕਟੇਅਰ ਥੱਲੇ ਰਕਬਾ ਲਿਆਂਦਾ ਸੀਗਾ, ਔਰ ਮੈਂ ਇੱਕ ਗੱਲ ਦੱਸ ਦਿਆਂ ਕਿ ਸਾਡੀ ਬੇਸਮਝੀ ਕਰਕੇ, ਕਿਉਂਕਿ ਅਸੀਂ ਝੋਨੇ ਦੀ ਫਸਲ ਨੂੰ ਮੱਛੀ ਵਾਲੀ ਫਸਲ ਬਣਾਤਾ। ਮੇਰਾ ਕਹਿਣ ਦੀ ਗੱਲ ਹੈਗੀ ਹੈ ਕਿ ਕਿਸੇ ਫਸਲ ਨੂੰ ਮੱਛੀ ਵਾਲੀ ਫਸਲ ਬਣਾਉਣਾ ਵੀ ਇਹ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਇਹ ਬਿਲਕੁਲ ਇਹ ਗਲਤ ਗੱਲ ਸੀਗੀ। ਕਿਉਂਕਿ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਝੋਨਾ ਇੰਟਰੋਡਿਊਸ ਕੀਤਾ ਤੇ ਉਸ ਟਾਈਮ ਦੇ ਉੱਤੇ ਕੀ ਸੀਗਾ ਵੀ ਝੋਨੇ ਦੇ ਵਿੱਚ ਇਹ ਪਾਣੀ ਨੂੰ ਸਹਾਰ ਸਕਦੀ ਫਸਲ ਸੀ, ਤੇ ਉਹਨਾਂ ਨੇ ਕਿਹਾ ਕਿ ਇਹ ਨਦੀਨਾਂ ਦੀ ਕੰਟਰੋਲ ਕਰਨਾ, ਤੇ ਉਸ ਟਾਈਮ ਦੇ ਉੱਤੇ ਨਦੀਨ ਥੋੜੇ ਹੁੰਦੇ ਸੀ, ਚੌੜੇ ਪੱਤਿਆਂ ਦੇ ਹੁੰਦੇ ਸੀਗੇ, ਤੇ ਉਹ ਕੀ ਹੁੰਦਾ ਸੀ ਪਾਣੀ ਖਿਲਾ ਦੀਦਾ ਸੀ ਤਾਂ ਨਦੀਨ ਜਿਹੜੇ ਸੀਗੇ ਉਹ ਮਰ ਜਾਂਦੇ ਸੀਗੇ। ਉਹ ਬੇਸਮਝੀ ਦੇ ਨਾਲ ਹੀ ਇਹਨਾਂ ਨੇ ਉਹ ਜਿਹੜਾ ਕਿਹਾ ਕਿ ਵੀ ਇਹ ਜਿਹੜੀ ਹੈਗੀ ਆ ਝੋਨੇ ਦੀ ਫਸਲ ਇਹ ਬਲਕਿ ਪਾਣੀ ਤੋਂ ਬਗੈਰ ਪਾਲ ਨਹੀਂ ਸਕਦੀ, ਔਰ ਗੱਲ ਇਹ ਸੀ ਕਿ ਉਸ ਟਾਈਮ ਦੇ ਉੱਤੇ ਨਦੀਨਾਂ ਦੀ ਰੋਕਥਾਮ ਵਾਸਤੇ ਹੀ ਪਾਣੀ ਖਿਲਾਰਿਆ ਜਾਂਦਾ ਸੀਗਾ। ਉਸ ਤੋਂ ਅੱਗੇ ਸਟੱਡੀ ਨਹੀਂ ਕੀਤੀ ਕਿਉਂਕਿ ਇਹ ਜਿਹੜੀ ਹੈਗੀ ਆ ਬਿਲਕੁਲ ਸਿੱਧੀ, ਜਿੱਦਾਂ ਆਪਾਂ ਕਣਕ ਬੀਜਦੇ ਹਾਂ ਉਹਦੇ ਵਾਸਤੇ ਇੱਕ ਝੋਨੇ ਦੀ ਬਿਜਾਈ ਵਾਸਤੇ ਵੀ ਅਸੀਂ ਡਰਿੱਲ ਬਣਾਈ ਹੈ, ਔਰ ਅਸੀਂ ਸੁੱਕੀ ਵੀ ਉਹਨੂੰ ਲੇਜ਼ਰ ਲੈਂਡ ਲੈਵਲਰ ਦੇ ਨਾਲ ਉਹਨੂੰ ਜ਼ਮੀਨ ਨੂੰ ਪੱਧਰਾ ਕਰ ਲੈਣਾ, ਔਰ ਉਸ ਤੋਂ ਬਾਅਦ ਅਸੀਂ ਉਹ 8 ਕਿਲੋ ਬੀਜ ਜਿਹੜਾ ਝੋਨੇ ਦਾ ਆਮ ਹੁੰਦਾ ਉਹਨੂੰ ਉਸੇ ਤਰ੍ਹਾਂ ਹੀ ਉਹਨੂੰ ਡਿੱਲ ਦੇ ਵਿੱਚ ਜਿੱਦਾਂ ਕਣਕ ਬੀਜੀ ਦੀ ਅਸੀਂ ਬੀਜ ਦੇਣੀ ਹੈ, ਔਰ ਹਲਕਾ ਜਿਹਾ ਪਾਣੀ ਲਾ ਦੇਣਾ, ਔਰ 2-3 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ 'ਚ ਜਾਂ ਤਾਂ ਅਸੀਂ ਸਟੋਪ ਦਵਾਈ ਪਾ ਦਿਆਂਗੇ 1 ਲੀਟਰ, ਔਰ ਜੇਕਰ ਉਹ ਆਪਾਂ ਨਿਕਲ ਜਾਂਦੇ ਤੇ 20-25 ਦਿਨਾਂ ਦੇ ਬਾਅਦ 125 ਲੀਟਰ ਜਿਹੜੀ ਹੈਗੀ ਆ ਨੋਮੀ ਗੋਲਡ ਦਵਾਈ ਆ ਉਹਦੇ ਨਾਲ ਅਸੀਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਜਿੱਦਾਂ ਆਪਾਂ ਕਣਕ ਨੂੰ ਲਾਉਣੇ ਆ ਤਰੇੜਾਂ ਨਹੀਂ ਪੈ ਦੇਣੀਆਂ ਉਹਨੂੰ ਪਾਣੀ ਲਾਈ ਜਾਓ ਜੀ, ਇਸ ਤਰ੍ਹਾਂ ਕਰਕੇ ਅਸੀਂ 20-25% ਜਿਹੜਾ ਪਾਣੀ ਦੀ ਸੇਵਿੰਗ ਕਰ ਸਕਦੇ ਹਾਂ, ਔਰ 7-8% ਸਾਡਾ ਜਿਹੜਾ ਝਾੜ ਵੱਧ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਲੇਬਰ ਕੋਸਟ ਜਿਹੜੀ ਸੀਗੀ 6-7 ਹਜ਼ਾਰ ਰੁਪਇਆ ਸਾਨੂੰ ਪ੍ਰਤੀ ਕਿੱਲਾ ਖਰਚਾ ਪੈਂਦਾ ਸੀ ਉਹ ਅਸੀਂ ਘੱਟ ਕਰ ਸਕਦੇ ਹਾਂ, ਔਰ ਇਸ ਤਕਨੀਕ ਨੂੰ ਅਸੀਂ ਇਸ ਸਾਲ 50,000 ਹੈਕਟੇਅਰ ਰਕਬੇ ਵਿੱਚ ਲੈ ਕੇ ਗਏ ਹਾਂ, ਔਰ ਮੇਰਾ ਖਿਆਲ ਇਹ ਪਲੱਸ ਹੀ ਹੋਏਗਾ, ਖਾਸ ਤੌਰ ਤੇ ਬਾਸਪਤੀ ਹੈ ਤੇ ਜਿਹੜਾ ਪੈਡੀ ਹੈ ਇਹਦੇ ਵਿੱਚ ਵੀ ਅਸੀਂ ਇਹ ਨਵੀਂ ਤਕਨੀਕ ਯਾਦ ਕੀਤੀ ਹੈ। ਦੂਸਰੀ ਗੱਲ ਰਹਿ ਗਈ ਜੀ ਮੱਕੀ ਦੀ, ਮੱਕੀ ਦੀ ਜਿਹੜੀ ਕਿਉਂਕਿ ਟ੍ਰੈਡੀਸ਼ਨਲ ਏਰੀਆ ਸੀਗਾ ਲੋਕ ਝੋਨੇ ਥੱਲੇ ਅਸੀਂ ਰਕਮਾਂ ਕੱਢਣਾ, ਤੇ ਜੇਕਰ ਉਹ ਜਿਹੜੀ ਕਿਉਂਕਿ ਕੱਦੂ ਮਾਰ ਮਾਰ ਕੇ ਜਿਹੜਾ ਥੱਲੇ ਸਾਡਾ ਹਾਰਡ ਪੈਨ ਬਣ ਗਿਆ, ਜੇ ਅਸੀਂ ਫਲੈਟ ਸੋਇੰਗ ਕਰਾਂਗੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜੇ ਜ਼ਿਆਦਾ ਬਰਸਾਤ ਹੋ ਗਈ ਜਾਂ ਕਿਤੇ ਜ਼ਿਆਦਾ ਪਾਣੀ ਲੱਗ ਗਿਆ ਤੇ ਇਹ ਜਿਹੜੀ ਆ ਪਾਣੀ ਦੇ ਵਿੱਚ ਇਹ ਜਿਹੜੀ ਫਸਲ 1-2 ਦਿਨਾਂ ਦੇ ਵਿੱਚ ਹੀ ਸਾਰੀ ਮਰ ਜਾਏਗੀ। ਇਸ ਕਰਕੇ ਇਸ ਦੀ ਅਸੀਂ ਮੇਜ਼ ਬੈੱਡ ਪਲਾਂਟਰ ਜਿਹੜੀ ਹੈਗੀ ਆ ਮਸ਼ੀਨ ਦੇ ਨਾਲ ਇਹਦੀ ਅਸੀਂ ਵੱਟਾਂ ਤੇ ਬਿਜਾਈ ਕਰਦੇ ਹਾਂ, ਜੇਕਰ ਜ਼ਿਆਦਾ ਮੀਂਹ ਪੈ ਵੀ ਜਾਵੇ ਤੇ ਅਸੀਂ ਉਹਦਾ ਡਰੇਨ ਆਊਟ ਪਾਣੀ ਕਰ ਦਿੰਦੇ ਹਾਂ। ਸੋ ਇਸ ਕਰਕੇ ਇਹ ਕਿਉਂਕਿ ਤਕਨੀਕਾਂ ਨੇ ਜਿਹੜੀਆਂ ਕਿਸਾਨਾਂ ਨੂੰ ਅਸੀਂ ਦੱਸੀਆਂ ਨੇ, ਔਰ ਜਿਹਦੇ ਨਾਲ ਜਿਹੜੇ ਕਿਸਾਨ ਜਿਹੜੇ ਉਹ ਫਾਇਦਾ ਲੈ ਸਕਦੇ, ਜੇ ਜ਼ਿਆਦਾ ਮੀਂਹ ਪੈ ਗਿਆ ਕਿਉਂਕਿ ਮੱਕੀ ਉੱਤੇ ਬੀਜੀ ਆ ਮੱਕੀ ਮਰੇਗੀ ਨਹੀਂ, ਔਰ ਉਹਨੂੰ ਅਸੀਂ ਖਾਦੇ ਦੇ ਰਾਹੀਂ ਪਾਣੀ ਡਰੇਨ ਆਊਟ ਕਰ ਦਿਆਂਗੇ, ਔਰ ਇਹਦੇ ਨਾਲ ਜਿਹੜਾ ਸਾਡਾ ਝਾੜ ਵੀ ਜ਼ਿਆਦਾ ਨਿਕਲਦਾ ਜੀ, ਔਰ ਇਹਦੇ ਵਿੱਚ ਅਸੀਂ ਜੇ ਕੋਈ ਇੰਟਰਕ੍ਰੋਪਿੰਗ ਕਰਨੀ ਚਾਹੁੰਦੇ ਹਾਂ ਮੱਕੀ ਦੇ ਵਿੱਚ ਵੀ ਇੰਟਰਕ੍ਰੋਪਿੰਗ ਕੀਤੀ ਜਾ ਸਕਦੀ ਹੈ,
ਉਹਦੇ ਤੋਂ ਅਸੀਂ ਐਡੀਸ਼ਨਲ ਜਿਹੜੀ ਆ ਇਨਕਮ ਅਸੀਂ ਲੈ ਸਕਦੇ ਹਾਂ। ਸੋ ਸਾਡੇ ਕੋਲ ਹੁਣ ਇੱਕ ਇੱਕ ਫਸਲਾਂ ਦੀ ਦੋ ਦੋ ਤਿੰਨ ਤਿੰਨ ਫਸਲਾਂ ਅਸੀਂ ਲੈਣ ਦੀ ਜਿਹੜੀ ਸਕੀਮ ਕਰ ਰਹੇ ਹਾਂ, ਰਲੇ ਕਰੋਪ ਵਗੈਰਾ ਦਾ ਹੈਗਾ ਸਾਡਾ ਜਿਹੜਾ ਹੈ ਹੁਣ ਛੋਟਾ ਤੇ ਦਰਮਿਆਨਾ ਕਿਸਾਨ ਫੋਕਸ ਅਸੀਂ ਕਰ ਰਹੇ ਹਾਂ ਕਿ ਘਟ ਰਹੀਆਂ ਜ਼ਮੀਨਾਂ ਦੇ ਵਿੱਚੋਂ ਵੱਧ ਆਮਦਨ ਤੇ ਖਰਚੇ ਘਟਾ ਕੇ ਕਿਵੇਂ ਅਸੀਂ ਉਹ ਇਨਕਮ ਲੈਣੀ ਹੈ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਮੇਰੇ ਮਾਇੰਡ ਚ ਇੱਕ ਸਵਾਲ ਆਇਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਝੋਨੇ ਦੀ ਸਿੱਧੀ ਬਿਜਾਈ ਜਾਂ ਵੱਟਾਂ ਪਰ ਮੱਕੀ ਦੀ ਕਾਸ਼ਤ ਲਈ ਇੱਕ ਸਪੈਸ਼ਲ ਇੰਸਟਰੂਮੈਂਟਸ ਦੀ ਜ਼ਰੂਰਤ ਪੈਂਦੀ ਹੈ, ਕੀ ਉਹ ਇੰਸਟਰੂਮੈਂਟਸ ਜਿਹੜੇ ਉਹ ਸਰਕਾਰ ਵੱਲੋਂ ਕਿਸਾਨ ਨੂੰ ਮੁਹੱਈਆ ਕਰਵਾਏ ਜਾਵਣਗੇ ਆਪਣੇ ਵੱਲੋਂ ਡਿਪਾਰਟਮੈਂਟ ਵੱਲੋਂ, ਜਾਂ ਉਹਨਾਂ ਨੂੰ ਮਾਰਕੀਟ ਦੇ ਵਿੱਚ ਉਹ ਇੰਸਟਰੂਮੈਂਟਸ ਲੈਣੇ ਪੈਣਗੇ, ਜਾਂ ਉਹਨਾਂ ਨੂੰ ਉਹਦੇ ਸਿੱਖਿਆ ਕਿੱਥੋਂ? ਮੈਂ ਇਹ ਦੱਸਦਾ ਵੀ ਅਸੀਂ ਇਹ ਜਲਦੀ ਹੀ ਸਾਰੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿਆਂਗੇ ਜਿਹੜੀਆਂ ਬਦਲਵੀਆਂ ਫਸਲਾਂ ਵਾਸਤੇ ਜਿੰਨਾ ਵੀ ਮਸ਼ੀਨੀਕਰਨ ਵਾਸਤੇ ਉਹਨਾਂ ਨੂੰ ਸਮਾਨ ਚਾਹੀਦਾ, ਇਹ ਅਸੀਂ 50% ਸਬਸਿਡੀ ਤੇ ਮੁਹੱਈਆ ਕਰਵਾ ਰਹੇ ਹਾਂ ਜੀ। ਔਰ ਜੇ ਕਿਸੇ ਨੇ ਰੋਟਾਵੇਟਰ, ਲੇਜ਼ਰ ਲੈਂਡ, ਲੈਵਲਰ ਜਾਂ ਕੋਈ ਮੇਜ਼ ਹਾਰਵੈਸਟਰ ਕੋਈ ਵੀ ਚੀਜ਼ ਲੈਣੀ ਹੈ ਤੇ ਇਹ ਸਾਡੇ ਕੋਲ ਇੰਨੀ ਫੰਡਸ ਨੇ ਸਰਕਾਰ ਕੋਲ ਕਿ ਅਸੀਂ ਜਿੰਨੇ ਵੀ ਕਿਸੇ ਨੂੰ ਚਾਹੀਦੇ ਨੇ ਅਸੀਂ ਉਹਨਾਂ ਨੂੰ ਇਨ ਅਬੰਡੈਂਸ ਅਸੀਂ ਦੇ ਦਿਆਂਗੇ। ਔਰ ਇਹਦਾ ਅਸੀਂ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਹਾਂ ਕਿ ਜੇ ਅਸੀਂ ਕਿਸਾਨਾਂ ਨੂੰ ਇਸ ਪਾਸੇ ਪ੍ਰੇਰਿਤ ਕਰਨਾ ਤੇ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ 50% ਸਬਸਿਡੀ ਦੇ ਉੱਤੇ ਉਹਨਾਂ ਨੂੰ ਇਹ ਅਸੀਂ ਮੁਹੱਈਆ ਕਰਵਾ ਰਹੇ ਹਾਂ। ਔਰ ਸਾਡੇ ਕੋਲ ਫੰਡ ਦੀ ਕੋਈ ਘਾਟ ਨਹੀਂ, ਔਰ ਜਿਹੜੇ ਜਿਹੜੇ ਕਿਸਾਨ ਨੇ ਲੈਣਾ ਆਪਣੇ ਨੇੜਲੇ ਮੁੱਖ ਖੇਤੀਬਾੜੀ ਅਫਸਰ ਨੂੰ ਆਪਣੀਆਂ ਐਪਲੀਕੇਸ਼ਨਾਂ ਦੇ ਦੇਣ ਤਾਂ ਜੋ ਕਿ ਉਹਨਾਂ ਨੂੰ ਲੋੜ ਅਨੁਸਾਰ ਜਿਹੜੇ ਉਹਨਾਂ ਨੂੰ ਸਾਜੋ ਸਮਾਨ ਔਰ ਸੰਦ ਜਿਹੜੇ ਮੁਹੱਈਆ ਕਰਵਾਏ ਜਾਣ। ਬਿਲਕੁਲ, ਥੈਂਕਸ ਜੀ। ਸੋ ਮੈਂ ਸਭ ਲਿਸਨਰਸ ਨੂੰ ਦੱਸ ਦੇਣਾ ਚਾਹੁੰਦਾ ਕਿ ਦੋਸਤੋ ਇਸ ਸਮੇਂ ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਮੁਲਾਕਾਤ ਦੇ ਵਿੱਚ, ਡਾਕਟਰ ਮੰਗਲ ਸਿੰਘ ਸੰਧੂ ਸਾਡੇ ਨਾਲ ਜੁੜੇ ਹੋਏ ਨੇ, ਡਾਇਰੈਕਟਰ ਡਿਪਾਰਟਮੈਂਟ ਆਫ ਐਗਰੀਕਲਚਰ ਗਵਰਨਮੈਂਟ ਆਫ ਪੰਜਾਬ ਦੇ। ਸੋ ਆਪਾਂ ਉਹਨਾਂ ਪਾਸੋਂ ਜਾਣ ਰਹੇ ਹਾਂ ਸਰਕਾਰ ਵੱਲੋਂ ਖੇਤੀ ਚ ਵਿਭਿੰਨਤਾ ਦੇ ਲਿਆਉਣ ਦੇ ਲਈ ਨਵੀਆਂ ਸਕੀਮਾਂ ਦੇ ਬਾਰੇ, ਸੋ ਆਪਾਂ ਨੂੰ ਜਾਣਕਾਰੀ ਦੇ ਰਹੇ ਨੇ। ਸੋ ਉਹਨਾਂ ਨੇ ਨਵੀਆਂ ਫਸਲਾਂ ਨੂੰ ਕਿੱਦਾਂ ਅਪਣਾਉਣਾ ਹੈ, ਸੋ ਉਸ ਲਈ ਸਰਕਾਰ ਵੱਲੋਂ ਕੀ ਸੁਵਿਧਾਵਾਂ ਨੇ ਉਸ ਬਾਰੇ ਜਾਣਕਾਰੀ ਦੇ ਰਹੇ ਨੇ। ਸੋ ਆਈ ਥਿੰਕ ਸਭ ਲਿਸਨਰਸ ਕਰ ਰਹੇ ਹੋਣਗੇ ਇਸ ਪ੍ਰੋਗਰਾਮ ਨੂੰ ਇੰਜੋਏ। ਸੋ ਡਾਕਟਰ ਸਾਹਿਬ, ਹੁਣ ਮੈਂ ਆਪਣੇ ਨੈਕਸਟ ਸਵਾਲ ਦੇ ਵੱਲ ਆਉਣਾ ਚਾਹੁੰਦਾ ਹਾਂ ਜੀ। ਸੋ ਕਹਿੰਦੇ ਨੇ ਸਰਕਾਰ ਜਾਂ ਵਿਭਾਗ ਇਸ ਤਰ੍ਹਾਂ ਦੇ ਪ੍ਰੋਗਰਾਮ ਇੰਪਲੀਮੈਂਟ ਵੱਡੇ ਪੱਧਰ ਤੇ ਕਿਸਾਨਾਂ ਤੋਂ ਹੀ ਕਿਉਂ ਸ਼ੁਰੂ ਕਰਦੀਆਂ ਹੈ, ਛੋਟੇ ਕਿਸਾਨਾਂ ਦੇ ਪੱਧਰ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ? ਮੈਂ ਇੱਕ ਗੱਲ ਤੁਹਾਨੂੰ ਬੜੇ ਵਾਜੇ ਕਹਿਣਾ ਚਾਹੁੰਦਾ ਕਿ ਸਾਡੇ ਸੂਬੇ ਦੇ ਵਿੱਚ ਛੋਟੇ ਦੇ ਦਰਮਿਆਨੇ ਕਿਸਾਨਾਂ ਦੀ ਜਿਹੜੀ ਆ ਉਹ ਕਾਫੀ ਗਿਣਤੀ ਹੈ ਜੀ। ਔਰ ਅਸੀਂ ਜਿਹੜਾ ਉਹਨਾਂ ਨੂੰ ਮਾਇੰਡ ਵਿੱਚ ਰੱਖ ਕੇ ਹੀ ਸਕੀਮਾਂ ਜਿਹੜੀਆਂ ਉਹ ਅਸੀਂ ਚਲਾ ਰਹੇ ਹਾਂ ਜੀ। ਔਰ ਜਿੱਥੋਂ ਤੱਕ ਸਾਡੇ ਸੂਬੇ ਦੇ ਵਿੱਚ ਹੈ ਕਿ ਸਾਡੀ ਜਿੰਨੀ ਵੀ ਇੰਟੈਂਸਿਵ ਜਿਹੜੀ ਫਾਰਮਿੰਗ ਹੈ ਉਹ ਛੋਟੇ ਤੇ ਦਰਮਿਆਨੇ ਕਿਸਾਨ ਕਰ ਰਹੇ ਨੇ। ਜੇਕਰ ਤੁਸੀਂ ਅੰਮ੍ਰਿਤਸਰ ਦੇ ਵਿੱਚ ਚਲੇ ਜਾਓ ਤੇ ਜਿਹੜਾ ਸਾਡਾ ਜੰਡਿਆਲਾ ਤੇ ਨਵਾਂ ਪਿੰਡ ਦੇ ਇਧਰਲੇ ਪਾਸੇ ਮਹਿਤਾ ਰੋਡ ਦੇ ਉੱਤੇ ਜਿੰਨੇ ਵੀ ਨੇ ਧਾਰਣਾ ਹੋ ਗਿਆ, ਇਹ ਏਰੀਆ ਹੋ ਗਿਆ, ਮਲੇਰਕੋਟਲਾ ਏਰੀਆ ਹੋ ਗਿਆ, ਪੰਜਾਬ ਦੇ ਕੁਛ ਅਜਿਹੇ ਨੇ ਜਿੱਥੇ ਜ਼ਿਆਦਾ ਛੋਟੇ ਤੇ ਦਰਮਿਆਨੇ ਕਿਸਾਨ ਨੇ, ਉਹ ਆਪਣੀ ਇੱਕ ਏਕੜ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਰਹੇ ਨੇ ਔਰ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਇੰਟੈਂਸਿਵ ਫਾਰਮਿੰਗ ਕਰ ਰਹੇ ਹੈ। ਔਰ ਇਸੇ ਤਰ੍ਹਾਂ ਹੀ ਜੋ ਸਾਡੀਆਂ ਸਕੀਮਾਂ ਨੇ ਅਸੀਂ ਹਮੇਸ਼ਾ ਵਾਸਤੇ ਹੀ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਤਰਜੀਹ ਦੇ ਰਹੀ ਹੈ ਸਰਕਾਰ, ਔਰ ਉਹਨਾਂ ਨੂੰ ਸਹਾਇਕ ਧੰਦੇ ਬਣਾਉਣ ਵਾਸਤੇ ਵੀ ਜਿਹੜਾ ਉਤਸ਼ਾਹਿਤ ਕਰ ਰਹੀ ਹੈ। ਉਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਸਕੀਮਾਂ ਨੇ, ਜਿੱਦਾਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ ਅਸੀਂ ਇੱਕ ਏਕੜ ਤੱਕ ਜਿਹੜੇ ਆ ਨੈਟ ਹਾਊਸ, ਗ੍ਰੀਨ ਹਾਊਸ ਵਗੈਰਾ ਲਗਵਾ ਕੇ ਉਹਨਾਂ ਨੂੰ ਜਿਹੜਾ ਹੈ ਉਹ ਬੜਾ ਵਧੀਆ ਉਹ ਅਸੀਂ ਫੰਡਸ ਵਗੈਰਾ ਮੁਹੱਈਆ ਕਰਵਾ ਰਹੇ ਹਾਂ। ਔਰ ਅਸੀਂ ਕੱਲ ਹੀ ਸਾਡੇ ਸੂਬੇ ਦੇ ਮੁੱਖ ਸਕੱਤਰ ਸ੍ਰੀ ਰਕੇਸ਼ ਸਿੰਘ ਜੀ, IAS ਐਂਡ ਵਿੱਤੀ ਕਮਿਸ਼ਨਰ ਸ੍ਰੀ ਸੁਰੇਸ਼ ਕੁਮਾਰ ਜੀ ਦੇ ਨਾਲ
ਹੁਸ਼ਿਆਰਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਸੀ, ਮੈਂ ਉਹਨਾਂ ਦੇ ਟੀਮ ਦੇ ਵਿੱਚ ਸ਼ਾਮਿਲ ਸੀ ਔਰ ਉਹਨਾਂ ਨੇ ਜੋ ਵੀ ਫਸਲੀ ਵਿਭਿੰਨਤਾ ਬਾਰੇ ਕੰਮ ਕਾਜ ਕੀਤੇ ਜਾ ਰਹੇ ਉਹਨਾਂ ਨੂੰ ਬੜੀ ਬਰੀਕੀ ਦੇ ਨਾਲ ਨਿਰੀਖਣ ਕੀਤਾ ਔਰ ਅਸੀਂ ਕੱਲ੍ਹ ਸਵੇਰੇ ਮਾਰਨਿੰਗ ਤੋਂ ਲੈ ਕੇ ਸ਼ਾਮ ਰਾਤ ਦੇ 8 ਵਜੇ ਤੱਕ ਵਾਪਸ ਜਦੋਂ ਚੰਡੀਗੜ੍ਹ ਆਉਣਾ ਸੀ ਉਸ ਤੋਂ ਪਹਿਲਾਂ ਅਸੀਂ 7 ਸਪੋਟ ਅਸੀਂ ਜਿਹੜੇ ਦੇਖੇ ਹੈ ਉਹਦੇ ਵਿੱਚ ਅਲੱਗ ਅਲੱਗ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਕਿ ਜਿਹੜੇ ਅਲੱਗ ਅਲੱਗ ਜਿਹੜੇ ਵਿਭਾਗ ਨੇ ਉਹ ਕਿਸ ਤਰ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਔਰ ਇਹ ਜਿਹੜੀ ਚੀਜ਼ ਤਦ ਹੀ ਸੰਭਵ ਹੋ ਰਹੀ ਹੈ ਕਿਉਂਕਿ ਸਾਡੇ ਜਿਹੜੇ ਹੈਗੇ ਨੇ ਇਸ ਟਾਈਮ ਦੇ ਉੱਤੇ ਰਾਜਨੀਤਿਕ ਔਰ ਬਿਊਰੋਕਰੇਟਿਕ ਵਿੱਲ ਬਣ ਚੁੱਕੀ ਹੈ ਔਰ ਇਸ ਦੇ ਨਾਲ ਹੀ ਸਾਡਾ ਸਾਰਾ ਫੀਲਡ ਸਟਾਫ ਵੀ ਪੱਬਾਂ ਭਾਰ ਹੋਇਆ ਫਿਰਦਾ ਕਿ ਅਸੀਂ ਕਿਸਾਨਾਂ ਨੂੰ ਹੁਣ ਨਵੇਂ ਰਾਹ ਦੇ ਉੱਤੇ ਤੋਰਨ ਵਾਸਤੇ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਣੀ ਔਰ ਇਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਕਿ ਮਾਝੀ ਪਿੰਡ ਦੇ ਵਿੱਚ ਛੋਟੇ ਕਿਸਾਨਾਂ ਦਾ ਹੀ ਪਿੰਡ ਹੈ ਜਿੱਥੇ ਅਸੀਂ ਜੰਗਲਾਤ ਮਹਿਕਮੇ ਵੱਲੋਂ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਜੋ ਵੀ ਘਾਹ ਵਗੈਰਾ ਉਹਨਾਂ ਨੂੰ ਫ੍ਰੀ ਕੱਟਣ ਵਾਸਤੇ ਦਿੱਤਾ ਗਿਆ ਔਰ ਉੱਥੇ ਜੋ ਵੀ ਉੱਥੇ ਰੁੱਖ ਵਗੈਰਾ ਲਗਾਏ ਨੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ 50% ਜਿਹੜਾ ਪ੍ਰੋਫਿਟ ਉਹਨਾਂ ਨੂੰ ਮਿਲ ਰਿਹਾ ਉਹ 50% ਜਿਹੜਾ ਸਰਕਾਰ ਕੋਲੇ ਜਾਂਦਾ। ਇੱਕ ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਉਹ ਦਿੱਤਾ ਸੀਗਾ ਜਿਸ ਨੂੰ ਮਾਨਯੋਗ ਮੁੱਖ ਸਕੱਤਰ ਪੰਜਾਬ ਜੀ ਨੇ ਬਹੁਤ ਸਰਾਹਿਆ ਔਰ ਇਸੇ ਤਰ੍ਹਾਂ ਹੀ ਸਾਡੇ ਵਿੱਤੀ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਜੀ ਨੇ ਵੀ ਇਸ ਗੱਲ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਹ ਜਿਹੜੇ ਵਿਭਾਗ ਵੱਲੋਂ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਜਿਹੜਾ ਜੰਗਲਾਤ ਵਿਭਾਗ ਵੱਲੋਂ ਔਰ ਇਸੇ ਤਰ੍ਹਾਂ ਹੀ ਮੰਡੀਕਰਨ ਬੋਰਡ ਵੱਲੋਂ ਜਿਹੜਾ ਹੈਗਾ ਡੇਜ ਡਰਾਈਵ ਵਗੈਰਾ ਲਗਾਏ ਜਾ ਰਹੇ ਨੇ ਔਰ ਇਹ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਇਹਨਾਂ ਦਾ ਬਰੀਕੀ ਨਾਲ ਅਧਿਐਨ ਕਰਨਾ ਇੱਕ ਮੈਂ ਸਮਝਦਾ ਕਿ ਬੜੀ ਚੰਗੇ ਯੁੱਗ ਦੀ ਸ਼ੁਰੂਆਤ ਦੀ ਨਿਸ਼ਾਨੀ ਹੈ ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਹੁਣ ਹਰ ਲੈਵਲ ਦੇ ਅਫੀਸਰ ਵੀ ਖੇਤਾਂ ਔਰ ਪਿੰਡਾਂ ਵਿੱਚ ਜਾ ਕੇ ਇਹ ਗੱਲ ਵੇਖ ਰਹੇ ਨੇ ਤਾਂ ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਸਾਨੂੰ ਪਿੱਛੋਂ ਜਿਹੜਾ ਪੂਰੀ ਹੌਸਲਾ ਅਫਜਾਈ ਕਿ ਜਿਹੜੀਆਂ ਵੀ ਪਰੋ ਫਾਰਮਰ ਸਕੀਮਾਂ ਬਣ ਸਕਦੀਆਂ ਨੇ ਔਰ ਕਿਸਾਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਜਿਹੜਾ ਸਰਕਾਰ ਦੇ ਸਨਮੁੱਖ ਲਿਆਂਦਾ ਜਾਵੇ ਤਾਂ ਜੋ ਕਿ ਉਹਨਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਕੇ ਔਰ ਉਹਨਾਂ ਦੇ ਬਣਦੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਦਾਨ ਕਰਵਾਈਆਂ ਜਾ ਸਕਣ। ਬਿਲਕੁਲ ਜੀ, ਮਤਲਬ ਕਿ ਛੋਟੇ ਪੱਧਰ ਦੇ ਕਿਸਾਨ ਨੂੰ ਆਪਾਂ ਚਾਹਾਂਗੇ ਵੀ ਉਹ ਵੀ ਵੱਡੇ ਪੱਧਰ ਦੇ ਕਿਸਾਨ ਬਣਨ, ਜੋ ਸਰਕਾਰ ਵੱਲੋਂ ਮਿਲ ਰਹੀਆਂ ਸੁੱਖ ਸੁਵਿਧਾਵਾਂ ਨੂੰ ਵੀ ਸਹੀ ਢੰਗ ਦਾ ਅਗਰ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਲਈ ਵੀ ਕੋਈ ਮੁਸ਼ਕਲ ਨਹੀਂ, ਵੀ ਉਹ ਛੋਟੇ ਕਿਸਾਨ ਨਾ ਰਹਿ ਕੇ ਹੀ ਅੱਛੀ ਫਸਲ ਨੂੰ ਜਿਹੜਾ ਉਹ ਪੈਦਾ ਕਰ ਸਕਦੇ ਨੇ। ਸੋ ਡਾਕਟਰ ਸਾਹਿਬ, ਤੁਹਾਡੇ ਮੈਂ ਪਰਸੋਂ ਦੀ ਐਕਟੀਵਿਟੀਜ਼ ਨੂੰ ਤੁਹਾਡੀਆਂ ਨੂੰ ਪੜ੍ਹ ਰਿਹਾ ਸੀ, ਆਈ ਥਿੰਕ ਪਰਸੋਂ ਜਾਂ ਚੌਥ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਕਾਟਨ ਦੇ ਸੰਬੰਧ ਦੇ ਵਿੱਚ ਤੁਹਾਡੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ ਆਨਰੇਬਲ ਚੀਫ ਮਿਨਿਸਟਰ ਜੀ ਨਾਲ। ਸੋ ਉਹਦੇ ਬਾਰੇ ਸਾਡੇ ਲਿਸਨਰਸ ਦੇ ਨਾਲ ਜ਼ਰੂਰ ਚਾਨਣਾ ਪਾਉਣਾ ਵੀ ਕਾਟਨ ਨੂੰ ਲੈ ਕੇ ਜਿਹੜੀ ਐਕਟੀਵਿਟੀਜ਼ ਪੰਜਾਬ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ। ਮੈਂ ਉਹ ਫਿਰ ਗੱਲ ਇਹ ਕਹਾਂਗਾ ਜਿਹੜੀ ਕੋਈ ਵੀ ਗੱਲ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦਾ ਜਿਹੜਾ ਸਿਹਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਜਾਂਦਾ ਹੈ ਕਿਉਂਕਿ ਬੜੇ ਚਿਰ ਦੀ ਇਹ ਸਾਡੇ ਪ੍ਰੋਬਲਮ ਸੀ ਕਪਾਹ ਪੱਟੀ ਜਿੰਨਾ ਸਾਡਾ ਇਲਾਕਾ ਉੱਥੇ ਦਿਨ ਬ ਦਿਨ ਲੇਬਰ ਦੀ ਜਿਹੜੀ ਆ ਉਹ ਸਮੱਸਿਆ ਬਹੁਤ ਜਿਹੜੀ ਆ ਰਹੀ ਸੀ ਔਰ ਕਾਟਨ ਦੀ ਚਨਾਈ ਜਿਹੜੀ ਆ ਉਹ ਬਹੁਤ ਹੀ ਅਸਮਾਨ ਨੂੰ ਛੂਹ ਰਿਹਾ ਸੀਗਾ ਔਰ ਜਿਸ ਵਾਸਤੇ ਸਾਨੂੰ ਇੱਕ ਬੜੀ ਸਮੇਂ ਦੀ ਲੋੜ ਸੀ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਇਲਾਕਾ ਹੋਣ ਕਰਕੇ ਉਹ ਇਹ ਚਾਹੁੰਦੇ ਸੀ ਕਿ ਜਿਹੜਾ ਹੈਗਾ ਮੈਕਨਾਈਜੇਸ਼ਨ ਜਿਹੜੀ ਆ ਕਾਟਨ ਦੀ ਚਨਾਈ ਵਾਸਤੇ ਵੀ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਸਵਾਬ ਦੇ ਨਾਲ ਜਿਹੜੇ ਹੈਗੇ ਆ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਮਾਨਯੋਗ ਮੁੱਖ ਮੰਤਰੀ ਗੁਜਰਾਤ ਨੇ ਉਹਨਾਂ ਦੇ ਨਾਲ ਕਿਤੇ ਪਠਾਨਕੋਟ ਕੋਈ ਮੀਟਿੰਗ ਹੋਈ ਸੀਗੀ ਤਾਂ ਉੱਥੇ ਉਹਨਾਂ ਨੇ ਆਪਸ ਵਿੱਚ ਜਦੋਂ ਕਿਤੇ ਚਰਚਾ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਵੀ ਸਾਡੇ ਤੇ ਕਪਾਹ ਦੀ ਬਹੁਤ ਸਮੱਸਿਆ ਔਰ
ਇਸ ਕਰਕੇ ਵੀ ਚੇਨਈ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਤੇ ਫਿਰ ਉਦੋਂ ਮੋਦੀ ਜੀ ਨੇ ਕਿਹਾ ਕਿ ਨਹੀਂ ਸਾਰੇ ਗੁਜਰਾਤ ਵਿੱਚ ਤੇ ਕਾਟਨ ਪਿਕਰ ਚੱਲ ਰਹੇ ਨੇ ਔਰ ਉਸੇ ਵਕਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਸਾਡੇ ਨਾਲ ਮੀਟਿੰਗ ਕਰਕੇ ਔਰ ਸਾਨੂੰ ਦੇਸ਼ ਕੀਤਾ ਦਿੱਤਾ ਵੀ ਯੂਨੀਵਰਸਿਟੀ ਵਾਲਿਆਂ ਨੂੰ ਵੀ ਕਿਹਾ ਕਿ ਜੇ ਗੁਜਰਾਤ ਦੇ ਵਿੱਚ ਉਹ ਮਸ਼ੀਨਾਂ ਜਿਹੜੀਆਂ ਨੇ ਕਾਟਨ ਦੀ ਚੇਨਈ ਵਾਸਤੇ ਉਹ ਉੱਥੇ ਵਰਤ ਰਹੇ ਨੇ ਤੇ ਆਪਾਂ ਨੂੰ ਵੀ ਇਹ ਵਰਤਣੀਆਂ ਚਾਹੀਦੀਆਂ ਨੇ ਔਰ ਇਹ ਉਸੇ ਕੜੀ ਦੇ ਵਿੱਚ ਹੀ ਅਸੀਂ ਫਿਰ ਮੈਂ ਤਾਲਮੇਲ ਕਰਕੇ ਮੈਨੂੰ ਵੀ ਆਦੇਸ਼ ਦਿੱਤਾ ਗਿਆ ਸੀ ਕਿ ਵੀ ਤੁਸੀਂ ਇਹ ਸਾਰਾ ਰਾਬਤਾ ਕਾਇਮ ਕਰੋ ਔਰ ਅਸੀਂ ਗੁਜਰਾਤ ਦੇ ਵਿੱਚ ਜਿਹੜੀ ਉਹਨਾਂ ਨੇ ਮੋਡੀਫਾਈਡ ਕੀਤੀਆਂ ਸੀ ਪਹਿਲਾਂ ਚਾਈਨੀਜ਼ ਮਸ਼ੀਨਾਂ ਆਈਆਂ ਸੀਗੀਆਂ ਉਹਨਾਂ ਦੇ ਕੋਲੇ ਉਹਨਾਂ ਨੂੰ ਸੋਧ ਕਰਦੇ ਹੋਏ ਗੁਜਰਾਤ ਵੱਲੋਂ ਜਿਹੜੀ ਹੈ ਗੁਜਰਾਤ ਸਰਕਾਰ ਵੱਲੋਂ ਇਹ ਮਸ਼ੀਨਾਂ ਦੇ ਵਿੱਚ ਇੰਪਰੂਵਮੈਂਟ ਕਰਕੇ ਔਰ ਉਹਨਾਂ ਨੇ ਸਾਡੇ ਕੋਲੇ 5 ਮਸ਼ੀਨਾਂ ਜਿਹੜੀਆਂ ਉਹ ਭੇਜੀਆਂ ਸੀਗੀਆਂ ਔਰ ਉਹਨਾਂ ਦੀ ਡੈਮੋਨਸਟ੍ਰੇਸ਼ਨ ਜਿਹੜੀ ਆ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਜਲੰਧਰ ਵਿਖੇ ਜਿਹੜੀ ਹੈਗੀ ਆ ਉਹ ਅਸੀਂ ਉਹ ਕਿਉਂਕਿ ਉਹ ਆਪਣੇ ਦੌਰੇ ਤੇ ਸੀ ਉਹ ਟੀਮ ਆਈ ਸੀ ਔਰ ਉਹਨਾਂ ਨੂੰ ਮੈਂ ਨਾਲ ਲੈ ਕੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਉਹਨਾਂ ਦੀ ਫੰਕਸ਼ਨਿੰਗ ਬਾਰੇ ਦੱਸਿਆ ਕਿ ਇਹ ਇੱਕ 6,000 ਰੁਪਏ ਦੀ ਮਸ਼ੀਨ ਆ ਔਰ ਇੱਕ ਮਸ਼ੀਨ ਜਿਹੜੀ ਆ ਉਹ 5 ਮਜ਼ਦੂਰਾਂ ਦਾ ਕੰਮ ਕਰ ਸਕਦੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਬੜੇ ਖੁਸ਼ ਤੇ ਪ੍ਰਭਾਵਿਤ ਹੋਏ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜੇਕਰ ਤੁਹਾਡੇ ਉੱਤੇ ਅਸੀਂ ਤਦ ਹੀ ਇਹਨੂੰ ਮੰਨਾਂਗੇ ਜੇਕਰ ਕਿਸਾਨ ਇਹ ਪਸੰਦ ਕਰਨਗੇ ਵੀ ਕੱਲ ਨੂੰ ਜੇ ਇਹਦਾ ਵਿੱਚ ਕੋਈ ਗੱਲ ਹੋ ਜਾਂਦੀ ਹੈ ਤੇ ਕੱਲ ਨੂੰ ਕੋਈ ਚੰਗੀ ਗੱਲ ਤੇ ਹੋ ਜੇ ਫਿਰ ਤੇ ਦੂਜੇ ਵਾਹਵਾ ਲੈ ਲੈਂਦੇ ਜੇ ਮਾੜੀ ਗੱਲ ਹੋ ਜਾਏ ਤੇ ਸਰਕਾਰ ਤੇ ਸੁੱਟ ਦਿੱਤੀ ਜਾਂਦੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਬਿਲਕੁਲ ਪ੍ਰੈਸ ਨੂੰ ਔਰ ਮੀਡੀਆ ਨੂੰ ਵੀ ਇਹ ਗੱਲ ਵਾਜੇ ਕਰੀ ਹੈ ਕਿ ਜਿਹੜੀਆਂ ਇਹ ਮਸ਼ੀਨਾਂ ਨੇ ਇਹ ਅਸੀਂ ਡੈਮੋਸਟ੍ਰੇਸ਼ਨ ਵਾਸਤੇ ਕਿਸਾਨਾਂ ਨੂੰ ਸਾਡੇ 10 ਜ਼ਿਲ੍ਹਿਆਂ ਦੇ 53 ਬਲਾਕਾਂ ਦੇ ਵਿੱਚ ਅਸੀਂ ਤਕਰੀਬਨ ਇਹਦਾ ਪ੍ਰਬੰਧ ਕਰ ਰਹੇ ਹਾਂ ਔਰ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਸਾਨੂੰ ਦੇਸ਼ ਦੇਣਗੇ ਮੈਕਾਨਾਈਜੇਸ਼ਨ ਇੱਕ ਤੇ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਕਾਟਨ ਦੇ ਵਿੱਚ ਦੂਸਰੀ ਮੈਕਾਨਾਈਜੇਸ਼ਨ ਜਿਹੜੀ ਹੈਗੀ ਆ ਉਹ ਸਾਡੀ ਕੇਨ ਦੇ ਵਿੱਚ ਗੰਨੇ ਦੇ ਵਿੱਚ ਕੇਨ ਹਾਰਵੈਸਟਰ ਵਾਸਤੇ ਵੀ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਸੀ ਔਰ ਮੈਂ ਪਿਛਲੇ ਹਫ਼ਤੇ ਕੇਨ ਕਮਿਸ਼ਨਰ ਪੰਜਾਬ ਨੂੰ ਔਰ ਅਸੀਂ ਉਹ ਲੈ ਕੇ ਅਸੀਂ ਟੀਮ ਸਾਡੀ ਜਿਹੜੀ ਸੀਗੀ ਤਾਮਿਲਨਾਡੂ ਗਈ ਸੀ ਅਸੀਂ ਪੌਂਡੀਚਰੀ ਦੇ ਵਿੱਚ ਜਾ ਕੇ ਮੈਂ ਆਪ ਖੁਦ ਜਿਹੜੀਆਂ ਅਸੀਂ ਕੇਨ ਹਾਰਵੈਸਟਰ ਨੂੰ ਡਰਾਈਵ ਕਰਕੇ ਔਰ ਦੇਖਿਆ ਉੱਥੇ ਜੋਂਡੀਅਰ ਐਂਡ ਨਿਊ ਹਾਲੈਂਡ ਵਾਲੀਆਂ ਦੀਆਂ ਮਸ਼ੀਨਾਂ ਚੱਲ ਰਹੀਆਂ ਨੇ ਔਰ ਗੰਨੇ ਦੀ ਕਟਾਈ ਜਿਹੜੀ ਉਹ ਬੜੀ ਵਧੀਆ ਤਰੀਕੇ ਨਾਲ ਹੋ ਰਹੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਜੀ ਨੂੰ ਇਹ ਅਸੀਂ ਉਸ ਉਹ ਜਿਹੜੀ ਕੇਨ ਹਾਰਵੈਸਟਰ ਭਾਵੇਂ ਕਿ ਮੈਂ ਜਦੋਂ ਕੇਨ ਕਮਿਸ਼ਨ ਸੀ ਸੂਬੇ ਦੇ ਵਿੱਚ ਸਾਹਦਵੰਦਰ ਸ਼ੂਗਰ ਮਿੱਲ ਫਗਵਾੜਾ 'ਚ ਇੱਕ ਅਸੀਂ ਨਿਊ ਹਾਲੈਂਡ ਦੀ ਜਿਹੜੀ ਮਸ਼ੀਨ ਆ ਉਹ ਇੰਟਰੋਡਿਊਸ ਕਰ ਦਿੱਤੀ ਸੀ ਔਰ ਲੇਕਿਨ ਉਸ ਨੂੰ ਅਸੀਂ ਅੱਗੇ ਨਹੀਂ ਲਿਜਾ ਸਕੇ ਔਰ ਮੈਂ ਸਮਝਦਾ ਕਿ ਹੁਣ ਜਿਹੜੀ ਨਵੀਂ ਮਸ਼ੀਨ ਆ ਗਈ ਹੈ ਅਸੀਂ ਗੰਨੇ ਥੱਲੇ ਰਕਬਾ ਜਿਹੜਾ ਜਾਂ ਕਾਟਨ ਥੱਲੇ ਰਕਬਾ ਸਿਰਫ ਤੇ ਸਿਰਫ ਸਾਡੀ ਲੇਬਰ ਸਮੱਸਿਆ ਕਰਕੇ ਘੱਟ ਹੋ ਰਿਹਾ ਸੀ ਔਰ ਅਸੀਂ ਕਣਕ ਝੋਨੇ ਦੀ ਚੱਕਰਾਂ ਵਿੱਚੋਂ ਇਸ ਕਰਕੇ ਵੀ ਨਹੀਂ ਨਿਕਲ ਰਹੇ ਕਿਉਂਕਿ ਜਿੱਥੇ ਜਿੱਥੇ ਮੈਕਾਨਾਈਜੇਸ਼ਨ ਹੈ ਉਹ ਫਸਲਾਂ ਜਿਹੜੀਆਂ ਜਲਦੀ ਜਿਹੜੀਆਂ ਉਹ ਅਡੈਪਟਿਵ ਹੋ ਜਾਂਦੀਆਂ ਨੇ ਔਰ ਉਹਦੇ ਵਿੱਚ ਜਲਦੀ ਫਾਰਮਰਸ ਦਾ ਰਿਸਪੋਂਸ ਆ ਜਾਂਦਾ ਔਰ ਜਿੱਥੇ ਕੋਈ ਲੇਬਰ ਦੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਛੱਡਣਾ ਜਿਹੜਾ ਉਹ ਬਹੁਤ ਔਖਾ ਹੁੰਦਾ ਔਰ ਜਦੋਂ ਅਸੀਂ ਮੈਕਾਨਾਈਜੇਸ਼ਨ ਹਰ ਇੱਕ ਗੱਲ ਦੇ ਵਿੱਚ ਜਿੱਦਾਂ ਹੁਣ ਮੇਜ਼ ਹਾਰਵੈਸਟਰ ਵੀ ਸਾਡੇ ਕੋਲ ਆ ਗਿਆ ਔਰ ਪ੍ਰੀਤ ਟ੍ਰੈਕਟਰਸ ਵੱਲੋਂ ਉਹ ਵੀ ਉਹ ਲਾਂਚ ਕਰ ਦਿੱਤੇ ਹੈ ਅਸੀਂ ਕੋਈ ਵੀ ਜਿਹੜੀ ਕਰੋਪ ਨੂੰ ਪੰਜਾਬ ਦੇ ਵਿੱਚ ਪ੍ਰਮੋਟ ਕਰਨਾ ਤੇ ਸਭ ਤੋਂ ਪਹਿਲਾਂ ਅਸੀਂ ਮੈਕਾਨਾਈਜੇਸ਼ਨ ਜਿਹੜਾ ਚੀਪ ਐਂਡ ਬੈਸਟ ਰਵੇ ਔਰ ਖਰਚੇ ਜਿਹੜੇ ਉਹ ਘਟਾਵੇ ਔਰ ਇਹ ਗੱਲ ਕਿਉਂਕਿ ਸਾਡੇ ਮੁੱਖ ਮੰਤਰੀ ਪੰਜਾਬ ਜਿਹੜੇ ਉਹ ਖੇਤੀਬਾੜੀ ਮਹਿਕਮਾ ਵੀ ਉਹ ਵੇਖ ਰਹੇ ਨੇ ਔਰ ਮੈਂ ਸਮਝਦਾ ਕਿ ਜਿੰਨੀ ਬਰੀਕੀ ਦੇ ਨਾਲ ਉਹ ਸਾਨੂੰ ਗਵਾਹੀ ਦੇ ਰਹੇ ਹੈ ਮੈਂ ਆਪਣੇ 30 ਸਾਲਾਂ ਦੇ ਕੈਰੀਅਰ ਦੇ ਵਿੱਚ ਕਦੀ ਕਿਸੇ ਵੱਲੋਂ ਇੱਦਾਂ ਦੀ ਗੰਭੀਰਤਾ ਦੇ ਨਾਲ ਜਿਹੜੀ ਹੈਗੀ ਆ ਉਹ ਕਿਸਾਨੀ ਦੇ ਹਰ ਇੱਕ ਪਹਿਲੂ ਨੂੰ ਜੇ ਅੱਗੇ ਲਿਜਾਣ ਦੀ ਗੱਲ ਕਰਦੇ ਆ ਤੇ ਮੈਂ ਸਮਝਦਾ ਕਿ ਸਾਡੇ ਅਸੀਂ ਸਾਰੇ ਸੁਭਾਗੇ ਹਾਂ ਕਿ ਉਹਨਾਂ ਦੀ ਯੋਗ ਅਗਵਾਈ ਦੇ ਥੱਲੇ ਅਸੀਂ ਆਪਣੀ ਖੇਤੀਬਾੜੀ ਵਿਭਾਗ ਨੂੰ ਬੁਲੰਦੀਆਂ ਵੱਲ ਲਿਜਾਣ ਵਾਸਤੇ ਤੇ ਅਸੀਂ ਕੋਈ ਵੀ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡ ਰਹੇ ਜੀ। ਬਿਲਕੁਲ ਜੀ ਬਿਲਕੁਲ, ਬਹੁਤ ਥੈਂਕ ਯੂ, ਕਿਉਂਕਿ ਡਾਕਟਰ ਸਾਹਿਬ ਇਹ ਹੁਣ ਇਨੀਸ਼ੀਅਲੀ ਮੀਡੀਆ ਤੋਂ ਮੈਨੂੰ ਇਹੀ ਇਨਫੋਰਮੇਸ਼ਨ ਮਿਲੀ ਸੀ ਤੁਹਾਡੀ ਇੱਕ ਕਾਟਨ ਜਿਹੜਾ
ਦੇ ਸੰਬੰਧ ਦੇ ਵਿੱਚ ਵੀ ਤੁਸੀਂ ਦੱਸ ਰਹੇ ਸੀ ਉਸ ਦੇ ਵਿੱਚ ਵੀ ਹਾਂ ਵਾਕਈ ਵੀ ਸਿਰਫ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਜਿਹੜਾ ਕਿਸਾਨ ਇਸ ਤੋਂ ਮੁੱਖ ਮੋੜ ਰਿਹਾ ਹੈ। ਜਦੋਂ ਆਪਾਂ ਨੂੰ ਸੋਰਸਿਸ ਮਿਲ ਜਾਣਗੇ ਤਾਂ ਫਿਰ ਹਰ ਕਿਸਾਨ ਜਿਹੜਾ ਉਹ ਪ੍ਰੈਫਰੈਂਸ ਦੇਵੇਗਾ ਵੀ ਮੈਂ ਇਸ ਫੀਲਡ ਨੂੰ ਕਿਉਂ ਨਾ ਜੁਆਇਨ ਕਰਾਂ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਚੰਗੀਆਂ ਸੋ ਆਪ ਜੀ ਨੂੰ ਵੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਜਾਂ ਤੁਹਾਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਵੀ ਅਗਰ ਦੂਸਰੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹ ਖੁਸ਼ ਨੇ ਤਾਂ ਆਪਣੇ ਸੂਬੇ ਦੇ ਕਿਸਾਨ ਕਿਉਂ ਨਹੀਂ ਖੁਸ਼ ਹੋ ਸਕਦੇ? ਜੇ ਉਹ ਖੁਸ਼ ਨੇ ਤਾਂ ਉਹਦੇ ਪਿੱਛੇ ਕੀ ਕਾਰਨ ਹੈ? ਆਪਾਂ ਨੂੰ ਵੀ ਉਸ ਨੂੰ ਅਪਣਾਉਣਾ ਚਾਹੀਦਾ ਹੈ। ਸੋ ਡਾਕਟਰ ਸਾਹਿਬ ਨਾਲ ਹੀ ਸਾਡੇ ਪਾਸ ਸਾਡੇ ਇੱਕ ਦੋਸਤ ਨੇ ਜੁੜੇ ਅਮਨਦੀਪ ਫਰੋਮ ਇਟਲੀ ਤੋਂ ਨੇ ਸਾਡੇ ਨਾਲ। ਉਹਨਾਂ ਨੇ ਤੁਹਾਡੇ ਲਈ ਤਾਂ ਸਭ ਤੋਂ ਪਹਿਲਾਂ ਇੱਕ ਸਤਿ ਸ੍ਰੀ ਅਕਾਲ ਕਹੀ ਹੈ ਜੀ। ਸਤਿ ਸ੍ਰੀ ਅਕਾਲ ਜੀ, ਉਹਨਾਂ ਨੂੰ ਅਮਨ ਨੂੰ ਕਹਿਣਾ ਜੀ ਜੋ ਇਟਲੀ ਤੋਂ ਜੁੜੇ ਨੇ ਸਰੋਤੇ, ਉਹਨਾਂ ਨੂੰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ। ਤੇ ਉਹਨਾਂ ਨੇ ਸਰ ਇੱਕ ਸਵਾਲ ਕੀਤਾ, ਕਹਿੰਦੇ ਨੇ ਸਰ ਜੀ ਫੁੱਲਾਂ ਦੀ ਕਾਸਟ ਦੇ ਫਾਇਦੇ ਹੈਗੇ ਨੇ ਕੋਈ ਤਾਂ ਪਲੀਜ਼ ਇਸ ਦੇ ਬਾਰੇ ਵੀ ਜ਼ਰੂਰ ਦੱਸਣਾ ਜੀ। ਵੇਖੋ ਜੀ, ਜਿਹੜਾ ਫੁੱਲਾਂ ਦਾ ਮਹਿਕਮਾ ਉਹ ਸਾਡਾ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਜਿਹੜੇ ਉਹ ਦੇਖਦੇ ਨੇ, ਲੇਕਿਨ ਜਿੱਥੋਂ ਤੱਕ ਕਿਉਂਕਿ ਫੁੱਲਾਂ ਦੀ ਕਾਸ਼ਤ ਦਾ ਸੰਬੰਧ ਹੈ, ਸਾਡੇ ਇੱਥੇ ਫੁੱਲਾਂ ਦੀ ਕਾਸ਼ਤ ਕੁਛ ਏਰੀਏ ਦੇ ਵਿੱਚ ਸਾਡੇ ਉਦਮੀ ਕਿਸਾਨ ਜਿਹੜੇ ਨੇ ਉਹ ਕਰ ਰਹੇ ਨੇ, ਉਹ ਸਿਰਫ ਉਨੀ ਕੀ ਕਰਦੇ ਨੇ ਜਿਵੇਂ ਕਿ ਆਪਣੇ ਫੁੱਲਾਂ ਦੀ ਕਾਸ਼ਤ ਜਿਵੇਂ ਮੰਦਰਾਂ ਗੁਰਦੁਆਰਾ ਦੇ ਵਿੱਚ ਆਪਣੇ ਫੁੱਲਾਂ ਦੀ ਕਾਫੀ ਵਰਤੋਂ ਹੁੰਦੀ ਹੈ, ਜਾਂ ਅਸੀਂ ਕੁਛ ਜਿਹੜੇ ਆਪਾਂ ਗੁਲਦਸਤੇ ਵਗੈਰਾ ਦੇ ਵਾਸਤੇ ਜਿਹੜੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹਦੇ ਵਾਸਤੇ ਵੀ ਸਾਡੇ ਕੋਲ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਥੱਲੇ ਬਹੁਤ ਸਾਰੀਆਂ ਸਕੀਮਾਂ ਆਈਆਂ ਨੇ, ਔਰ ਇਸ ਨੂੰ ਬੜਾਵਾ ਦੇਣ ਵਾਸਤੇ, ਕਿਉਂਕਿ ਇੱਕ ਸਭ ਤੋਂ ਵੱਡੀ ਸਾਡੀ ਤਰਸਾਂਦੀ ਇਹ ਹੈ ਕਿ ਅਸੀਂ ਸੀ ਪੋਰਟ ਤੋਂ ਬਹੁਤ ਦੂਰ ਬੈਠੇ ਹਾਂ, ਔਰ ਜਿਹੜੀ ਬਾਈ ਏਅਰ ਜੀ ਸਾਡੀ ਕੋਈ ਅਸੀਂ ਫੁੱਲਾਂ ਨੂੰ ਬਾਹਰ ਵੀ ਭੇਜਣਾ ਹੋਵੇ ਤਾਂ ਸਾਨੂੰ ਬੜਾ ਕੋਸਟਲੀ ਪੈਂਦਾ, ਔਰ ਅਸੀਂ ਇਸ ਕਰਕੇ ਜਿਹੜਾ ਸਾਡੇ ਜਿਹੜੀਆਂ ਇਹ ਫਲੋਰੀਕਲਚਰ ਆ ਜਾਂ ਹਾਰਟੀਕਲਚਰ ਆ ਜਾਂ ਕੋਈ ਸਾਡੀ ਹੋਰ ਕੋਈ ਜਿਹੜੀ ਹੈਗੀ ਆ ਉਹਨੂੰ ਐਗਰੀਕਲਚਰ ਦੇ ਵਿੱਚ ਕੋਈ ਡਿਵੈਲਪਮੈਂਟ ਆ, ਕਿਉਂਕਿ ਸਾਡੇ ਵਾਸਤੇ ਜਿਹੜਾ ਹੈਗਾ ਇਨ ਬਲਕ ਜਿਹੜਾ ਉਹ ਬਾਹਰ ਜਿਹੜਾ ਸੀ ਪੋਰਟ ਤੋਂ ਬਹੁਤ ਦੂਰ ਹੋਣ ਕਰਕੇ ਇਹ ਸਾਡੀਆਂ ਜਿਹੜੀਆਂ ਐਗਰੀਕਲਚਰ ਦੇ ਵਿੱਚ ਜਾਂ ਹਾਰਟੀਕਲਚਰ ਦੇ ਵਿੱਚ ਇੰਨੀ ਵੱਡੀ ਗੱਲ ਅਸੀਂ ਪ੍ਰਾਪਤੀ ਨਹੀਂ ਕਰ ਰਹੇ, ਔਰ ਜਿੱਥੋਂ ਤੱਕ ਜਿਹੜੇ ਵੀ ਕਿਸਾਨ ਜਿਹੜੇ ਨੇ ਇਹਦੇ ਵਿੱਚ ਫੁੱਲਾਂ ਦੀ ਕਾਸ਼ਤ ਵੱਲ ਆਉਣਾ ਚਾਹੁੰਦੇ ਨੇ, ਸਾਡੇ ਕੋਲ ਬਾਗਬਾਨੀ ਵਿਭਾਗ ਦੇ ਵਿੱਚ ਬਕਾਇਦਾ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਿਹੜੇ ਫੁੱਲ ਜਿਹੜਾ ਗੈਂਦਾ ਹੈ ਜਾਂ ਗੁਲਾਬ ਆ ਜਾਂ ਗਲੈਡੀਅਸ ਆ ਜਾਂ ਹੋਰ ਜਿਹੜੇ ਹੈਗੇ ਨੇ ਇਹਨਾਂ ਦੀ ਉਹ ਅਲੱਗ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਸੀਡ ਵੀ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਂਦਾ, ਇੱਥੋਂ ਤੱਕ ਕਿ ਨੈੱਟ ਹਾਊਸ ਜਿਹੜੇ ਆ ਉਹ ਵੀ ਦਿੱਤੇ ਜਾਂਦੇ ਨੇ, ਔਰ ਨੈੱਟ ਹਾਊਸ ਦੇ ਵਿੱਚ ਜਿਹੜੀਆਂ ਸਬਜ਼ੀਆਂ ਉਗਾਉਣ ਵਾਸਤੇ ਉਹ ਵੀ ਸਾਰੀ ਜਿਹੜੀ ਫੈਸਿਲਿਟੀਜ਼ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ, ਔਰ ਇਹਦੇ ਵਾਸਤੇ ਜਿਹੜਾ ਕੋਈ ਵੀ ਜਿਹੜਾ ਵੀਰ ਹੈ ਉਹ ਆਪਣੇ ਡਿਪਾਰਟਮੈਂਟ ਆਫ ਬਾਗਬਾਨੀ ਦੇ ਨਾਲ ਰਾਬਤਾ ਕਾਇਮ ਕਰਕੇ ਜਾਂ ਸਾਡੇ ਵਿਭਾਗ ਨਾਲ ਵੀ ਕਰ ਜਾਏ ਤੇ ਅਸੀਂ ਤਾਲਮੇਲ ਕਰਵਾ ਦਿਆਂਗੇ, ਕੋਈ ਏਦਾਂ ਦੀ ਗੱਲ ਨਹੀਂ ਹੈ। ਔਰ ਮੈਂ ਸਮਝਦਾ ਕਿ ਇਹ ਬੜੀ ਵੱਡੀ ਗੱਲ ਹੈ ਕਿ ਫਸਲੀ ਵਿਭਿੰਨਤਾ ਦੇ ਵਿੱਚ ਅਸੀਂ ਹਾਰਟੀਕਲਚਰ ਅਤੇ ਫਲੋਰੀਕਲਚਰ ਇਹ ਬਾਗਬਾਨੀ ਦੇ ਵਿੱਚ ਅਸੀਂ ਇਹਨੂੰ ਉਤਸ਼ਾਹ ਕਰ ਰਹੇ ਹਾਂ, ਔਰ ਇਹਦੇ ਵਾਸਤੇ ਅਸੀਂ ਮੰਡੀਕਰਨ ਦਾ ਔਰ ਇਹਦੇ ਵਾਸਤੇ ਪੂਰਾ ਉਹਦੀ ਸਟੋਰੇਜ ਵਾਸਤੇ ਔਰ ਇਹਨੂੰ ਅਸੀਂ ਕੂਲ ਚੇਨ ਦੇ ਵਿੱਚ ਲਿਆ ਕੇ ਇਹ ਸਾਰਾ ਸਿਸਟਮ ਜਿਹੜਾ ਜੀ ਇਹ ਸਾਰਾ ਇੱਕ ਫੁੱਲ ਪੈਕੇਜ ਜਿਹੜਾ ਉਹ ਜਿਹੜੇ ਫੁੱਲਾਂ ਦੀ ਕਾਸ਼ਤ ਕਰਦੇ ਆ ਉਹਨਾਂ ਵਾਸਤੇ ਅਸੀਂ ਇਹ ਪ੍ਰਬੰਧ ਕਰ ਰਹੇ ਹਾਂ ਜੀ। ਥੈਂਕ ਯੂ ਡਾਕਟਰ ਸਾਹਿਬ। ਸੋ ਸਾਡੇ ਦੋਸਤ ਸਾਡੇ ਨਾਲ ਜੁੜੇ ਸੀ ਜੀ ਇਟਲੀ ਤੋਂ, ਅਮਨਦੀਪ ਜੀ। ਆਈ ਥਿੰਕ ਉਹਨਾਂ ਨੂੰ ਅੱਛਾ ਰਿਸਪੌਂਸ ਮਿਲਿਆ ਹੋਵੇਗਾ, ਡਾਕਟਰ ਸਾਹਿਬ ਨੇ ਸਾਰੀ ਕੰਪਲੀਟਲੀ ਜਾਣਕਾਰੀ ਦਿੱਤੀ। ਸੋ ਡਾਕਟਰ ਸਾਹਿਬ ਹੁਣ ਮੈਂ ਨੈਕਸਟ ਸਵਾਲ ਦੇ ਵੱਲ ਜਾ ਰਿਹਾ ਹਾਂ ਕਿ ਜਿਸ ਸਮੇਂ ਹੁਣ ਗੱਲ ਚੱਲ ਰਹੀ ਹੈ, ਕਿਉਂਕਿ ਮੈਂ ਵੀ ਤੁਹਾਡੀਆਂ ਪਿਕਸ ਦੇਖੀਆਂ ਸੀ, ਸੋ ਉਸ ਪਿਕਸ ਦੇ ਵਿੱਚ ਮੈਂ ਵੀ ਦੇਖਿਆ ਸੀ ਵੀ ਤੁਸੀਂ ਸ਼ੂਗਰ ਕੇਨ ਦੇ ਖੇਤ ਦੇ ਵਿੱਚ ਖੜੇ ਹੋ। ਸੋ ਤੁਸੀਂ ਗੰਨੇ ਨੂੰ ਪ੍ਰਮੋਟ ਕਰ ਰਹੇ ਹੋ, ਗੰਨੇ ਹੇਠ ਰਕਬਾ ਵਧਾਇਆ ਜਾ ਰਿਹਾ ਹੈ, ਤੁਸੀਂ ਇਸ ਤੋਂ ਪਹਿਲਾਂ ਕੇਨ ਕਮਿਸ਼ਨਰ ਵੀ ਰਹੇ ਹੋ, ਗੰਨੇ ਦੇ ਮੰਡੀਕਰਨ ਬਾਰੇ ਕੀ ਪ੍ਰਬੰਧ ਕੀਤੇ ਜਾ ਰਹੇ ਹਨ, ਤੇ ਪਹਿਲਾਂ ਖੁੱਲੀਆਂ ਗੰਨੇ ਦੀਆਂ ਮਿੱਲਾਂ ਜੋ ਬੰਦ ਪਈਆਂ ਹਨ ਉਹਨਾਂ ਮਿੱਲਾਂ ਨੂੰ ਵੀ ਕੀ ਵਿਚਾਰ ਵਿੱਚ ਲਿਆਂਦਾ ਜਾ ਰਿਹਾ ਹੈ ਜਾਂ ਫਿਰ ਨਵੀਆਂ ਮਿੱਲਾਂ ਵੀ ਖੋਲੀਆਂ ਜਾਣਗੀਆਂ?
ਬਿਲਕੁਲ ਜੀ, ਜਿਸ ਦਾ ਸਾਡੇ ਸੂਬੇ ਦੇ ਵਿੱਚ 26 ਖੰਡ ਮਿੱਲਾਂ ਨੇ ਜੀ, ਜਿਹਦੇ ਵਿੱਚੋਂ 16 ਤੇ ਜਿਹੜੀਆਂ ਹੈਗੀਆਂ ਨੇ ਉਹ ਸਹਿਕਾਰੀ ਖੇਤਰ ਦੀਆਂ ਨੇ, 10 ਜਿਹੜੀਆਂ ਨੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰ ਰਹੀਆਂ ਨੇ, ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਮਿੱਲ ਜਿਹੜੀ ਉਹ ਬੰਦ ਪਈ ਹੈ ਜੀ, ਔਰ ਜਿਹੜੀਆਂ ਹੈਗੀਆਂ ਨੇ 16 ਮਿੱਲਾਂ ਦੇ ਵਿੱਚੋਂ 7 ਮਿੱਲਾਂ ਜਿਹੜੀਆਂ ਸਹਿਕਾਰੀ ਮਿੱਲ ਦੀਆਂ ਚੱਲ ਰਹੀਆਂ ਨੇ, ਔਰ ਜਿਹੜੀਆਂ ਸਹਿਕਾਰੀ ਖੰਡ ਮਿੱਲਾਂ ਨੇ ਉਹਨਾਂ ਦੀ ਕ੍ਰਸ਼ਿੰਗ ਕਪੈਸਿਟੀ ਬਹੁਤ ਘੱਟ ਹੈ। ਇਹ ਟੋਟਲ ਜਿਹੜਾ ਸਾਡਾ ਗੰਨਾ ਪੈਦਾ ਹੁੰਦਾ ਉਹਦਾ ਇੱਕ ਤਿਹਾਈ ਸਾਰਾ ਕ੍ਰਸ਼ ਕਰਦੀਆਂ ਨੇ। ਜਿਹੜੀਆਂ ਸਾਡੀਆਂ ਚੱਲ ਰਹੀਆਂ ਮਿੱਲਾਂ ਨੇ ਉਹਦੀ 62,000 ਟਨ ਕ੍ਰਸ਼ਿੰਗ ਡੇਲੀ ਉਹਨਾਂ ਦੀ ਕਪੈਸਿਟੀ ਹੈ ਜੀ, ਔਰ ਉਸ ਹਿਸਾਬ ਦੇ ਨਾਲ ਜੇ ਅਸੀਂ ਅੱਜ ਲਾਈਏ ਤੇ ਸਾਡੇ ਕੋਲ ਘੱਟੋ ਘੱਟ 2.60 ਲੱਖ ਹੈਕਟੇਅਰ ਰਕਬਾ ਜਿਹੜਾ ਉਹ ਗੰਨੇ ਥੱਲੇ ਆਉਣਾ ਚਾਹੀਦਾ ਹੈ। ਔਰ ਜਿਹੜਾ ਹੁਣ ਇਸ ਟਾਈਮ ਦੇ ਉੱਤੇ ਸਾਡੇ ਸੂਬੇ ਦੇ ਵਿੱਚ ਪਿਛਲੇ ਸਾਲ 83,000 ਹੈਕਟੇਅਰ ਰਕਬੇ ਦੇ ਵਿੱਚ ਸੀਗਾ, ਔਰ ਇਸ ਸਾਲ ਜਿਹੜਾ ਅਸੀਂ 13,000 ਹੈਕਟੇਅਰ ਰਕਬਾ ਜਿਹੜਾ ਵਧਾਇਆ ਉਹ 96,000 ਹੈਕਟੇਅਰ ਹੋ ਗਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੰਨੇ ਥੱਲੇ ਜਿਹੜਾ ਇਹ ਰਕਬੇ ਦੇ ਵਿੱਚ ਅਸੀਂ ਕਾਫੀ ਜਿਹੜਾ ਜਿਹੜੀ ਏਰੀਆ ਵਧਾਉਣਾ ਹੈ। ਔਰ ਇਹਦੇ ਵਾਸਤੇ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਗੰਨੇ ਦੀ ਕੀਮਤ ਜਿਹੜੀ ਆ 290 ਰੁਪਈਏ ਅਗੇਤੀਆਂ ਕਿਸਮਾਂ ਦੀ ਕੱਤੀ ਹੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਔਰ 280 ਰੁਪਈਏ ਦਰਮਿਆਨੀਆਂ, ਔਰ 275 ਰੁਪਈਏ ਪਿਛੇਤੀਆਂ ਕਿਸਮਾਂ ਦੀ ਜਿਹੜੀ ਅਸੀਂ ਉਹ ਭਾਅ ਨਿਰਧਾਰਿਤ ਕੀਤਾ ਹੈ, ਕਿਉਂਕਿ 80 ਕੱਤੇ ਦੇ ਵਿੱਚ ਸਾਡੀ ਗੰਨੇ ਦੀ ਜਿਹੜੀ ਬਿਜਾਈ ਹੋ ਰਹੀ ਹੈ, ਤਾਂ ਜੋ ਕਿ ਕਿਸਾਨ ਵੀ ਜਿਹੜੇ ਆ ਉਹ ਵਿਉਂਤਬੰਦੀ ਕਰ ਲੈਣ, ਔਰ ਕਿਸਾਨਾਂ ਨੂੰ ਅਸੀਂ ਇਹ ਦੱਸ ਰਹੇ ਹਾਂ ਕਿ ਉਹ ਆਪਣੀ ਕੋਈ ਵੀ ਜਿਹੜੀ ਫਸਲ ਬੀਜੀ ਹੈ ਗੰਨੇ ਦੀ ਉਹਦੀ ਵਿਉਂਤਬੰਦੀ ਕਰ ਲੈਣ, ਉਹਦੇ ਚ 3:2:1 ਦੇ ਹਿਸਾਬ ਦੇ ਨਾਲ ਜਿਹੜਾ ਆਪਣੇ ਗੰਨਿਆਂ ਦੀ ਬਿਜਾਈ ਕਰਨ, ਤਾਂ ਜੋ ਕਿ ਉਹ ਖੰਡ ਮਿੱਲ ਜਿਹੜੀ ਆ ਉਹ ਜ਼ਿਆਦਾ ਲੰਬਾ ਸਮਾਂ ਚੱਲੇ, ਔਰ ਜਿਹੜੀਆਂ ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ ਨੇ ਉਹਨਾਂ ਦੀ ਰਿਕਵਰੀ ਘੱਟ ਹੁੰਦੀ ਹੈ, ਜਿਸ ਕਰਕੇ ਕਈ ਵਾਰੀ ਖੰਡ ਮਿੱਲਾਂ ਜਿਹੜੀਆਂ ਉਹ ਲੈਣ ਤੋਂ ਇਨਕਾਰੀ ਕਰਦੀਆਂ ਨੇ। ਔਰ ਇੱਕ ਗੱਲ ਮੈਂ ਇਹ ਕਹਿਣੀ ਚਾਹਾਂਗਾ, ਜਿੰਨੇ ਵੀ ਕਿਸਾਨ ਵੀਰ ਨੇ ਉਹ ਆਪਣੇ ਖੰਡ ਮਿੱਲ ਜਿਹੜੀ ਲੱਗੀ ਹੈ ਉਸ ਏਰੀਏ ਦੇ ਵਿੱਚ ਹੀ ਉਹ ਗੰਨਾ ਲੈ ਕੇ ਜਾਣ, ਤਾਂ ਜੋ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਹੋਰ ਹੁਣ ਪਹਿਲਾਂ ਇਹ ਜਿਹੜਾ ਗੰਨੇ ਥੱਲੇ ਰਕਬਾ ਜਿਹੜਾ ਘੱਟਦਾ ਵੱਧਦਾ ਰਿਹਾ, ਕਿਉਂਕਿ ਜਦੋਂ ਸਰਕਾਰ ਨੂੰ ਲੋੜ ਹੁੰਦੀ ਹੈ ਤਾਂ ਉਹ ਅਨਾਜ ਵਾਲੀਆਂ ਫਸਲਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਕਰ ਦਿੰਦੇ ਹੈ ਕਿ ਜਿਹੜੀਆਂ ਸਾਡੀ ਫਸਲੀ ਵਿਭਿੰਨਤਾ ਦੇ ਪ੍ਰੋਗਰਾਮ ਲੀਕੇ ਜਾਂਦੇ ਨੇ ਉਹਨਾਂ ਦੀ ਫੂਕ ਨਿਕਲ ਜਾਂਦੀ ਹੈ। ਸੋ ਜੇਕਰ ਬਾਕੀ ਬਾਹਰ ਦੇ ਸੂਬਿਆਂ ਦੇ ਵਿੱਚ ਕਣਕ ਝੋਨੇ ਥੱਲੇ ਰਕਬਾ ਜੇ ਭਾਰਤ ਸਰਕਾਰ ਵੱਲੋਂ ਵਧਾਉਣ ਵਾਸਤੇ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਦੇ ਥੱਲੇ ਉਹਨਾਂ ਨੂੰ ਸਹਾਇਤਾ ਕੀਤੀ ਜਾ ਰਹੀ ਹੈ, ਤਾਂ ਜੇਕਰ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਝਾੜ ਨਹੀਂ ਆਉਂਦਾ ਜਾਂ ਉਤਪਾਦਨ ਨਹੀਂ ਹੁੰਦਾ ਤਾਂ ਉਹ ਫਿਰ ਪੰਜਾਬ ਤੇ ਹਰਿਆਣੇ ਤੇ ਟੇਕ ਜਿਹੜੀ ਉਹ ਲਾ ਦਿੰਦੇ ਨੇ, ਤੇ ਉਸ ਕਰਕੇ ਸਾਡਾ ਜਿਹੜਾ ਹੈ ਮੈਂ ਇਹ ਚਾਹੁੰਦਾ ਕਿ ਇਹ ਲੌਂਗ ਟਰਮ ਪਾਲਿਸੀ ਹੋਣੀ ਚਾਹੀਦੀ ਹੈ। ਔਰ ਜੇਕਰ ਕੋਈ ਸਟੇਟ ਜਿਹੜੀ ਆਪਣੇ ਨੈਚੁਰਲ ਰਿਸੋਰਸਿਸ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਜਿਹੜੀ ਆ ਉਹ ਸਪੋਰਟ ਉਸ ਹਿਸਾਬ ਦੇ ਨਾਲ ਉਹ ਕਰਨੀ ਚਾਹੀਦੀ ਹੈ, ਤਾਂ ਜੋ ਕਿ ਕਿਸਾਨ ਜੋ ਫਸਲੀ ਵਿਭਿੰਨਤਾ ਜਾਂ ਸਰਕਾਰ ਜਿਹੜੀ ਹੈ ਉਹਦੇ ਤੇ ਇਹ ਗੱਲ ਨਾ ਆਵੇ ਕਿ ਵੀ ਪੰਜਾਬ ਸਰਕਾਰ ਨੇ ਫਸਲੀ ਵਿਭਿੰਨਤਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਉਹ ਫੇਲ ਹੋ ਗਿਆ। ਇਹ ਜੇਕਰ ਫੇਲ ਜਾਂ ਇਹਨੂੰ ਕਾਮਯਾਬੀ ਜਾਂ ਫੇਲੂਆ ਦਾ ਜਿਹੜਾ ਹੈਗਾ ਉਹ ਸਾਰਾ ਭਾਰਤ ਸਰਕਾਰ ਦੇ ਹੱਥ ਦੇ ਵਿੱਚ ਆ, ਉਹ ਫਿਰ ਜਿਹੜਾ ਹੈਗਾ ਉਹ ਇੱਕ ਦੂਜੇ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਹੈਗੀ ਆ ਉਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਂਦੇ ਆ, ਪਰ ਜਿੱਥੋਂ ਤੱਕ ਦੇਸ਼ ਨੂੰ ਬਚਾਉਣ ਦੀ ਗੱਲ ਹੈ, ਸਟੇਟ ਨੂੰ ਬਚਾਉਣ ਦੀ ਗੱਲ ਹੈ, ਕੁਦਰਤੀ ਸੋਮਿਆਂ ਨੂੰ ਬਚਾਉਣ ਦੀ ਗੱਲ ਹੈ, ਉੱਥੇ ਜਿਹੜੀ ਹੈਗੀ ਆ ਉੱਥੇ ਕੋਈ ਏਦਾਂ ਦੀ ਰਾਜਨੀਤਿਕ ਕੋਈ ਗੱਲ ਨਹੀਂ ਹੋਣੀ ਚਾਹੀਦੀ। ਉੱਥੇ ਇੱਕ ਦੇਸ਼ ਨੂੰ ਔਰ ਸਟੇਟ ਨੂੰ ਬਚਾਉਣ ਵਾਸਤੇ ਔਰ ਭਵਿੱਖੀ ਜਨਰੇਸ਼ਨ ਵਾਸਤੇ ਕੋਈ ਕੰਮ ਕਰਨਾ ਹੈ ਤੇ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ, ਔਰ ਸਟੇਟ ਵਾਈਜ਼ ਸਪੈਸੀਫਿਕ ਈਅਰਮਾਰਕ ਕਰਨਾ ਚਾਹੀਦਾ ਕਿ ਜੇ ਮੱਧਿਆ ਪ੍ਰਦੇਸ਼ ਹੈ ਉਹ ਸੋਇਆਬੀਨ ਕਰੇ, ਜਿਹੜੀ ਰਾਜਸਥਾਨ ਹੈ ਉਹ ਤੇਲ ਬੀਜ ਫਸਲਾਂ ਉਗਾਵੇ, ਜਿਹੜਾ ਪੰਜਾਬ ਹੈ ਉੱਥੇ ਨਵੀਆਂ ਤਕਨੀਕਾਂ ਜਿਹੜੀਆਂ ਅਪਣਾਈਆਂ ਜਾਣ, ਘੱਟ ਪਾਣੀ ਵਾਲੀਆਂ ਜਿਹੜੀਆਂ ਕੀਤੀਆਂ ਜਾਣ, ਤਾਂ ਜੋ ਕਿ ਇਹ ਜਿਹੜਾ ਕੁਦਰਤੀ ਤੌਰ ਦੇ ਉੱਤੇ ਸਾਨੂੰ ਇੰਨੇ ਵਧੀਆ
ਜਿਹੜੇ ਕੁਦਰਤੀ ਜਿਹੜੇ ਸਾਡੇ ਸੋਮੇ ਨੇ ਉਹਨਾਂ ਦੀ ਭਰਪਾਈ ਹੋ ਸਕੇ, ਔਰ ਇਹਦੇ ਵਿੱਚ ਵਾਸਤੇ ਜਿਹੜਾ ਭਾਰਤ ਸਰਕਾਰ ਜਿਹੜੀ ਹੈ ਉਹ ਪੂਰਾ ਰਾਜ ਸਰਕਾਰ ਦੇ ਕਿਸਾਨਾਂ ਨੂੰ ਜਿਹੜਾ ਪੂਰਾ ਸਹਿਯੋਗ ਦੇਵੇ ਕਿ ਜਿਨ੍ਹਾਂ ਨੇ ਦੇਸ਼ ਨੂੰ ਭੁੱਖਮਰੀ ਵਿੱਚੋਂ ਕੱਢ ਕੇ ਤੇ ਇਹਨਾਂ ਇਤਿਹਾਸ ਸਿਰਜਿਆ, ਔਰ ਬਾਹਰ ਦੇ ਦੇਸ਼ਾਂ ਤੋਂ ਜਿਹੜੀ ਅਨਾਜ ਮੰਗਾਉਂਦੇ ਸੀ ਇਹਨਾਂ ਨੂੰ ਆਤਮ ਨਿਰਭਰ ਬਣਾਇਆ। ਅੱਜ ਜੇ ਸਾਡੇ ਦੇਸ਼ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਜਾਂ ਸਾਡੇ ਸੂਬੇ ਦੇ ਕਿਸਾਨਾਂ ਨੂੰ ਅੱਜ ਜੇ ਭਾਰਤ ਸਰਕਾਰ ਤੋਂ ਕਿਸੇ ਰਾਹ ਦੀ ਲੋੜ ਹੈ ਤਾਂ ਬਿਨਾਂ ਝਿਜਕ ਜਿਹੜੀ ਆ ਉਹ ਭਾਰਤ ਸਰਕਾਰ ਨੂੰ ਫੰਡਿੰਗ ਦੇਣੀ ਚਾਹੀਦੀ ਹੈ, ਕਿਉਂਕਿ ਅੱਜ 1 ਲੀਟਰ ਪਾਣੀ ਦੀ ਬੋਤਲ ਆਪਾਂ ਲਈਏ ਤਾਂ ਉਹ 15-20 ਰੁਪਏ ਲੀਟਰ ਮਿਲਦੀ ਹੈ। ਜੇ ਅਸੀਂ ਇੱਕ ਝੋਨਾ ਪੈਦਾ ਕਰਦੇ ਹਾਂ, 1 ਕਿਲੋ ਪੈਡੀ ਪੈਦਾ ਕਰਦੇ ਤੇ ਉਹਦੇ ਤੇ ਸਾਡਾ 3000 ਤੋਂ 4000 ਲੀਟਰ ਪਾਣੀ ਲੱਗਦਾ ਹੈ, ਤੇ ਇਹ ਦੇਖੋ ਅਸੀਂ ਪਾਣੀ ਨੂੰ ਕਿੰਨਾ ਸਸਤਾ ਤੇ ਉਹਦਾ ਕੋਈ ਕੀਮਤ ਹੀ ਨਹੀਂ, ਅਸੀਂ ਕੀ ਕਰ ਰਹੇ ਹਾਂ। ਔਰ ਇਸ ਵਾਸਤੇ ਜਿਹੜਾ ਹੈਗਾ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ, ਇੱਥੋਂ ਦੇ ਕੁਦਰਤੀ ਰਿਸੋਰਸਸ ਨੂੰ ਬਚਾਉਣ ਵਾਸਤੇ ਇਹਨੂੰ ਬਰੀਕੀ ਦੇ ਨਾਲ ਲੈਣਾ ਚਾਹੀਦਾ ਔਰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿ ਇਹ ਜਿਹੜਾ ਹੈਗਾ ਇਹ ਸਾਰੇ ਦੇਸ਼ ਦਾ ਇੱਕ ਸਭ ਤੋਂ ਵਡਮੁੱਲਾ ਔਰ ਬਹੁਤ ਹੀ ਅਹਿਮ ਜਿਹੜਾ ਸੂਬਾ ਹੈ। ਇੱਥੋਂ ਦੀ ਕਿਸਾਨਾਂ ਦੀ ਜਿਹੜੀ ਆ ਔਰ ਇੱਥੋਂ ਦੇ ਕੁਦਰਤੀ ਜਿਹੜੇ ਕਿ ਸੋਮਿਆਂ ਦੀ ਜਿਹੜੀ ਆ ਬਚਾਓ ਵਾਸਤੇ ਭਾਰਤ ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਇਸ ਵਾਸਤੇ ਕਦਮ ਚੁੱਕਿਆ ਤੇ ਵੱਧ ਤੋਂ ਵੱਧ ਜਿਹੜੀ ਹੈ ਉਹ ਮਦਦ ਕਰਨੀ ਚਾਹੀਦੀ ਹੈ। ਬਹੁਤ ਬਹੁਤ ਥੈਂਕ ਯੂ ਜੀ। ਸੋ ਡਾਕਟਰ ਸਾਹਿਬ, ਇਸ ਦੇ ਨਾਲ ਨਾਲ ਹੀ ਮੋਸਟਲੀ ਆਪਾਂ ਨੂੰ ਨਿਊਜ਼ ਪੇਪਰ 'ਚ ਪੜ੍ਹਨ ਲਈ ਮਿਲਦਾ ਹੈ ਵੀ ਝੋਨੇ ਦੀ ਫਸਲ ਤੋਂ ਬਾਅਦ ਜਿਸ ਨੂੰ ਕਹਿੰਦੇ ਨੇ ਵੀ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਉਸ ਨੂੰ ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਉਸ ਦਾ ਹੱਲ ਕੋਈ ਨਹੀਂ। ਉਹ ਕਹਿੰਦੇ ਵੀ ਇਸ ਨੂੰ ਸਿੱਟਿਆ ਕਿੱਥੇ ਜਾਵੇ ਜਾਂ ਖੇਤ ਦੀ ਸਫਾਈ ਕਰਨੀ ਹੁੰਦੀ ਹੈ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਵੀ ਡਿਪਾਰਟਮੈਂਟ ਤੋਂ ਇਲਾਵਾ ਵੀ ਇੱਕ ਜਰਨਲੀ ਵੇ ਦੇ ਵਿੱਚ ਵੀ ਜਿਸ ਤਰ੍ਹਾਂ ਕੁਝ ਪ੍ਰਾਈਵੇਟ ਕੰਪਨੀਜ਼ ਹੁੰਦੀਆਂ ਨੇ, ਸੋ ਉਹ ਆਪਣੇ ਵੱਲੋਂ ਕਿਸੇ ਕਿਸਾਨ ਨੂੰ ਪ੍ਰੋਤਸਾਹਿਤ ਕਰਦੀਆਂ ਨੇ ਵੀ ਤੁਸੀਂ ਫੁੱਲ ਲਗਾਓ ਜਾਂ ਤੁਸੀਂ ਕੋਈ ਫਲ ਲਗਾਓ, ਅਸੀਂ ਤੁਹਾਡੇ ਖੇਤ ਦੇ ਵਿੱਚੋਂ ਉਹ ਖੁਦ ਲੈ ਕੇ ਜਾਵਾਂਗੇ। ਕੀ ਅਗਰ ਪੰਜਾਬ ਸਰਕਾਰ ਵੀ ਇੱਦਾਂ ਦੀਆਂ ਕੋਈ ਪਾਲਿਸੀਆਂ ਕਿਸਾਨ ਦੇ ਲਈ ਲਾਗੂ ਕਰ ਦੇਵੇ ਤਾਂ ਉਸ ਲਈ ਖੇਤੀ ਜਿਹੜੀ ਵਿਭਿੰਨਤਾ ਆਪਾਂ ਲਿਆਉਣਾ ਚਾਹੁੰਦੇ ਹਾਂ, ਕੀ ਤੁਸੀਂ ਸੋਚਦੇ ਹੋ ਵੀ ਉਹ ਜ਼ਿਆਦਾ ਪ੍ਰਫੁੱਲਿਤ ਨਹੀਂ ਹੋਵੇਗੀ ਜਦੋਂ ਕਿਸਾਨ ਨੂੰ ਸੋਰਸ ਮਿਲ ਜਾਵੇਗਾ ਵੀ ਕੇਵਲ ਉਸਦਾ ਫਰਜ਼ ਹੈ ਵੀ ਉਸਨੇ ਫਸਲ ਪੈਦਾ ਕਰਨੀ ਹੈ, ਉਸਨੂੰ ਚੱਕਣਾ ਤੇ ਉਸਦਾ ਮੁੱਲ ਅਦਾ ਕਰਨਾ ਜੋ ਉਸਨੂੰ ਘਰ ਹੀ ਹੋ ਜਾਣਾ ਹੈ, ਕੋਈ ਇੱਦਾਂ ਦਾ ਸੋਰਸ ਵੀ ਪੰਜਾਬ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਹੈ ਕਿਸਾਨ ਹਿੱਤ ਨੂੰ ਸੋਚਦੇ ਹੋਏ? ਬਿਲਕੁਲ ਜੀ, ਇਹ ਜਿਹੜਾ ਆਪਾਂ ਝੋਨੇ ਦੀ ਪਰਾਲੀ ਨੂੰ ਜਾਂ ਕਣਕ ਦੇ ਨਾੜ ਨੂੰ ਅੱਗ ਲਾ ਦਿੰਦੇ ਹੈ ਜੀ, ਔਰ ਮੈਂ ਸਮਝਦਾ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲਾ ਕੇ ਕਣਕ ਬੀਜਣੀ ਹੁੰਦੀ ਹੈ ਤੇ ਸਾਡੇ ਕੋਲ ਜਿਹੜਾ ਬਿਜਾਈ ਦਾ ਸਮਾਂ ਜਿਹੜਾ ਉਹ 20-25 ਦਿਨ ਹੁੰਦਾ, ਔਰ ਉਸੇ ਟਾਈਮ ਦੇ ਵਿੱਚ ਅਸੀਂ ਖੇਤਾਂ ਨੂੰ ਜਿਹੜਾ ਹੈਗਾ ਉਹ ਤਿਆਰ ਕਰਕੇ ਤੇ ਇਹਨੂੰ ਅਸੀਂ ਬਿਜਾਈ ਕਰਨੀ ਹੁੰਦੀ ਹੈ। ਔਰ ਜਿਹੜੀ ਪਰਾਲੀ ਹੈ ਕਿਸਾਨ ਵੀਰ ਉਹ ਇਸ ਕਰਕੇ ਅੱਗ ਲਾ ਦਿੰਦੇ ਹੈ ਕਿ ਉਹ ਸਮਝਦੇ ਹੈ ਕਿ ਵੀ ਇਹ ਇਹਦੇ ਨਾਲ ਜਿਹੜਾ ਹੈਗਾ ਵੀ ਅਸੀਂ ਜਲਦੀ ਜਿਹੜੇ ਹੈਗੇ ਖੇਤ ਜਿਹੜੇ ਉਹ ਬੀਜੇ ਜਾਣਗੇ, ਪਰ ਨਹੀਂ, ਇਹਦੇ ਨਾਲ ਅਸੀਂ ਜਿਹੜਾ ਹੈਗਾ ਵਾਤਾਵਰਨ ਗੰਧਲਾ ਕਰ ਰਹੇ ਹਾਂ। ਔਰ ਇਹਦੇ ਵਾਸਤੇ ਹੁਣ ਅਸੀਂ ਪੈਡੀ ਸਟਰਾਚ ਚੋਪਰ ਜਿਹੜੇ ਨੇ ਉਹ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ, ਵੇਲਰ ਸਬਸਿਡੀ ਤੇ ਦੇ ਰਹੇ ਹਾਂ ਔਰ ਅਵੇਅਰਨੈਸ ਕਰ ਰਹੇ ਹਾਂ, ਕਿਉਂਕਿ ਇਹਦੇ ਨਾਲ ਸਾਡਾ ਜੈਵਿਕ ਮਾਦਾ ਜਿਹੜਾ ਹੈ ਉਹ ਸਾਰਾ ਜਿਹੜਾ ਸਰਜਨ ਹੈ, ਜਿਹਦੇ ਨਾਲ ਸਾਡੇ ਨਿਊਟ੍ਰੀਐਂਟਸ ਜਿਹੜੇ ਨੇ ਉਹ ਜ਼ਮੀਨ ਦੇ ਵਿੱਚ ਉਹ ਵੀ ਜਿਹੜੇ ਘਟ ਜਾਂਦੇ ਨੇ, ਔਰ ਇਸ ਦੇ ਨਾਲ ਨਾਲ ਜਿਹੜੇ ਵਾਤਾਵਰਨ ਦੇ ਵਿੱਚ ਕਾਰਬਨ ਮੋਨੋਆਕਸਾਈਡ ਗੈਸਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ, ਔਰ ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਨਜਾਤ ਪਾਉਣ ਵਾਸਤੇ ਜਿਹੜਾ ਔਰਗੈਨਿਕ ਕਾਰਬਨ ਜਿਹੜਾ ਅਸੀਂ ਜੈਵਿਕ ਮਾਦਾ ਜਿਹੜਾ ਇਹਨਾਂ ਤੋਂ ਬਣਦਾ ਉਹਦੇ ਨਾਲ ਅਸੀਂ ਖਾਦਾਂ ਦੀ ਖਪਤ ਘੱਟ ਕਰ ਸਕਦੇ ਜੇਕਰ ਇਹਨੂੰ ਚੋਪਰ ਦੇ ਨਾਲ ਵਿੱਚੇ ਹੀ ਬਰੀਡ ਕਰ ਦਿੱਤਾ ਜਾਵੇ। ਔਰ ਇਹ ਜਿਹੜੀਆਂ ਸਕੀਮਾਂ ਨੇ ਇਹ ਤਜਵੀਜ਼ ਜਿਹੜੀ ਆ ਸਾਡੇ ਪੂਰੇ ਜੰਗੀ ਪੱਧਰ ਦੇ ਉੱਤੇ ਇਸ ਸਾਲ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਬਾਰੇ ਪ੍ਰੇਰਿਤ ਵੀ ਕਰ ਰਹੇ ਹਾਂ, ਔਰ ਤਾਂ ਜੋ ਕਿ ਉਹ ਨਾੜ ਨੂੰ ਅੱਗ ਨਾ ਲਾਉਣ
ਅਤੇ ਆਪਣੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਜਿਵੇਂ ਵਧਾਉਣਾ ਹੈ, ਕਿਉਂਕਿ ਪਹਿਲਾਂ ਹੁੰਦਾ ਸੀ ਗੋਹੇ ਦੀ ਰੂੜੀ ਪਾਲੀ ਦੀ ਸੀ ਜਾਂ ਫਾਰਮਰ ਯਾਰਡ ਮਨਿਓਰ ਪਾਲੀ ਦਾ ਸੀਗਾ, ਤੇ ਜਿਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਸੀ। ਹੁਣ ਸਾਨੂੰ ਇਸ ਜਿਹੜੀ ਆ ਮਿੱਥ ਨੂੰ ਬਦਲਣਾ ਪਏਗਾ, ਕਿਉਂਕਿ ਜੇ ਅਸੀਂ 2.5 ਲੱਖ ਹੈਕਟੇਅਰ ਰਕਬੇ ਦੀ ਜਿਹੜੀ ਕੀ ਹੈ ਪਰਾਲੀ ਹੈ, ਤਾਂ ਉਹਦੇ ਵਾਸਤੇ ਸਾਨੂੰ ਗੰਭੀਰਤਾ ਨਾਲ ਸੋਚਣਾ ਪਏਗਾ, ਕਿਉਂਕਿ ਜਿਹੜੀ ਸਾਡੀ 2.5 ਲੱਖ ਹੈਕਟੇਅਰ ਦੀ ਜਿਹੜੀ ਪਰਾਲੀ ਹੈ, ਜਿਹਦੇ ਵਿੱਚੋਂ ਮੈਂ ਮੋਟੇ ਤੌਰ 'ਤੇ ਕੈਲਕੂਲੇਟ ਕੀਤਾ ਹੈ ਕਿ 60 ਤੋਂ 70% ਜਿਹੜੀ ਹੈ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਔਰ ਕਿਉਂਕਿ ਬਾਕੀ ਕੁਛ ਅੱਗੇ ਹੁੰਦਾ ਸੀਗਾ, ਪਹਿਲਾਂ ਲੋਕ ਕਣਕ ਵੱਢ ਕੇ ਉਹਦੇ ਭਰੀਆਂ ਵਾਸਤੇ ਕੋਈ ਉਹ ਜਿਹੜੀਆਂ ਵੱਟ ਵੁੱਟ ਲੈਂਦੇ ਹੁੰਦੇ ਸੀਗੇ ਪਰਾਲੀ ਦੇ ਜਿਹੜੇ ਗਏ ਸੀਗੇ ਉਹਦੀ ਵਧਾਈ ਕਰਨ ਵਾਸਤੇ ਰਸੇ ਵੱਟ ਲੈਂਦੇ ਸੀਗੇ, ਉਹ ਹੁਣ ਉਹ ਕਿਉਂਕਿ ਅੱਜ ਕੱਲ੍ਹ ਕੰਬਾਈਨ ਦੇ ਨਾਲ ਵਢਾਈ ਸ਼ੁਰੂ ਹੋ ਗਈ, ਇਸ ਕਰਕੇ ਕਣਕ ਵੀ ਲੋਕੀ ਕੰਬਾਈਨ ਨਾਲ ਵਢਾਉਣ ਲੱਗ ਗਏ। ਔਰ ਜਿਹੜੀ ਮਤਲਬ ਕਿ ਕਣਕ ਦੇ ਨਾਲ ਨੂੰ ਬਹੁਤ ਘੱਟ ਲੋਕ ਅੱਗ ਲਾਉਂਦੇ ਨੇ, ਕਿਉਂਕਿ ਉਹਦੇ ਵਿੱਚ ਸਾਡਾ 70% ਹਿੱਸਾ ਜਿਹੜਾ ਉਹ ਅਸੀਂ ਜਿਹੜਾ ਫੋਡਰ ਦੀ ਵਾਸਤੇ ਤੂੜੀ ਦੇ ਵਿੱਚ ਸਾਡਾ ਵਰਤਿਆ ਜਾਂਦਾ, ਔਰ ਸਾਡੇ ਬਾਕੀ ਜਿਹੜਾ ਹੈਗਾ ਕੁਛ ਜਿਹੜਾ ਨਾਰ ਦਾ ਹਿੱਸਾ ਹੈਗਾ, ਜੇ ਕਿਤੇ ਕੋਈ ਉਹ ਬਹੁਤ ਘੱਟ ਜਿਹੜੀ ਆ ਅੱਗ ਲਾਈ ਜਾਂਦੀ ਹੈ, ਉਹਦੇ ਵਿੱਚ ਅੱਜ ਕੱਲ੍ਹ ਮੈਕਾਨਿਜ਼ਮ ਕਾਫੀ ਬਣ ਗਿਆ, ਪਰ ਸਾਡੀ ਜਿਹੜੀ ਸਾਰੀ ਸਮੱਸਿਆ ਹੈ ਉਹ ਜਿਹੜੀ ਗਿਆ ਪਰਾਲੀ ਦੇ ਵਾਸਤੇ ਹੈ। ਔਰ ਪਰਾਲੀ ਵਾਸਤੇ ਵੀ ਜਿਹੜੀ ਕੋਜਨੇਸ਼ਨ ਵਾਲੇ ਅੱਜ ਕੱਲ੍ਹ ਕਾਫੀ ਕੰਪਨੀਆਂ ਅੱਗੇ ਆ ਰਹੀਆਂ ਨੇ, ਔਰ ਮੈਂ ਸਮਝਦਾ ਕਿ ਜੇ ਲੋਕ ਵੇਲਰ ਦੇ ਨਾਲ ਉਹਦੀਆਂ ਗੱਠਾਂ ਬਣਾ ਕੇ ਉਹ ਆਪਣੇ ਖੇਤਾਂ ਦੇ ਵਿੱਚ ਰੱਖ ਲੈਣਗੇ, ਉਹਨਾਂ ਨੂੰ ਜਿਹੜੀ ਉਹ ਵਾਧੂ ਇਨਕਮ ਹੋ ਸਕਦੀ ਹੈ। ਔਰ ਅਸੀਂ ਇਸ ਬਾਰੇ ਵੀ ਅਸੀਂ ਸੋਚ ਰਹੇ ਹਾਂ ਕਿ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਪਰਾਲੀ ਹੈ ਜਾਂ ਕੋਈ ਨਾੜ ਹੈ ਉਹਨਾਂ ਦਾ ਜਿਹੜਾ ਵਾਜਬ ਜਿਹੜੇ ਰੇਟ ਮਿਲੇ, ਤਾਂ ਜੋ ਕਿ ਉਹਨਾਂ ਦੀ ਜਿਹੜੀ ਇਨਕਮ ਦੇ ਵਿੱਚ ਵਾਧਾ ਹੋ ਸਕਦਾ। ਔਰ ਇਹਦੇ ਨਾਲ ਇੱਕ ਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚ ਜਾਏਗਾ, ਇੱਕ ਜੇਕਰ ਕਿਸੇ ਨੇ ਵਿੱਚ ਬਾਈਡ ਕਰਨਾ ਉਹਦੀ ਜੀ ਉਪਜਾਊ ਸ਼ਕਤੀ ਵੱਧ ਜਾਏਗੀ, ਉਹਨਾਂ ਦੇ ਖਾਦਾਂ ਦੇ ਖਰਚੇ ਘੱਟ ਜਾਣਗੇ। ਇਹ ਸਾਰੀ ਗੱਲ ਇੱਕ ਬਹੁਤ ਵੱਡੀ ਜਿਹੜੀ ਹੈ ਗੱਲ ਹੈ ਜਿਹੜੀ ਕਿਸਾਨਾਂ ਦੇ ਦਿਮਾਗ ਵਿੱਚ ਅਸੀਂ ਪਾਉਣੀ ਹੈ, ਔਰ ਇਹਨਾਂ ਨੂੰ ਮੇਰਾ ਖਿਆਲ ਕਿ ਅਸੀਂ ਇਸ ਵਿੱਚ ਕਾਮਯਾਬ ਹੋਵਾਂਗੇ। ਫਿਊਚਰ ਦੇ ਵਿੱਚ ਅਸੀਂ ਤੁਹਾਡੇ ਮੀਡੀਆ ਨੂੰ ਨਾਲ ਲੈ ਕੇ ਇਹ ਗੱਲਾਂ ਜਿਹੜੀਆਂ ਕਿਸਾਨਾਂ ਨੂੰ ਦੱਸਣ ਦੇ ਕਾਮਯਾਬ ਹੋਵਾਂਗੇ। ਬਿਲਕੁਲ ਜੀ, ਥੈਂਕ ਯੂ। ਸੋ ਡਾਕਟਰ ਸਾਹਿਬ, ਇਹਨਾਂ ਗੱਲਾਂ ਦੇ ਨਾਲ ਨਾਲ ਹੀ ਮੇਰੇ ਮਾਇੰਡ 'ਚ ਇੱਕ ਹੋਰ ਸਵਾਲ ਚੱਲ ਰਿਹਾ ਸੀ, ਜਿਵੇਂ ਕਿ ਸਮੇਂ ਸਮੇਂ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਮੇਲੇ ਆਯੋਜਿਤ ਕੀਤੇ ਜਾਂਦੇ ਨੇ, ਸੋ ਬਟ ਜੀ ਰੀਜ਼ਨ ਹੈ ਵੀ ਪੰਜਾਬ ਆਪਣਾ ਸੂਬਾ ਬਹੁਤ ਵੱਡਾ ਹੈ, ਹਰ ਕਿਸੇ ਲਈ ਯੂਨੀਵਰਸਿਟੀ ਤੱਕ ਪਹੁੰਚਣਾ ਜੋ ਮੁਨਾਸਿਬ ਨਹੀਂ ਹੁੰਦਾ ਜਾਂ ਪਹੁੰਚਿਆ ਨਹੀਂ ਜਾ ਸਕਦਾ ਹੁੰਦਾ, ਕਿਸਾਨ ਕੋਲੋਂ ਸਮਾਂ ਵੀ ਉਸਦਾ ਲੱਗਦਾ ਹੈ। ਸੋ ਕੀ ਆਪ ਵੱਲੋਂ ਕੋਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਵੀ ਜ਼ਿਲ੍ਹੇਵਾਰ ਅਜਿਹੀਆਂ ਅਜਿਹੀਆਂ ਤਕਨੀਕਸ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਵੀ ਜ਼ਿਲ੍ਹੇ ਦੇ ਵਿੱਚ ਜਾਂ ਤਹਿਸੀਲ ਦੇ ਵਿੱਚ ਇੱਦਾਂ ਦੇ ਕੋਈ ਕੈਂਪ ਆਯੋਜਿਤ ਕੀਤੇ ਜਾਣ ਜੋ ਕਿ ਕਿਸਾਨਾਂ ਨੂੰ ਵੀ ਸਪੈਸ਼ਲੀ ਨਹੀਂ ਵੀ ਉਹਨਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਜਾ ਕੇ ਹੀ ਨਵੀਂ ਫਸਲ ਬਾਰੇ ਜਾਂ ਨਵੀਂ ਵਿਭਿੰਨਤਾ ਬਾਰੇ ਜਾਣਕਾਰੀ ਮਿਲੇ? ਅਗਰ ਇੱਦਾਂ ਦੀ ਕੋਈ ਇਨਫੋਰਮੇਸ਼ਨ ਹੈ ਤਾਂ ਸਾਡੇ ਲਿਸਨਰਸ ਨਾਲ ਜ਼ਰੂਰ ਸਾਂਝੀ ਕਰਨੀ, ਤਾਂ ਕਿ ਸਾਡੇ ਲਿਸਨਰਸ ਜਿਹੜੇ ਸਮੇਂ-ਸਮੇਂ ਤੇ ਆਪਣੇ ਜ਼ਿਲ੍ਹੇ ਦਫ਼ਤਰ ਅਧਿਕਾਰੀ ਨਾਲ ਜਾਂ ਤਹਿਸੀਲ ਪੱਧਰ ਤੇ ਆਪਣੇ ਅਧਿਕਾਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਣ ਕਿ ਉਹਨਾਂ ਨੂੰ ਕਦੋਂ ਨਵੀਆਂ ਇਨਵੈਂਸ਼ਨਸ ਦੇ ਬਾਰੇ, ਨਵੀਆਂ ਐਕਟੀਵਿਟੀਜ਼ ਬਾਰੇ ਜਿਹੜੀ ਉਹ ਜਾਣਕਾਰੀ ਮਿਲ ਸਕਦੀ ਹੈ। ਹਾਂ ਕਾਲਕ ਜੀ, ਇਹ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਯੂਨੀਵਰਸਿਟੀ ਵੱਲੋਂ ਨਵੀਆਂ ਖੋਜਾਂ, ਨਵੇਂ ਬੀਜ ਜਿਹੜੇ ਤਿਆਰ ਕੀਤੇ ਜਾਂਦੇ ਨੇ, ਅਸੀਂ ਇਹ ਕਿਸਾਨਾਂ ਨੂੰ ਹਮੇਸ਼ਾ ਵਾਸਤੇ ਉਹਨਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨ ਸਿਖਲਾਈ ਕੈਂਪ ਲਗਾ ਕੇ, ਔਰ ਸਾਡੀ ਆਤਮਾ ਸਕੀਮ ਦੇ ਤਹਿਤ ਵੀ ਅਸੀਂ ਕੈਂਪ ਲਗਾਉਂਦੇ ਹਾਂ, ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਿਲ ਕਰਦੇ ਹਾਂ। ਔਰ ਪਹਿਲਾਂ ਹੁਣ ਜਿਹੜਾ ਸਾਡੀ ਕੈਂਪਾਂ ਦੇ ਵਿੱਚ ਜਿਹੜੀ ਆ ਆਮ ਤੌਰ 'ਤੇ ਕਿਸਾਨ ਬੀਬਿਆਂ ਦੀ ਜਿਹੜੀ ਸ਼ਮੂਲੀਅਤ ਬਿਲਕੁਲ ਨਾਂ ਦੇ ਬਰਾਬਰ ਹੈ, ਔਰ ਅਸੀਂ ਇਸ ਸਾਲ ਤੋਂ ਉਪਰਾਲਾ ਕਰਦੇ ਹਾਂ ਕਿ ਉਹਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਿਲ ਕੀਤੀਆਂ ਜਾਣ। ਔਰ ਜੋ ਯੂਨੀਵਰਸਿਟੀ ਦੀ ਖੋਜਾਂ ਹੁੰਦੀਆਂ ਨੇ, ਨਵੀਆਂ ਖੋਜਾਂ ਹੁੰਦੀਆਂ ਨੇ, ਉਸ ਇਹ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡਾ ਮਾਡਲ ਹੈ ਪੰਜਾਬ ਦਾ, ਇਹ ਨੰਬਰ 1 ਤੇ ਹੈ, ਕਿਉਂਕਿ ਅਸੀਂ ਹੁਣ 22-23 ਅਗਸਤ ਨੂੰ
ਜੋ ਅਸੀਂ ਹਾੜੀ ਦੇ ਵਿੱਚ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇਣੀਆਂ ਨੇ ਉਹਦੀ ਇੱਕ ਆਫੀਸਰ ਵਰਕਸ਼ਾਪ ਹੁੰਦੀ ਹੈ ਦੋ ਦਿਨਾਂ, ਜਿਹਦੇ ਵਿੱਚ ਪਿਛਲੇ ਸਾਲ ਜੋ ਸਾਨੂੰ ਸਮੱਸਿਆਵਾਂ ਦਰਪੇਸ਼ ਆਈਆਂ ਸੀਗੀਆਂ ਔਰ ਜੋ ਫੀਲਡ ਦੇ ਵਿੱਚ ਕਿਸਾਨਾਂ ਨੂੰ ਪ੍ਰੋਬਲਮਸ ਆਈਆਂ ਸੀਗੀਆਂ ਉਹਨਾਂ ਨੂੰ ਅਸੀਂ ਸਾਇੰਸਦਾਨ ਤੇ ਐਕਸਟੈਂਸ਼ਨ ਅਧਿਕਾਰੀ ਬੈਠ ਕੇ ਦੋ ਦਿਨਾਂ ਦੀ ਵਿਚਾਰ ਗੋਸ਼ਟੀ ਦੇ ਵਿੱਚ ਜੋ ਵੀ ਹਾੜੀ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਨੇ ਉਹਦੀ ਅਸੀਂ ਇੱਕ ਚਰਚਾ ਕਰਦੇ ਹਾਂ ਔਰ ਉਹਦੇ ਵਿੱਚ ਜੋ ਵੀ ਪੈਕੇਜ ਐਂਡ ਪ੍ਰੈਕਟਿਸ ਅਸੀਂ ਦੇਣੀ ਹੈ ਉਹਨੂੰ ਅਸੀਂ 22-23 ਅਗਸਤ ਨੂੰ ਕਰਕੇ ਅਸੀਂ ਵਿਦ ਇਨ ਵੀਕ ਇੱਕ ਜਿਹੜੀ ਇੱਕ ਕਿਤਾਬਚਾ ਕਿਸਾਨਾਂ ਨੂੰ ਉਹ ਛਾਪ ਕੇ ਦੇਣੇ ਹੈ, ਜਿਹਦੇ ਵਿੱਚ ਇੱਕ ਤੇ ਹੈਗਾ ਜੀ ਚੰਗੀ ਖੇਤੀ ਪ੍ਰੋਗਰੈਸਿਵ ਫਾਰਮਰਸ ਇੰਗਲਿਸ਼ ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ ਹੈ, ਐਂਡ ਪੈਕੇਜ ਐਂਡ ਪ੍ਰੈਕਟਿਸ ਆਫ ਜਿਹੜੀ ਹੈਗੀ ਹੈ ਰਬੀ ਐਂਡ ਖਰੀਫ। ਇਹ ਅਸੀਂ ਹਾੜੀ ਅਤੇ ਸਾਉਣੀ ਤੋਂ ਪਹਿਲਾਂ ਇਹ ਦੋ ਵਰਕਸ਼ਾਪਾਂ ਦਾ ਸਾਡਾ ਆਯੋਜਨ ਹੁੰਦਾ, ਉਸ ਤੋਂ ਬਾਅਦ ਜਿਹੜਾ ਸਾਡਾ ਖੇਤੀਬਾੜੀ ਵਿਭਾਗ ਹੈ ਜੀ ਇਹ ਸਾਰੇ 22 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਅਸੀਂ ਟ੍ਰੇਨਿੰਗ ਕੈਂਪ ਲਗਾਉਣੇ ਆ ਔਰ ਫਿਰ ਉਸ ਤੋਂ ਬਾਅਦ ਅਸੀਂ ਬਲਾਕ ਪੱਧਰ ਦੇ ਇਸੇ ਤਰਜ਼ ਤੇ ਕੈਂਪ ਲਗਾਉਣੇ ਆ, ਉਹਦੇ ਵਿੱਚ ਉਸ ਤੋਂ ਅੱਗੇ ਜਾ ਕੇ ਅਸੀਂ ਪਿੰਡ ਪੱਧਰ ਦੇ ਉੱਤੇ ਜਿਹੜੇ ਸਾਡੀ ਜਿੰਨੀ ਸਾਡੇ ਕੋਲ ਮੈਨ ਪਾਵਰ ਆ ਉਸ ਨਾਲ ਅਸੀਂ ਪਿੰਡ ਪੱਧਰ ਤੇ ਵੀ ਜਿਹੜੇ ਕੈਂਪ ਲਗਾਉਣੇ ਆ। ਇਸ ਤੋਂ ਇਲਾਵਾ ਇਹ ਜਿਹੜੇ ਕੈਂਪ ਨੇ ਅਸੀਂ ਪ੍ਰੋਗਰੈਸਿਵ ਫਾਰਮਰਸ ਦੀਆਂ ਫੀਲਡ ਦੇ ਉੱਤੇ ਇਹ ਮੈਂ ਸ਼ੁਰੂ ਕਰਵਾਇਆ ਹੋਇਆ ਔਰ ਕੋਈ ਵੀ ਜਿਹੜਾ ਕੈਂਪ ਲੱਗਣਾ ਉਹ ਅਸੀਂ ਕਿਸਾਨ ਦੇ ਫੀਲਡ ਦੇ ਵਿੱਚ ਕਰ ਰਹੇ ਹਾਂ ਜਿੱਥੇ ਕਿ ਕੋਈ ਇਨੋਵੇਟਿਵ ਫਾਰਮਰਸ ਹੈ ਔਰ ਜਿਹੜਾ ਸਾਡਾ ਇਹ ਨੈਟਵਰਕ ਆ ਇਹਨੂੰ ਅਸੀਂ ਦੂਰਦਰਸ਼ਨ ਦੇ ਉੱਤੇ ਸਾਡਾ ਇੱਕ ਪ੍ਰੋਗਰਾਮ ਚੱਲਦਾ ਹੈ ਮੇਰਾ ਪਿੰਡ ਮੇਰੇ ਖੇਤ ਹੈ ਔਰ ਰੇਡੀਓ ਦੇ ਉੱਤੇ ਦਿਹਾਤੀ ਪ੍ਰੋਗਰਾਮ ਆ ਉਹਦੇ ਵਿੱਚ ਸਾਡੇ ਜਿੰਨੇ ਐਕਸਪਰਟਸ ਨੇ ਉਹ ਆਪਣੀਆਂ ਸਾਰਾ ਪ੍ਰੋਗਰਾਮ ਕਰਦੇ ਆ ਔਰ ਜਿਹੜਾ ਡਾਇਰੈਕਟਰ ਐਗਰੀਕਲਚਰ ਪੰਜਾਬ ਹੁੰਦਾ ਇਹਦੀ ਪ੍ਰਧਾਨਗੀ ਦੇ ਥੱਲੇ ਇੱਕ ਕਮੇਟੀ ਕਾਨਸਟੀਚਿਊਟ ਕੀਤੀ ਹੈ ਕਿ ਮੀਡੀਆ ਦੇ ਨਾਲ ਰਾਬਤਾ ਕਾਇਮ ਕਰਕੇ ਰੋਜ਼ਮਰਾ ਜਿਹੜਾ ਸਾਡਾ ਹਫ਼ਤੇ 'ਚ ਸਾਡੇ ਪ੍ਰੋਗਰਾਮ ਚੱਲਦੇ ਆ ਉਹਦੇ ਵਿੱਚ ਕਿਹੜੀ ਕਿਹੜੀ ਗੱਲ ਕਿਸਾਨਾਂ ਨੂੰ ਦੇਣੀ ਉਹ ਅਸੀਂ ਚਲਵਾ ਰਹੇ ਹਾਂ ਔਰ ਸਟਿਪ ਥੱਲੇ ਚੱਲਦੀ ਰਹਿੰਦੀ ਹੈ ਵੀ ਉਹਨਾਂ ਨੂੰ ਕਿਹੜੀ ਰਿਕਮੈਂਡੇਸ਼ਨ ਆ ਜਾਂ ਉਹ ਸਰਵੇਲੈਂਸ ਸਾਡੀਆਂ ਟੀਮਾਂ ਜਾਂਦੀਆਂ ਨੇ ਕਿਹੜੇ ਕੀੜੇ ਬਿਮਾਰੇ ਲੱਗ ਜਾਂਦੇ ਉਹਨੂੰ ਅਸੀਂ ਫਲੈਸ਼ ਕਰਵਾਉਣੇ ਆ। ਅਸੀਂ ਇਸ ਵਾਸਤੇ ਇੱਕ ਕਿਸਾਨ ਸੈਂਟਰ ਦੀ ਵੀ ਸਥਾਪਨਾ ਕੀਤੀ ਗਈ ਹੈ, ਉਹਦੇ ਵਿੱਚ ਅਸੀਂ ਟੋਲ ਫਰੀ ਨੰਬਰ ਕਿਸਾਨਾਂ ਨੂੰ ਦਿੱਤਾ ਹੈ ਸੂਬੇ ਦੇ ਨੂੰ, ਉਹ ਮੈਂ ਤੁਹਾਡੇ ਮਾਧਿਅਮ ਬਣਾਏ ਵੀ ਦੱਸਣਾ ਚਾਹਾਂਗਾ ਕਿ ਕੋਈ ਵੀ ਜਿਹੜਾ ਆਪਣੇ ਮੋਬਾਈਲ ਤੋਂ ਫੋਨ ਕਰਨਾ ਚਾਹੁੰਦਾ 1881-1551 ਦੇ ਉੱਤੇ ਕਾਲ ਕਰ ਸਕਦਾ ਹੈ ਔਰ ਜੇਕਰ ਲੈਂਡਲਾਈਨ ਤੋਂ ਕਰਨਾ ਤੇ 1551 ਦੇ ਉੱਤੇ ਗੱਲ ਕਰ ਸਕਦਾ ਹੈ। ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਇਸ ਫੋਨ ਦੇ ਉੱਤੇ ਸਾਡੇ ਖੇਤੀਬਾੜੀ ਮਾਹਰ ਬੈਠੇ ਨੇ ਉਹ ਉਹਦਾ ਦੱਸਣਗੇ ਔਰ ਇਸ ਦੇ ਨਾਲ ਨਾਲ ਰੋਜ਼ ਹੀ ਜਿਹੜੀਆਂ ਕੋਈ ਸਾਡੀਆਂ ਇਹ ਜਿਹੜਾ ਕਾਲ ਕਿਸਾਨ ਕਾਲ ਸੈਂਟਰ ਇਹ 365 ਦਿਨ ਹੀ ਕਿਸਾਨਾਂ ਦੀ ਸੇਵਾ ਵਾਸਤੇ ਖੁੱਲ੍ਹਾ ਰਹਿੰਦਾ, ਹਾਲਾਂਕਿ 26 ਜਨਵਰੀ 2 ਅਗਸਤ 15 ਅਗਸਤ 2 ਅਕਤੂਬਰ ਇਹ ਜਿਹੜੀਆਂ ਗਜ਼ਟਲ ਹੋਲੀਡੇ ਵਾਲੇ ਦਿਨ ਵੀ ਸਾਡਾ ਖੁੱਲ੍ਹਾ ਰਹਿੰਦਾ। ਇਹ ਸੇਵਾ ਜਿਹੜੀ 6 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਜੀ ਔਰ ਜੇਕਰ ਕਿਸੇ ਦਾ ਕੋਈ ਫੋਨ ਟੈਂਡ ਨਹੀਂ ਹੁੰਦਾ ਤੇ ਉਹ ਸਾਡਾ ਆਟੋਮੈਟਿਕਲੀ ਉਹ ਰਿਕਾਰਡਿੰਗ ਹੋ ਜਾਂਦੀ ਹੈ ਔਰ ਕਿਸਾਨ ਵੀਰਾਂ ਨੂੰ ਇਹ ਦੱਸਿਆ ਗਿਆ ਕਿ ਆਪਣਾ ਨਾਮ ਪਤਾ ਤੇ ਆਪਣੀ ਸਮੱਸਿਆ ਜਿਹੜੀ ਉਹ ਬੋਲ ਕੇ ਰਿਕਾਰਡ ਜਿਹੜੀ ਹੋ ਜਾਂਦੀ ਹੈ ਔਰ ਅਸੀਂ ਉਸ ਨੂੰ ਉਹ ਜਦੋਂ ਉਹ ਅਗਲੇ ਦਿਨ ਜਾ ਕੇ ਅਸੀਂ ਉਹਦਾ ਜਿਹੜਾ ਹੈਗਾ ਸਾਡੇ ਜਿਹੜੇ ਖੇਤੀਬਾੜੀ ਮਾਹਰ ਜਿਹੜੇ ਇਹਦੇ ਕੰਮ ਵਿੱਚ ਲੱਗੇ ਹੋਏ ਨੇ ਉਹ ਉਹਨਾਂ ਨੂੰ ਰਿਪਲਾਈ ਦਿੰਦੇ ਆ ਜੀ। ਸੋ ਇਹ ਇੱਕ ਬੜਾ ਵੱਡਾ ਸਿਸਟਮ ਆ ਜਿਹੜਾ ਅਸੀਂ ਇੱਕ ਸਾਡੇ ਇਹ ਮੁਹੱਈਆ ਕਰਵਾ ਰਿਹਾ ਕਿ ਐਕਸਟੈਂਸ਼ਨ ਸਰਵਿਸਿਸ ਦੇ ਵਿੱਚ ਇਸ ਟਾਈਮ ਜਿਹੜਾ ਸਾਡਾ ਮੀਡੀਆ ਇੱਕ ਬਹੁਤ ਵੱਡਾ ਯੋਗਦਾਨ ਪਾ ਰਿਹਾ ਔਰ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਮੀਡੀਆ ਜਿਹੜਾ ਉਹ ਵੀ ਬੜਾ ਪੋਜੀਟਿਵ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਮੇਂ ਸਿਰ ਉਜਾਗਰ ਕਰਦਾ ਔਰ ਉਹਨਾਂ ਨੂੰ ਚੰਗੀਆਂ ਜਿਹੜੀਆਂ ਸੇਧਾਂ ਦੇ ਰਿਹਾ ਔਰ ਸਾਡੇ ਵਿਭਾਗ ਦੇ ਨਾਲ ਯੂਨੀਵਰਸਿਟੀ ਨਾਲ ਤਾਲਮੇਲ ਕਰਕੇ ਚੰਗੀਆਂ ਸਕਸੈਸ ਸਟੋਰੀਆਂ ਬਾਰੇ ਵੀ ਦੱਸਿਆ ਜਾ ਰਿਹਾ ਔਰ ਮੈਂ ਸਮਝਦਾ ਕਿ ਸਾਡਾ ਮੀਡੀਆ ਜਿਹੜਾ ਇੱਕ ਬਹੁਤ ਅਹਿਮ ਰੋਲ ਇਹਦੇ ਚ ਅਦਾ ਕਰ ਰਿਹਾ ਜੀ। ਥੈਂਕ ਯੂ ਡਾਕਟਰ ਸਾਹਿਬ।
ਰੋਹਿਤ ਸਾਹਿਬ ਤੁਸੀਂ ਗੱਲ ਕੀਤੀ ਸੀ ਵੀ ਇੱਕ ਆਤਮਾ ਸਕੀਮ ਦੀ, ਸੋ ਆਤਮਾ ਸਕੀਮ ਤੁਹਾਡੇ ਅੰਦਰ ਕੰਮ ਕਰ ਰਹੀ ਹੈ, ਸੋ ਉਸ ਦੇ ਬਾਰੇ ਜ਼ਰੂਰ ਚਾਨਣਾ ਪਾਉਣਾ ਸਾਡੇ ਲਿਸਨਰਸ ਨੂੰ। ਆਤਮਾ ਸਕੀਮ ਕੀ ਕੰਮ ਕਰਦੀ ਹੈ ਤੇ ਕੀ ਸਹਿਯੋਗ ਦਿੰਦੀ ਹੈ ਕਿਸਾਨ ਨੂੰ? ਆ ਜਿਹੜੀ ਸਾਡੇ ਜਿਹੜੀ ਹੈ ਜੀ ਆਤਮਾ ਸਕੀਮ ਜਿਹੜੀ ਹੈ ਸਾਡੇ ਵਿਭਾਗ ਦੀ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਸੀਗੀ, ਇਹ ਭਾਰਤ ਸਰਕਾਰ ਵੱਲੋਂ 2000 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। ਇਸ ਦਾ ਮੁੱਖ ਮੰਤਵ ਸੀਗਾ ਕਿ ਇੱਕ ਛੱਤ ਦੇ ਥੱਲੇ ਕਿਸਾਨਾਂ ਨੂੰ ਜਿਹੜੀ ਉਹ ਸੇਵਾਵਾਂ ਮੁਹੱਈਆ ਕਰਵਾਈ ਜਾਣ, ਔਰ ਇਹ ਜਿਹੜਾ ਸਾਡਾ ਆਤਮਾ ਸਕੀਮ ਦੇ ਵਿੱਚ ਜਿਹੜੇ ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜੇ ਸਾਡੇ ਚੇਅਰਮੈਨ ਨੇ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੁੰਦੇ ਨੇ ਤੇ ਮੁੱਖ ਖੇਤੀਬਾੜੀ ਅਫਸਰ ਜਿਹੜਾ ਉਹ ਮੈਂਬਰ ਸੈਕਟਰੀ ਹੁੰਦਾ, ਔਰ ਇਸ ਆਤਮਾ ਸਕੀਮ ਦਾ ਸਟੇਟ ਲੈਵਲ ਦੇ ਉੱਤੇ ਨੋਡਲ ਅਫਸਰ ਸਾਡਾ ਜੋ ਹੈ ਜੁਆਇੰਟ ਡਾਇਰੈਕਟਰ ਐਕਸਟੈਂਸ਼ਨ ਐਂਡ ਟ੍ਰੇਨਿੰਗ ਜਿਹੜਾ ਉਹਨੂੰ ਬਣਾਇਆ ਗਿਆ, ਔਰ ਡਾਇਰੈਕਟਰ ਐਗਰੀਕਲਚਰ ਜਿਹੜਾ ਹੈਗਾ ਇਹਦੇ ਨਾਲ ਪੂਰਾ ਸਹਿਯੋਗ ਕਰਦਾ, ਔਰ ਜਿਹੜੇ ਸਾਡੇ ਸਟੇਟ ਲੈਵਲ ਦੇ ਚੇਅਰਮੈਨ ਨੇ ਉਹ ਸਾਡੇ ਫਾਈਨੈਂਸ਼ੀਅਲ ਕਮਿਸ਼ਨਰ ਡਿਵੈਲਪਮੈਂਟ ਹੁੰਦੇ ਨੇ, ਔਰ ਇਹ ਜਿੰਨੀਆਂ ਵੀ ਅਪਰੂਵਲਸ ਹੁੰਦੀਆਂ ਨੇ ਉਹ ਸਾਡੇ ਗਵਰਨਮੈਂਟ ਦੇ ਨੋਰਮਸ ਦੇ ਤਹਿਤ ਅਸੀਂ ਸਾਰੀ ਜਿਹੜੀ ਹੈਗੀ ਹੈ ਐਕਸ਼ਨ ਪਲਾਨ ਜਿਹੜੇ ਡਿਸਟ੍ਰਿਕਟ ਵੱਲੋਂ ਜਿਹੜੀ ਉਹਨਾਂ ਦੇ ਨੀਡ ਬੇਸਡ ਜਿਹੜੀ ਆ ਟੈਕਨੋਲੋਜੀ ਹੈ ਉਹਦੇ ਉਹ ਸਾਡੇ ਨੂੰ ਸਾਰੇ ਬਣਾ ਕੇ ਭੇਜਦੇ ਆ। ਔਰ ਮੈਨੂੰ ਇਹ ਦੱਸ ਰਿਹਾ ਕਿ ਇਹ ਜਿਹੜੀ ਆਤਮਾ ਸਕੀਮ ਦੇ ਵਿੱਚ ਕੱਲਾ ਐਗਰੀਕਲਚਰ ਡਿਪਾਰਟਮੈਂਟ ਨਹੀਂ ਹੈ, ਐਗਰੀਕਲਚਰ ਦੇ ਨਾਲ ਹਾਰਟੀਕਲਚਰ ਹੈ ਜੀ, ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ ਜੀ, ਫਿਸ਼ਰੀ ਡਿਪਾਰਟਮੈਂਟ ਹੈ ਜੀ, ਡੇਅਰੀ ਡਿਪਾਰਟਮੈਂਟ ਆ, ਔਰ ਇਹ ਸਾਰੇ ਡਿਪਾਰਟਮੈਂਟ ਇੱਕ ਛੱਤ ਦੇ ਥੱਲੇ ਬੈਠ ਕੇ ਪਸ਼ੂ ਪਾਲਣ ਹੈ, ਇਹ ਸਾਰੇ ਜਿਹੜੇ ਇਹਨਾਂ ਦੇ ਐਕਸਪਰਟ ਨੇ ਉਹ ਜਦੋਂ ਅਸੀਂ ਪਿੰਡ ਦੇ ਵਿੱਚ ਕਿਸੇ ਦੇ ਵਿੱਚ ਕੈਂਪ ਲਗਾਉਂਦੇ ਹਾਂ ਤਾਂ ਉਸ ਪਿੰਡ ਦੇ ਵਿੱਚ ਫੁੱਲ ਜਿਹੜਾ ਪੈਕੇਜ ਜਿਹੜਾ ਹੈ, ਚਾਹੇ ਉਹ ਪਸ਼ੂਆਂ ਨਾਲ ਰਿਲੇਟਡ ਹੈ, ਚਾਹੇ ਉਹ ਬਾਗਬਾਨੀ ਦੇ ਨਾਲ ਰਿਲੇਟਡ ਹੈ, ਚਾਹੇ ਭੂਮੀ ਰੱਖਿਆ ਦੇ ਨਾਲ ਰਿਲੇਟਡ ਹੈ, ਚਾਹੇ ਕੋਈ ਖੇਤੀਬਾੜੀ ਦੀਆਂ ਫਸਲਾਂ ਦੇ ਨਾਲ ਰਿਲੇਟਡ ਆ, ਇਹ ਸਾਰੇ ਖੇਤੀਬਾੜੀ ਮਾਹਰ ਜਿਹੜੇ ਨੇ ਇਹ ਉੱਥੇ ਕਿਸਾਨਾਂ ਨੂੰ ਸਾਰੀ ਜਾਣਕਾਰੀ ਦਿੰਦੇ ਆ। ਨੰਬਰ 2 ਤੇ ਆਤਮਾ ਸਕੀਮ ਦੇ ਤਹਿਤ ਅਸੀਂ ਐਕਸਪੋਜਰ ਵਿਜ਼ਿਟ ਜਿਹੜੀਆਂ ਉਹ ਫਾਰਮਰਸ ਦੀ ਕਰਾਉਣੇ ਆ ਤਾਂ ਜੋ ਕਿ ਇੰਟਰੈਕਸ਼ਨ ਜਿਹੜਾ ਹੈ ਵੀ ਬਾਹਰ ਦੇ ਸੂਬਿਆਂ ਦੇ ਵਿੱਚ ਕਿਸਾਨ ਕੀ ਕਰ ਰਹੇ ਆ, ਔਰ ਇਹ ਜਿਹੜੀ ਸਾਡੀ ਸਕੀਮ ਦੇ ਤਹਿਤ ਅਸੀਂ ਫ੍ਰੀ ਆਫ ਕੋਸਟ ਜਿਹੜੇ ਆ ਆਉਣ ਜਾਣ ਦਾ ਖਰਚਾ ਜਿਹੜਾ ਉਹ ਮੁਹੱਈਆ ਕਰਵਾਉਣੇ ਆ ਤਾਂ ਕਿ ਕਿਸਾਨ ਜਿਹੜੇ ਨੇ ਉਹ ਬਾਹਰ ਦੇ ਸੂਬਿਆਂ ਦੇ ਵਿੱਚ ਜਿਹੜੀ ਨਵੀਂ ਐਗਰੀਕਲਚਰ ਦੀਆਂ ਨਵੀਆਂ ਤਕਨੀਕਾਂ ਬਣਾਈ ਜਾ ਰਹੀਆਂ ਨੇ, ਸੀਇੰਗ ਇਜ਼ ਬਲੀਵਿੰਗ ਕੰਸੈਪਟ ਦੇ ਨਾਲ ਅਸੀਂ ਕਿਸਾਨਾਂ ਨੂੰ ਉੱਥੋਂ ਦੀ ਤਕਨੀਕਾਂ ਜਿਹੜੀਆਂ ਨੇ ਉਹ ਲਿਆ ਕੇ ਆਪਣੇ ਸੂਬੇ ਦੇ ਵਿੱਚ ਵੀ ਉਹਨੂੰ ਇੰਪਲੀਮੈਂਟ ਕਰਦੇ ਆ, ਔਰ ਆਦਾਨ ਪ੍ਰਦਾਨ ਕਰਵਾਉਣੇ ਆ, ਔਰ ਇਹਨਾਂ ਜਿਹੜੇ ਹੈਗੇ ਆ ਆਤਮਾ ਸਕੀਮ ਦੇ ਰਾਹੀਂ ਕਿਤੇ ਕੋਈ ਐਗਜੀਬਿਸ਼ਨ ਲੱਗਦੀ ਹੈ ਜਾਂ ਕਿਤੇ ਕੋਈ ਫੇਅਰ ਲੱਗਦਾ ਅਸੀਂ ਉੱਥੇ ਆਪਣੇ ਕਿਸਾਨਾਂ ਦੀ ਸ਼ਮੂਲੀਅਤ ਜਿਹੜੀ ਅਸੀਂ ਜੰਗੀ ਪੱਧਰ ਤੇ ਕਰਵਾਉਂਦੇ ਜੀ, ਔਰ ਇਹਦੇ ਵਾਸਤੇ ਸਾਡੇ ਕੋਲ ਫੰਡਸ ਦੀ ਕੋਈ ਘਾਟ ਨਹੀਂ ਹੈ, ਔਰ ਅਸੀਂ ਜਿਹੜਾ ਜਿਹੜਾ ਕੋਈ ਕਿਸਾਨ ਜਿੱਥੇ ਜਿੱਥੇ ਕੋਈ ਟ੍ਰੇਨਿੰਗ ਲੈਣੀ ਚਾਹੁੰਦਾ ਹੈ, ਚਾਹੇ ਉਹ ਡੇਅਰੀ ਦੀ ਲੈਣਾ ਚਾਹੁੰਦਾ ਹੈ, ਚਾਹੇ ਉਹ ਮਸ਼ਰੂਮ ਦੀ ਲੈਣਾ ਚਾਹੁੰਦਾ ਹੈ, ਚਾਹੇ ਬੀ ਕੀਪਿੰਗ ਦੀ ਲੈਣਾ ਚਾਹੁੰਦਾ ਹੈ, ਅਸੀਂ ਸਾਰੀਆਂ ਜਿਹੜੀਆਂ ਹੈ ਟ੍ਰੇਨਿੰਗਸ ਵਗੈਰਾ ਦਾ ਵੀ ਆਯੋਜਿਤ ਕਰਦੇ ਹਾਂ, ਔਰ ਇੱਕ ਬਹੁਤ ਵਧੀਆ ਸਕੀਮ ਹੈ, ਔਰ ਇਹ ਜਿਹੜੀ ਸਕੀਮ ਹੈ ਇਹ ਹੈਗੀ ਹੈ ਜੇ ਕੱਚੀ ਜੀ ਸਕੀਮ ਹੈ ਕਿਉਂਕਿ ਇਹਦੇ ਵਿੱਚ ਜਿੰਨਾ ਵੀ ਸਾਡੇ ਕੋਲ ਮੈਨ ਪਾਵਰ ਆ ਉਹ ਭਾਰਤ ਸਰਕਾਰ ਵੱਲੋਂ ਕੰਟਰੈਕਟ ਬੇਸ ਤੇ ਰੱਖ ਕੇ ਦਿੱਤੀ ਗਈ ਹੈ, ਕਿਉਂਕਿ ਇਹ ਜਿਹੜੀ ਮੈਂ ਸਮਝਦਾ ਕਿ ਇਹਦੇ ਵਿੱਚ ਸਟਾਫ ਬਹੁਤ ਵਧੀਆ ਕੰਮ ਕਰ ਰਿਹਾ, ਜੇਕਰ ਭਾਰਤ ਸਰਕਾਰ ਇਸ ਦੇ ਵਿੱਚ ਵੀ ਸਾਨੂੰ ਪ੍ਰੋਵੀਜ਼ਨ ਕਰੇ ਔਰ ਇਹਨਾਂ ਸਟਾਫ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਰੈਗੂਲਰ ਕਰਨਾ ਬਣਦਾ, ਔਰ ਅਸੀਂ ਭਾਰਤ ਸਰਕਾਰ ਨੂੰ ਵੀ ਰਿਕਮੈਂਡੇਸ਼ਨ ਦੇ ਰਹੇ ਹਾਂ ਕਿ ਜਿਹੜੇ ਅੱਛੇ ਨੇ ਜਿਹਨਾਂ ਦਾ ਜ਼ਿਆਦਾ ਤਜਰਬਾ ਹੋ ਚੁੱਕਿਆ ਹੈ ਉਹਨਾਂ ਨੂੰ ਰੈਗੂਲਰ ਕਰਕੇ ਔਰ ਪੱਕੇ ਤੌਰ ਦੇ ਉੱਤੇ ਜੀ ਅਸੀਂ ਕੋਈ ਸਕੀਮਾਂ ਨੂੰ ਅੱਗੇ ਲੈ ਕੇ ਜਾਣਾ, ਤੇ ਇਹਨਾਂ ਲੋਕਾਂ ਦੇ ਹਮੇਸ਼ਾ ਵਾਸਤੇ ਤਲਵਾਰ ਲਟਕਦੀ ਰਹਿੰਦੀ ਹੈ ਕਿ ਅਸੀਂ ਵੀ ਕੱਚੇ ਹੈ ਆਤਮਾ ਸਕੀਮ ਦੇ ਵਿੱਚ ਲੱਗੇ ਵੀ ਸਾਨੂੰ ਪਤਾ ਨੀ ਕਿਹੜੇ ਵੇਲੇ ਕੱਢ ਦੇਣਾ, ਸੋ ਜਦੋਂ ਕੋਈ ਬੰਦਾ ਪੱਕਾ ਲੱਗਿਆ ਹੁੰਦਾ ਤੇ ਉਹ ਬਿਹਤਰ ਤਰੀਕੇ ਦੇ ਨਾਲ ਕੰਮ ਕਰਦਾ, ਔਰ ਮੈਂ ਇਹ ਚਾਹੁੰਦਾ ਕਿ
ਇਹ ਜਿਹੜੀ ਆਤਮਾ ਸਕੀਮ ਇੱਕ ਬਹੁਤ ਹੀ ਅਹਿਮ ਸਕੀਮ ਹੈ ਔਰ ਸਾਡਾ ਜਿਹੜੀਆਂ ਐਕਸਟੈਂਸ਼ਨ ਸਰਵਿਸ ਨੇ ਜੋ ਨਵੀਂ ਟੈਕਨੋਲੋਜੀ ਹੈ ਉਹ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਇਹ ਬੜਾ ਦਿਨ ਰਾਤ ਮਿਹਨਤ ਕਰਦੇ ਔਰ ਵਿਭਾਗ ਦੇ ਵਿੱਚ ਇੱਕ ਅਹਿਮ ਅੰਗ ਹੋਣ ਦੇ ਨਾਤੇ ਅਸੀਂ ਜਿਹੜੀਆਂ ਤਕਨੀਕੀ ਜਾਣਕਾਰੀਆਂ ਜਿਹੜੀਆਂ ਚਾਹੇ ਬੀਬੀਆਂ ਦਾ ਕੈਂਪ ਲਗਾਉਣ ਦੀ ਗੱਲ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਇਹ ਸਾਡੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਸਾਡਾ ਸਟਾਫ ਕੰਮ ਕਰ ਰਿਹਾ ਜੀ। ਥੈਂਕ ਯੂ ਸਰ, ਥੈਂਕ ਯੂ, ਸ਼ੁਕਰੀਆ ਜੀ। ਸੋ ਸਟਾਫ ਦੇ ਨਾਲ ਨਾਲ ਹੀ ਜੁੜਿਆ ਹੋਇਆ ਡਾਕਟਰ ਸਾਹਿਬ, ਆਪਾਂ ਸੇ ਸਵਾਲ ਪੁੱਛਾਂਗਾ। ਸਾਨੂੰ ਮੈਡਮ ਸੁਨੀਤਾ ਰਾਣੀ ਬਰਨਾਲਾ ਵਾਲਿਆਂ ਨੇ ਦੱਸਿਆ ਸੀ ਵੀ ਤੁਸੀਂ ਖੇਤੀ ਵਿਭਿੰਨਤਾ ਦੇ ਲਿਆਉਂਦੇ ਨਾਲ ਨਾਲ ਤੁਸੀਂ ਆਪਣੇ ਫੀਲਡ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵੀ ਮੁੱਖ ਰੱਖ ਰਹੇ ਹੋ। ਸੋ ਪਿੰਡ ਪਿੰਡ ਵਿੱਚ ਖੇਤੀਬਾੜੀ ਨੂੰ ਅੱਗੇ ਪਹੁੰਚਾਉਣ ਦੇ ਲਈ ਇੱਕ ਨਵਾਂ ਰਾਹ, ਇੱਕ ਨਵੀਂ ਸੋਚ ਦੇ ਰਹੇ ਹੋ, ਸੋ ਉਸ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ਔਰਤਾਂ ਦੀ ਭਾਗੀਦਾਰੀ ਨੂੰ ਲੈ ਕੇ ਖੇਤੀਬਾੜੀ ਦੇ ਵਿੱਚ? ਮੈਂ ਇਹ ਸਮਝਦਾ ਕਿ ਸਾਡੇ ਮੈਡਮ ਸੁਨੀਤਾ ਰਾਣੀ ਜੀ ਸਾਡੇ ਕੰਪਿਊਟਰ ਓਪਰੇਟਰ ਨੇ ਬਰਨਾਲਾ ਵਿਖੇ ਆਤਮਾ ਸਕੀਮ ਦੇ ਵਿੱਚ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਮੇਰਾ ਖਿਆਲ ਹੈ ਕਿ ਮੋਟੀਵੇਸ਼ਨ ਜੋ ਅਸੀਂ ਦੇ ਰਹੇ ਹਾਂ ਕਿ ਜਿਹੜੀਆਂ ਕਿਸਾਨ ਬੀਬੀਆਂ ਨੂੰ ਸ਼ਮੂਲੀਅਤ ਕਰਵਾਉਣਾ ਹੈ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਔਰ ਇਸੇ ਤਰ੍ਹਾਂ ਹੀ ਸਾਰੇ ਸੂਬੇ ਦੇ ਕਿਸਾਨਾਂ ਨੂੰ ਇਸ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬੀਬੀਆਂ ਦੀ ਸ਼ਾਮਿਲ ਕਰਵਾ ਕੇ ਅਸੀਂ ਵੇਖੋ ਜੀ ਕੋਈ ਵੀ ਜਿਹੜੀ ਜੰਗ ਆ ਉਹ ਬੀਬੀਆਂ ਦੇ ਸਹਿਯੋਗ ਤੋਂ ਬਗੈਰ ਨਹੀਂ ਜਿੱਤੀ ਜਾ ਸਕਦੀ, ਕੋਈ ਵੀ ਜਿਹੜੀ ਕ੍ਰਾਂਤੀ ਹੈ ਬੀਬੀਆਂ ਦੇ ਸਹਿਯੋਗ ਤੋਂ ਬਗੈਰ ਨਹੀਂ ਲਿਆਂਦੀ ਜਾ ਸਕਦੀ ਔਰ ਮੇਰਾ ਇਹ ਮੰਨਣਾ ਹੈ ਕਿ ਜਿੰਨਾ ਚਿਰ ਤੀਕਰ ਬੀਬੀਆਂ ਸਾਡੇ ਨਾਲ ਪੂਰਾ ਮੋਢਾ ਲਾ ਕੇ ਇਸ ਕੰਮ ਵਿੱਚ ਅੱਗੇ ਨਹੀਂ ਆਉਂਦੀਆਂ ਉਹਨਾਂ ਚਿਰ ਤੀਕਰ ਸਾਡੀਆਂ ਜਿਹੜੀਆਂ ਮੈਂ ਸਮਝਦਾ ਕਿ ਬੜਾ ਇੱਕ ਔਖਾ ਕੰਮ ਹੈ ਇਸ ਚੈਲੇਂਜ ਨੂੰ ਅੱਗੇ ਲੈ ਕੇ ਜਾਣਾ। ਸੋ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਔਰ ਅਸੀਂ ਇਹਦੇ ਵਿੱਚ ਵੱਧ ਤੋਂ ਵੱਧ ਬੀਬੀਆਂ ਜਿਹੜੀਆਂ ਸ਼ਾਮਿਲ ਕਰ ਰਹੇ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਬੀਬੀ ਜਿਹੜੀ ਸਾਡੀ ਸੁਨੀਤਾ ਰਾਣੀ ਹੈ ਇਹਨਾਂ ਵੱਲੋਂ ਵੀ ਬੜਾ ਸਹਿਯੋਗ ਹੈ ਔਰ ਦੋ ਕੁ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਕਾਫੀ ਅੱਛਾ ਕੰਮ ਕਰ ਰਿਹਾ, ਇਸੇ ਤਰ੍ਹਾਂ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਮੋਟੀਵੇਟ ਕਰ ਰਹੇ ਹਾਂ ਤਾਂ ਜੋ ਕਿ ਕਿਸਾਨ ਬੀਬੀਆਂ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਕੀਤੀ ਜਾਵੇ ਤਾਂ ਇਹ ਬੀਬੀਆਂ ਨੂੰ ਆਪਸ ਵਿੱਚ ਇੰਟਰੈਕਸ਼ਨ ਕਰਾ ਕੇ ਸੈਲਫ ਹੈਲਪ ਗਰੁੱਪ ਵੀ ਅਸੀਂ ਬਣਾ ਰਹੇ ਹਾਂ ਔਰ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਇਸੇ ਤਰ੍ਹਾਂ ਹੀ ਰੋਪੜ ਦੇ ਵਿੱਚ ਅਸੀਂ ਬਹੁਤ ਕੁਛ ਅਸੀਂ ਅਜਿਹਾ ਕੰਮ ਕਰ ਰਹੇ ਹਾਂ ਔਰ ਮੈਨੂੰ ਇੱਕ ਦੱਸਦਿਆਂ ਹੋਰ ਇੱਕ ਗੱਲ ਖੁਸ਼ੀ ਹੋ ਰਹੀ ਹੈ ਕਿ ਅਸੀਂ ਸੂਬੇ ਦੇ ਵਿੱਚ ਆਤਮਾ ਕਿਸਾਨ ਹੱਟ ਦਾ ਕੰਸੈਪਟ ਦਿੱਤਾ ਜੀ ਪੰਜਾਬ ਦੇ ਵਿੱਚ। ਅਸੀਂ ਜਿਹੜਾ ਪੈਦਾ ਕਰਦੇ ਹਾਂ ਚੀਜ਼ ਕੋਈ ਵੀ ਔਰਗੈਨਿਕ ਦੀ ਅੱਗੇ ਗੱਲ ਚੱਲੀ ਹੈ ਜਾਂ ਕੋਈ ਹੋਰ ਇਹਦੇ ਨਾਲ ਅਸੀਂ 25-25-30-30 ਫੈਮਲੀਆਂ ਜੋੜ ਦਿੱਤੀਆਂ ਨੇ ਔਰ ਇਹ ਆਤਮਾ ਕਿਸਾਨ ਹੱਟ ਜਿਹੜੇ ਅਸੀਂ ਸਾਰੇ ਸੂਬੇ ਦੇ ਵਿੱਚ ਇਹ ਖੋਲ੍ਹ ਦੇਣੇ ਨੇ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਸ ਗੱਲ ਦੀ ਬੜੀ ਸ਼ਲਾਘਾ ਕੀਤੀ ਗਈ ਹੈ ਕਿ ਇਹ ਜਿਹੜੇ ਨਾਲ ਜਿਹੜੇ ਕਿਸਾਨ ਆਪਣੀ ਪ੍ਰੋਡਿਊਸ ਲਿਆਉਣ ਰੋਜ਼ਾਨਾ ਪੈਸਾ ਵੱਟ ਕੇ ਆਪਣੀ ਜੇਬ 'ਚ ਪਾ ਕੇ ਜਾਣ ਔਰ ਉਹ ਬਿਜ਼ੀ ਹੋਣ ਔਰ ਇਹਦੇ ਵਾਸਤੇ ਜਿਹੜਾ ਅਸੀਂ ਸਰਕਾਰ ਵੱਲੋਂ ਸਹਾਇਤਾ ਦੇ ਰਹੇ ਹਾਂ ਆਤਮਾ ਸਕੀਮ ਦੇ ਵਿੱਚੋਂ ਅਸੀਂ ਸਹਾਇਤਾ ਦੇ ਕੇ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਾਣੀ ਅਸੀਂ ਕੁਛ ਨਹੀਂ ਲੈਂਦੇ ਲੇਕਿਨ ਉਹਦੇ ਵਿੱਚ ਜਿਹੜੇ ਹੈਗੇ ਉਹ ਆਪਣੇ ਗਰੁੱਪ ਜਿਹੜੇ ਉਹਨਾਂ ਨੇ ਬਣਾਏ ਨੇ ਉਹ ਆਪਣਾ ਜਿੱਦਾਂ ਕੋਈ ਪਿਆਜ਼ ਬੀਜਦਾ ਹੈ ਕੋਈ ਧਨੀਆ ਬੀਜਦਾ ਕੋਈ ਸ਼ਹਿਦ ਜਾਂ ਮੱਖੀਆਂ ਦਾ ਉਹ ਕਰਦਾ ਕੋਈ ਦਾਲਾਂ ਬੀਜਦਾ ਉਹ ਸਾਰਾ ਕੋਈ ਬੇਸਣ ਆਪਣਾ ਬਣਾ ਕੇ ਲਿਆ ਕੇ ਉਹ ਆਪਣੇ ਕਿਸਾਨ ਹੱਟ ਦੇ ਉੱਤੇ ਲਿਆ ਕੇ ਕੋਈ ਪਨੀਰ ਬਣਾ ਕੇ ਲੈ ਆਉਂਦਾ ਕੋਈ ਲੱਸੀ ਬਣਾ ਕੇ ਲਿਆਉਂਦਾ ਉਹ ਸਾਰਾ ਉੱਥੋਂ ਹੋ ਰਿਹਾ ਸਿੱਧਾ ਹੀ ਜਿਹੜਾ ਪ੍ਰੋਡਿਊਸਰ ਆ ਉਹ ਆਪਣਾ ਸਿੱਧਾ ਬਾਇਰ ਨੂੰ ਦੇ ਰਿਹਾ ਇਹਦੇ ਚ ਮਿਡਲਮੈਨ ਦਾ ਕੰਸੈਪਟ ਕਰ ਦਿੱਤਾ ਜਿੱਦਾਂ ਅਸੀਂ ਹੁਣ ਚੰਡੀਗੜ੍ਹ ਚ ਬੈਠ ਕੇ ਕੱਦੂ ਦੀ ਗੱਲ ਲੈ ਲਓ 40-45 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦਾ ਔਰ ਜਿਹੜਾ ਕਿਸਾਨ ਜਦੋਂ ਮੰਡੀ ਚ ਲੈ ਕੇ ਆਉਂਦਾ ਉਹਨੂੰ 8-10 ਰੁਪਏ ਤੋਂ ਉੱਤੇ
ਨਹੀਂ ਰੇਟ ਮਿਲਦਾ ਜਦੋਂ ਲਿਆਉਂਦਾ ਤਾਂ ਉਹਦਾ ਕੀ ਹੁੰਦਾ ਕਿ ਜਿਹੜਾ ਮਤਲਬ ਕਿ ਖਪਤਕਾਰ ਆ ਉਹ ਜੱਟ ਤੋਂ ਤੇ ਉਹ 8-10 ਰੁਪਈਏ ਲਿਆ ਤੇ ਜਿਹੜਾ ਮਿਡਲਮੈਨ ਹੀ ਇੰਨੇ ਪੈਸੇ ਖਾ ਰਿਹਾ ਔਰ ਜਿਹੜਾ ਖਰੀਦਣ ਵਾਲਾ ਉਹਨੂੰ ਕਿੰਨਾ ਹੋ ਰਿਹਾ। ਹੁਣ ਜਿਹੜੀ ਸਾਡੇ ਆਤਮਾ ਕਿਸਾਨ ਹੱਟ ਤੇ ਜਿਹੜਾ ਕੋਈ ਕਿਸਾਨ ਵੀਰ ਆਪਣੇ ਨਾਲ ਲਿਆ ਰਿਹਾ ਉਹ 20-25 ਰੁਪਈਏ ਉਹ ਬਿਲਕੁਲ ਵਾਜਬ ਰੇਟ ਲੈ ਰਿਹਾ ਔਰ ਜਿਹੜਾ ਖਰੀਦਦਾਰ ਉਹਨੂੰ ਵੀ 20-25 ਰੁਪਏ ਉਹਨੂੰ 1-8 ਤੋਂ 10 ਤੋਂ ਉਹਨੂੰ 15-20 ਰੁਪਈਏ ਵੱਧ ਮਿਲ ਗਿਆ ਤੇ ਸਾਨੂੰ 15-20 ਰੁਪਈਏ ਸਸਤਾ ਮਿਲ ਗਿਆ। ਸੋ ਇਹ ਕਨਸੈਪਟ ਦੇ ਨਾਲ ਜਿਹੜਾ ਸਾਡੀ ਬੜੀ ਮਤਲਬ ਕਿ ਅਸੀਂ ਜੰਗੀ ਪੱਧਰ ਦੇ ਉੱਤੇ ਮਾਰਕੀਟਿੰਗ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾ ਰਹੇ ਹਾਂ ਤਾਂ ਜੋ ਕਿ ਉਹ ਆਪਣਾ ਰੋਜ਼ਮਰਾ ਹੁਣ 6 ਮਹੀਨੇ ਤੇ ਕੋਈ ਵੀ ਜੱਟ ਜਿਹੜਾ ਜ਼ਿਮੀਂਦਾਰ ਆ ਪੈਸੇ ਦੀ ਡੀ ਕਰਨੀ ਬੜੀ ਔਖੀ ਹੈ। ਅੱਜ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ। ਦੇਖੋ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤਾਂ ਸਾਡੇ ਕੋਲ 6 ਮਹੀਨਿਆਂ ਦੇ ਵਿੱਚ ਮਸਾ ਹੀ ਮਹੀਨਾ ਡੇਢ ਮਹੀਨਾ ਬਚਦਾ ਸੀਗਾ ਜਦੋਂ ਲੋਕ ਇੱਕ ਦੂਜੇ ਰਿਸ਼ਤੇਦਾਰਾਂ ਕੋਲੇ ਮਿਲ ਜਾਂਦੇ ਸੀ, ਬਾਕੀ ਜਿਹੜਾ 4.5 ਮਹੀਨੇ ਉਹਨਾਂ ਨੂੰ ਖੇਤੀ ਚੋਂ ਵਿਹਲ ਨਹੀਂ ਸੀ ਮਿਲਦੀ। ਅੱਜ ਦਾ ਸਮਾਂ ਇਹ ਕਿ ਸਾਡੇ ਕੋਲੇ ਡੇਢ ਮਹੀਨਾ ਖੇਤੀ ਕਰਨ ਵਾਸਤੇ 4.5 ਮਹੀਨੇ ਵਿਹਲੇ ਹੈ ਸਾਡੇ ਕਿਸਾਨਾਂ ਕੋਲੇ। ਉਹ એનર્ਜੀ ਬੜੀ ਵੇਸਟ ਹੋ ਰਹੀ ਹੈ, ਉਹਨਾਂ ਨੂੰ ਅਸੀਂ ਰੈਸ਼ਨਲਾਈਜ਼ ਕਰਨਾ ਚਾਹੁੰਦੇ, ਉਹਨਾਂ ਨੂੰ ਯੂਟੀਲਾਈਜ਼ ਕਰਨਾ ਚਾਹੁੰਦੇ ਹਾਂ ਤਾਂ ਜੋ ਕਿ ਉਹ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੰਡੀਕਰਨ ਵਿੱਚ ਪਾਵਾਂਗੇ। ਉਹਨਾਂ ਨੂੰ ਪਤਾ ਵੀ ਰੋਜ਼ ਮੈਨੂੰ ਪੈਸਾ ਮਿਲੇਗਾ, ਮੈਂ ਆਪਣੀ ਚੀਜ਼ ਪ੍ਰੋਡਿਊਸ ਲੈ ਕੇ ਜਾਵਾਂ ਉਹਦੇ ਛੋਟੇ ਛੋਟੇ ਪੈਕ ਕਰਕੇ। ਅਸੀਂ ਇਹ ਬੜਾ ਬਰੀਕੀ ਦੇ ਨਾਲ ਜਿਹੜੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਗੱਲ ਕਰ ਰਹੇ ਹੋ ਜੀ ਤੁਸੀਂ, ਅਸੀਂ ਇਸ ਪਾਸੇ ਉਹਨਾਂ ਨੂੰ ਮੋਟੀਵੇਟ ਕਰਕੇ ਸੈਲਫ ਹੈਲਪ ਗਰੁੱਪ ਬਣਾ ਕੇ 4 ਮੁਰੱਬੇ ਚਟਣੀਆਂ ਦੀ ਗੱਲ ਕਰਕੇ ਹੋਰ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਡੇਲੀ ਨੀਡਸ ਵਾਲੀਆਂ ਗੱਲਾਂ ਨੇ ਇਹ ਅਸੀਂ ਕਿਸਾਨ ਹੱਟਾਂ ਦੇ ਉੱਤੇ ਲਿਜਾ ਕੇ ਬਲਾਕ ਪੱਧਰ ਦੇ ਉੱਤੇ ਜ਼ਿਲ੍ਹਾ ਪੱਧਰ ਦੇ ਉੱਤੇ ਜਿੱਥੇ ਜਿੱਥੇ ਸਾਡੇ ਖੇਤੀਬਾੜੀ ਦੇ ਦਫ਼ਤਰ ਨੇ ਅਸੀਂ ਉਹਨਾਂ ਦੇ ਵਿੱਚ ਇਹ ਇਸ ਇਹ ਜਿਹੜਾ ਹੈਗਾ ਕਿਸਾਨ ਹੱਟ ਜਿਹੜੇ ਆ ਆਤਮਾ ਕਿਸਾਨ ਹੱਟ ਖੋਲ੍ਹ ਕੇ ਕਿਸਾਨਾਂ ਨੂੰ ਇੱਕ ਨਵੀਂ ਜਿਹੜੀ ਆ ਦਿਸ਼ਾ ਦੇਣ ਜਾ ਰਹੇ ਹਾਂ ਜੀ। ਬਹੁਤ ਵਧੀਆ ਸਰ, ਕਿਸਾਨ ਹੱਕ ਦੀ ਗੱਲ ਸੁਣ ਕੇ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਵਾਕਈ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਪਹਿਲਾਂ ਉਹਨਾਂ ਨੂੰ 6-6 ਮਹੀਨੇ ਪੈਸੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਉਹ ਆਪਣੀ ਚੀਜ਼ ਨੂੰ ਬਣਾ ਕੇ ਉਸ ਹੱਟ ਤੇ ਸੇਲ ਕਰ ਰਹੇ ਨੇ। ਸੋ ਇੱਕ ਸਵਾਲ ਮੇਰੇ ਦਿਮਾਗ 'ਚ ਉਤਪੰਨ ਹੋਇਆ ਸੀ ਡਾਕਟਰ ਸਾਹਿਬ, ਵੀ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਆਪਾਂ ਵੀ ਖੇਤੀ ਵਿਭਿੰਨਤਾ ਦੇ ਲਈ ਔਰਤ ਦੀ ਭਾਗੀਦਾਰੀ, ਸੋ ਉਸ ਨੂੰ ਲੈ ਕੇ ਮੈਂ ਜਾਣਨਾ ਚਾਹੁੰਦਾ ਸੀ ਵੀ ਇਸ ਲਈ ਅਗਰ ਕੋਈ ਪਿੰਡ ਵਿਲੇਜ ਲੈਵਲ ਤੋਂ ਹੀ ਅਗਰ ਮੈਂ ਸ਼ੁਰੂ ਕਰਾਂ ਵੀ ਅਗਰ ਕੋਈ ਇੱਕ ਪਿੰਡ ਅਗਰ ਚਾਹੁੰਦਾ ਹੈ ਵੀ ਉਹ ਆਪਣੇ ਉਸ ਪਿੰਡ ਦੀਆਂ ਲੇਡੀਜ਼ ਜਿਹੜੀਆਂ ਉਹ ਇਸ ਵਿਭਿੰਨਤਾ 'ਚ ਸ਼ਾਮਿਲ ਹੋਣਾ ਚਾਹੁੰਦੀਆਂ ਹਨ, ਸੋ ਕਿਸ ਤਰ੍ਹਾਂ ਇਸ ਵਿਭਿੰਨਤਾ 'ਚ ਸ਼ਾਮਿਲ ਹੋ ਸਕਦੇ ਹਨ, ਤੁਹਾਡੇ ਵੱਲੋਂ ਦਰਸਾਏ ਜਾ ਰਹੇ ਮਾਰਗਾਂ ਨੂੰ ਕਿੱਦਾਂ ਅਸੈਪਟ ਕਰ ਸਕਦੇ ਹਾਂ ਜਾਂ ਉਹ ਕਿੰਨਾ ਨਾਲ ਸੰਪਰਕ ਕਰਨ ਵੀ ਉਹ ਇਸ ਦੇ ਵਿੱਚ ਭਾਗੀਦਾਰੀ ਲੈਣੀ ਚਾਹੁੰਦੇ ਨੇ? ਮੈਂ ਸਮਝਦਾ ਕਿ ਜੇ ਵੀ ਕਿਸੇ ਵੀ ਪਿੰਡ ਦੀਆਂ ਕੋਈ ਕਿਸਾਨ ਬੀਬੀਆਂ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਲੈਣਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਆਤਮਾ ਸਕੀਮ ਦੇ ਤਹਿਤ ਜੇਕਰ ਕੋਈ 4 ਮੁਰੱਬੇ ਚਟਣੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜਾਂ ਕੋਈ ਦਾਣਿਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜਾਂ ਕੋਈ ਆਪਣੇ ਦਸਤਕਾਰੀ ਦੇ ਬਾਰੇ ਕੋਈ ਛਿੱਕੂ ਜਿਹੜੇ ਬਣਾਉਣੇ ਆ ਜਾਂ ਕੋਈ ਦਰੀਆਂ ਬਣਾਉਣੇ ਆ ਜਾਂ ਕੋਈ ਫੁਲਕਾਰੀਆਂ ਬਣਾਉਣੀਆਂ ਦੀ ਲੈਣਾ ਚਾਹੁੰਦੇ ਆ ਔਰ ਜਿਸ ਤਰ੍ਹਾਂ ਦੀ ਵੀ ਉਹ ਟ੍ਰੇਨਿੰਗ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਉਹ ਸਾਡੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰ ਦੇਣ, ਅਸੀਂ KVK ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉੱਤੇ ਵੀ ਉਹਨਾਂ ਨੂੰ ਟ੍ਰੇਨਿੰਗ ਦਵਾ ਦਿਆਂਗੇ ਔਰ ਉਹਨਾਂ ਦੀ ਵੱਲੋਂ ਤਿਆਰ ਕੀਤੇ ਗਏ ਜਿਹੜਾ ਮਾਲ ਦੀ ਮੰਡੀਕਰਨ ਵੀ ਕਰਵਾ ਦਿਆਂਗੇ ਔਰ ਇਸ ਵਾਸਤੇ ਅਸੀਂ ਕਨਸੈਪਟ ਸ਼ੁਰੂ ਕੀਤਾ ਉਹ ਮੈਡਮ ਸਰੀਤਾ ਰਾਣੀ ਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਕਾਫੀ ਕੰਮ ਕਰ ਰਹੇ ਆ ਇਸ ਵਾਸਤੇ ਔਰ ਇਸੇ ਤਰਜ਼ ਦੇ ਉੱਤੇ ਬਾਕੀ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਅਸੀਂ ਕਾਫੀ ਜਿਹੜੀ ਚੀਜ਼ ਆ ਉਸ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਉੱਥੇ ਵੀ ਜਿਹੜੇ ਲੋਕ ਜਿਹੜੇ ਕੰਢੀ ਏਰੀਏ ਦੇ ਵਿੱਚ ਨੇ ਉੱਥੇ ਉਹ ਆਪਣਾ ਸ਼ਹਿਦ ਪਾਲਣ ਵਾਸਤੇ ਬਹੁਤ ਕੰਮ ਕਰ ਰਹੇ ਨੇ, ਆਪਣੇ ਜਿਹੜੇ ਆਪਣੇ ਘਰਾਂ 'ਚ ਝਾੜੂ ਪਾਉਂਦੇ ਨੇ ਛਿੱਕੂ ਟੋਕਰੀਆਂ ਇਸੇ ਤਰ੍ਹਾਂ ਉੱਥੋਂ ਜਿਹੜੀ ਵੀ ਚੀਜ਼ ਅਵੇਲੇਬਲ ਆ ਜਿਹੜੇ ਉਹਨਾਂ ਦੇ ਕੋਲੇ ਕੱਚਾ ਮਾਲ ਅਵੇਲੇਬਲ ਆ ਉਸ ਬਾਰੇ ਅਸੀਂ ਸਾਰੀ ਟ੍ਰੇਨਿੰਗ ਦੇ ਰਹੇ ਹਾਂ। ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਿ ਸਾਡੇ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ
ਉਹੀ ਗੱਲ ਪਿਛਲੀਆਂ ਦਿਨੇ ਮੀਟਿੰਗ ਜਦੋਂ ਸਾਰੀ ਹੋਈ ਸੀ, ਸਾਰੇ ਚੀਫਾਂ ਦੀ ਮੀਟਿੰਗ ਲਈ ਸੀ, ਉਹਨਾਂ ਨੇ ਇੱਕ ਗੱਲ ਇਹ ਗੱਲ ਕਹੀ ਸੀ ਕਿ ਵੀ ਕਿਸਾਨਾਂ ਨੂੰ ਗੰਨੇ ਵੱਲੇ ਵੀ ਆਉਣਾ ਚਾਹੀਦਾ, ਔਰ ਹਰ ਇੱਕ ਕਿਸਾਨ ਨੂੰ ਜਿਹੜਾ ਹੈਗਾ ਉਹ ਵੇਲਣਾ ਲਾ ਕੇ ਗੁੜ ਸ਼ੱਕਰ ਘਰ ਦੀ ਤਿਆਰ ਕਰਨੀ ਚਾਹੀਦੀ, ਔਰ ਵਧੀਆ ਤਰੀਕੇ ਦੇ ਨਾਲ ਉਹ ਵੀ ਟ੍ਰੇਨਿੰਗਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇਸ ਕੰਸੈਪਟ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 16 ਵੇਲਣੇ ਕੰਪਲੀਟ ਸੈੱਟ ਲਗਾ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਰਾਹਤ ਦੇ ਕੇ 90% ਜਿਹੜਾ ਸਰਕਾਰ ਦਾ ਪੈਸਾ ਤੇ 10% ਜਿਹੜਾ ਉਹ ਜਿਹੜਾ ਹੈਗਾ ਜ਼ਿਮੀਦਾਰ ਦਾ ਪੈਸਾ, ਔਰ ਜਿਹੜਾ 16 ਏਦਾਂ ਦੀਆਂ ਕੁਲਾੜੀਆਂ ਲਾਈਆਂ ਨੇ। ਅਸੀਂ ਭਵਿੱਖ ਦੇ ਵਿੱਚ ਏਦਾਂ ਦੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਇਨੋਵੇਸ਼ਨ ਦੇ ਤਹਿਤ ਵੀ ਜਿਹੜਾ ਸਾਡਾ ਪਿਛਲਾ ਜਿਹੜਾ ਲੋਕੀ ਸਾਡੇ ਚੱਕਰ ਖਾਂਦੇ ਸੀ, ਗੁੜ ਖਾਂਦੇ ਸੀਗੇ, ਇਹ ਵੀ ਇੱਕ ਸੋਚ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ, ਉਹ ਵੀ ਮੈਂ ਸਮਝਦਾ ਕਿ ਬੜੀ ਵਧੀਆ ਗੱਲ ਆ ਵੀ ਉਹ ਜਿਹੜੇ ਪੁਰਾਣੇ ਜਿਹੜੀ ਜਿੱਦਾਂ ਹੈਗਾ ਨਾ ਆਲਾ ਛਲੀਆਂ ਭੰਡਾਰੀ ਦਾਣੇ ਵੀ ਮਿੱਤਰਾ ਦੂਰ ਦਿਆਂ, ਉਹ ਛਲੀਆਂ ਵੀ ਅਸੀਂ ਲੋਕਾਂ ਨੂੰ ਦੇਣੀਆਂ ਨੇ ਤੇ ਉਹ ਗੁੜ ਵੀ ਜਿਹੜਾ ਹੈਗਾ ਗੰਢ ਦੇ ਵਿੱਚੋਂ ਤੱਤਾ ਗੁੜ ਖਾਣ ਦੀ ਗੱਲਬਾਤ ਆ। ਇਹ ਅਸੀਂ ਉਹ ਮੁੜ ਜਿਹੜੀ ਪੁਰਾਣੀ ਖੇਤੀ ਹੈ, ਪੁਰਾਣੀ ਹਾਲਾਤਾਂ ਅਨੁਸਾਰ ਕਿਸਾਨਾਂ ਨੂੰ ਨਵੇਂ ਤਰਜ਼ ਦੇ ਉੱਤੇ ਪੁਰਾਣੇ ਹਾਲਾਤਾਂ ਨੂੰ ਅਸੀਂ ਢਾਲ ਕੇ ਇਹ ਕਨਸੈਪਟ ਅੱਗੇ ਲੈ ਕੇ ਜਾਣੇ ਨੇ, ਔਰ ਤਦ ਹੀ ਜਿਹੜੀ ਖੇਤੀ ਉਹ ਪੱਬਾਂ ਭਾਰ ਪੈਦਾਵਾਰ ਹੋ ਸਕਦੀ। ਬਿਲਕੁਲ ਡਾਕਟਰ ਸਾਹਿਬ, ਨਾਲੇ ਈਵਨ ਟੂ ਸੇ ਦੈਟ ਵੀ ਅਗਰ ਉਹ ਆਪਣੇ ਇੱਦਾਂ ਸੋਰਸਿਸ ਉਹ ਬਣਾਉਣਗੇ ਤਾਂ ਉਹਨਾਂ ਨੂੰ ਕਿਸੇ ਦੇ ਮੂੰਹ ਵੱਲ ਦੇਖਣਾ ਨਹੀਂ ਪਵੇਗਾ। ਅਗਰ ਉਹਨਾਂ ਪਾਸ ਖੁਦ ਦਾ ਕਮਾਈ ਦਾ ਸੋਰਸ ਹੋਵੇਗਾ, ਦੋ ਚੀਜ਼ਾਂ, ਇੱਕ ਤਾਂ ਖੁਦ ਵੀ ਉਹ ਪ੍ਰਫੁੱਲਿਤ ਹੋਣਗੇ ਤੇ ਇੱਕ ਜਿਹੜੇ ਆਮ ਲੋਕ ਨੇ, ਨੈਚੁਰਲ ਲੋਕ ਜਾਂ ਸ਼ਹਿਰੀ ਲੋਕ ਨੇ, ਉਹ ਪਿਓਰ ਚੀਜ਼ ਨੂੰ ਖਾਣਾ ਪਸੰਦ ਕਰਨਗੇ, ਉਹਨਾਂ ਪਾਸ ਸਹੀ ਤੇ ਸਵੱਛ ਚੀਜ਼ ਵੀ ਪਹੁੰਚੇਗੀ। ਸੋ ਉਹਨਾਂ ਦੇ ਜੀਵਨ ਪੱਧਰ ਨੂੰ ਵੀ ਉਹ ਉੱਚਾ ਕਰੇਗੀ। ਈਵਨ ਟੂ ਸੇ ਦੈਟ ਵੀ ਉਹਨਾਂ ਦੀ ਸਿਹਤ ਦੇ ਨਾਲ ਵੀ ਕਿਸੇ ਕਿਸਮ ਦਾ ਕੋਈ ਖਲਵਾੜ ਨਹੀਂ ਹੋਵੇਗਾ ਕਿ ਜਦੋਂ ਉਹਨਾਂ ਨੂੰ ਨੈਚੁਰਲ ਵੇ ਦੇ ਵਿੱਚ ਕੋਈ ਪ੍ਰਪੇਅਰ ਹੋਈ ਚੀਜ਼ ਮਿਲੇਗੀ। ਸੋ ਡਾਕਟਰ ਸਾਹਿਬ, ਥੈਂਕਸ ਕਰਦਾ ਹਾਂ ਤੁਹਾਡਾ, ਬਟ ਜਾਂਦੇ ਜਾਂਦੇ ਮੇਰੇ ਮਾਇੰਡ ਦੇ ਵਿੱਚ ਇੱਕ ਸਵਾਲ ਹੋਰ ਹੈ ਜੋ ਮੈਂ ਆਪਾਂ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਜੀ। ਸੋ ਆਪਾਂ ਖੇਤੀ ਦੇ ਨਾਲ ਸੰਬੰਧਿਤ ਆਪਾਂ ਇੰਨੀਆਂ ਗੱਲਾਂ ਕੀਤੀਆਂ, ਸੋ ਇੱਕ ਮੁੱਢਲੀ ਪ੍ਰੋਬਲਮ ਜਿਹੜੀ ਮੈਨੂੰ ਸੁਣਨ ਨੂੰ ਮਿਲਦੀ ਹੈ ਜਾਂ ਅਕਸਰ ਦੇਖਣ ਨੂੰ ਮਿਲਦੀ ਹੈ ਕਿ ਫਸਲਾਂ ਦੇ ਵਿੱਚ ਪੈਸਟੀਸਾਈਡਸ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ। ਸੈਕੰਡਲੀ ਵੀ ਉਹ ਹੁੰਦੇ ਬਹੁਤ ਕੋਸਟਲੀ ਨੇ। ਕੀ ਪੰਜਾਬ ਸਰਕਾਰ ਅਜਿਹਾ ਕੋਈ ਉਪਰਾਲਾ ਨਹੀਂ ਕਰ ਸਕਦੀ ਵੀ ਕਿਸਾਨ ਨੂੰ ਉਹ ਆਪਣੇ ਪੱਧਰ ਤੇ ਇਹ ਪੈਸਟੀਸਾਈਡ ਮੁਹੱਈਆ ਕਰਵਾਏ ਜਾਣ, ਜਾਂ ਈਵਨ ਟੂ ਸੇ ਦੈਟ ਵੀ ਉਹਨਾਂ ਨੂੰ ਨੈਚੁਰਲ, ਜਿਸ ਨੂੰ ਕਹਿੰਦੇ ਨੇ ਜਿਵੇਂ ਨੈਚੁਰਲ ਖਾਦਾਂ ਜਿਹੜੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਤੁਸੀਂ ਇਸ ਨੂੰ ਬਿਲਕੁਲ ਨਿਗਲੈਕਟ ਕਰਕੇ ਤੁਸੀਂ ਨੈਚੁਰਲ ਵੇ ਦੀਆਂ ਖਾਦਾਂ ਨੂੰ ਅਪਣਾ ਕੇ ਤੁਸੀਂ ਆਪਣੀ ਫਸਲ ਨੂੰ ਹੋਰ ਕੀ ਕਹਿੰਦੇ ਉਹਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹੋ, ਤਾਂ ਜਿਹੜਾ ਵੀ ਜਿਸ ਤਰ੍ਹਾਂ ਕਹਿੰਦੇ ਨੇ ਜ਼ਹਿਰੀਲੇ ਪਦਾਰਥ ਵੀ ਆਪਾਂ ਖਤਮ ਕਰ ਸਕਦੇ ਹਾਂ, ਇਸ ਦੇ ਸੰਬੰਧੀ ਮੈਂ ਜ਼ਰੂਰ ਜਾਣਨਾ ਚਾਹਾਂਗਾ। ਬਸ ਬਿਲਕੁਲ ਜੀ, ਇਹ ਕਾਲਕ ਜੀ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਅਸੀਂ ਪੰਜਾਬ ਨੂੰ ਜ਼ਹਿਰ ਮੁਕਤ ਵੀ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਇਸ ਵਾਸਤੇ ਜਿਹੜਾ ਹੈਗਾ ਜੀ ਕੁਦਰਤੀ ਖਾਦਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਪ੍ਰਮੋਟ ਕਰ ਰਹੇ ਹਾਂ, ਔਰਗੈਨਿਕ ਫਾਰਮਿੰਗ ਨੂੰ ਵੀ ਸੂਬੇ ਦੇ ਵਿੱਚ ਪ੍ਰਮੋਟ ਕਰ ਰਹੇ ਹਾਂ, ਔਰ ਅਸੀਂ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਜਿਹੜਾ ਸਰਵਪੱਖੀ ਕੀਟ ਪ੍ਰਬੰਧ ਆ ਜਿਹਦੇ ਬਾਰੇ ਅਸੀਂ ਕਿਸਾਨਾਂ ਦੇ ਵਿੱਚ ਅਵੇਅਰ ਕਰ ਰਹੇ ਹਾਂ ਕਿ ਇਹ ਸਾਡੇ ਮਿੱਤਰ ਕਿਹੜੇ ਨੇ, ਇਹ ਸਾਡੇ ਦੁਸ਼ਮਣ ਕਿਹੜੇ ਨੇ, ਔਰ ਉਹ ਅਸੀਂ ਦੱਸ ਕੇ ਤੇ ETL ਲੈਵਲ ਇਕਨੋਮਿਕ ਥ੍ਰੈਸ਼ ਹੋਲਡਰ ਨੂੰ ਕਹਿੰਦੇ ਹਾਂ ਕਿ ਨੀਡ ਬੇਸਡ ਜਿਹੜੀ ਪੈਸਟੀਸਾਈਡ ਕਰਨੀ ਆ, ਔਰ ਇਹਦੇ ਵਾਸਤੇ ਅਸੀਂ ਬੜੇ ਜੰਗੀ ਪੱਧਰ ਦੇ ਉੱਤੇ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਦੱਸ ਰਹੇ ਹਾਂ, ਔਰ ਇਸ ਦੇ ਨਾਲ ਨਾਲ ਹੀ ਅਸੀਂ ਜਿਹੜਾ ਤੁਸੀਂ ਤੇ ਇਹ ਗੱਲ ਕੀਤੀ ਵੀ ਖਾਦਾਂ ਤੇ ਜਿਹੜੀਆਂ ਰਸਾਇਣਿਕ ਖਾਦਾਂ ਤੇ ਜਿਹੜੀਆਂ ਜ਼ਹਿਰਾਂ ਨੂੰ ਘੱਟ ਕਰਨ ਦੀ ਗੱਲ ਕਰ ਰਹੇ ਹੋ, ਮੈਂ ਤੇ ਜਿਹੜੀ ਹੈਗੀ ਆ ਜੁਡੀਸ਼ੀਅਸ ਯੂਜ਼ ਆਫ ਇਰੀਗੇਸ਼ਨ ਜਿਹੜਾ ਉਹ ਵੀ ਕਨਸੈਪਟ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ, ਉਹਦੇ ਵਾਸਤੇ ਅਸੀਂ ਟੈਂਸ਼ਨ ਮੀਟਰ ਲਾਏ ਨੇ ਕਿ ਜਿਹੜੀਆਂ ਫਸਲਾਂ ਦੇ ਵਿੱਚ ਜਿੱਥੇ ਲੋੜ ਆ ਉਹ ਅਸੀਂ ਟੈਂਸ਼ਨ ਮੀਟਰ ਇੱਕ ਨਿੱਕਾ ਜਿਹਾ ਇੰਸਟਰੂਮੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਕੱਢਿਆ ਗਿਆ,
ਉਹ ਅਸੀਂ ਕਿਸਾਨਾਂ ਨੂੰ ਵੀ ਦਿਆਂਗੇ ਵੀ ਪਾਣੀ ਇਹ ਉਦੋਂ ਲਾਉਣਾ ਕਿ ਜਦੋਂ ਫਸਲ ਨੂੰ ਲੋੜੀਂਦਾ। ਔਰ ਇਸੇ ਤਰ੍ਹਾਂ ਹੀ ਜ਼ਹਿਰਾਂ ਉਦੋਂ ਵਰਤਣੀਆਂ ਨੇ ਜਦੋਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਹੁਣ ਸਾਡੇ ਦੁਸ਼ਮਣ ਕੀੜਿਆਂ ਦੀ ਜਿਹੜੀ ਹੈਗੀ ਆ ਉਹ ਸੰਖਿਆ ਵੱਧ ਗਈ ਹੈ, ਤਾਂ ਉਹਦੇ ਵਾਸਤੇ ਵੀ। ਔਰ ਮੈਂ ਇਹ ਤੁਹਾਨੂੰ ਦੱਸਦਿਆਂ ਖੁਸ਼ੀ ਹੋ ਗਈ ਕਿ ਕੱਲ੍ਹ ਮਾਣਯੋਗ ਮੁੱਖ ਸਕੱਤਰ ਪੰਜਾਬ ਸ਼੍ਰੀ ਰਕੇਸ਼ ਸਿੰਘ ਜੀ IAS ਐਂਡ ਵਿੱਤੀ ਕਮਿਸ਼ਨਰ ਵਿਕਾਸ ਸ਼੍ਰੀ ਸੁਰੇਸ਼ ਕੁਮਾਰ ਜੀ ਦੇ ਨਾਲ ਜਦੋਂ ਅਸੀਂ ਦੌਰਾ ਕੀਤਾ, ਅਸੀਂ ਜੰਗਲਾਤ ਵਿਭਾਗ ਦੇ ਵਿੱਚ ਅਸੀਂ ਉਹਨਾਂ ਦੀਆਂ ਨਰਸਰੀਆਂ ਵੀ ਵੇਖੀਆਂ। ਔਰ ਮੈਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਰ ਜੇਕਰ ਅਸੀਂ 1 ਏਕੜ ਦੇ ਵਿੱਚ 5 ਰੁੱਖ ਨਿੰਮਾਂ ਦੇ ਲਾ ਦਈਏ ਤਾਂ ਸਾਡੇ ਮਿੱਤਰ ਕੀੜੇ ਜਿਹੜੇ ਆ ਉਹਨਾਂ ਦੀ ਸੰਖਿਆ ਵੱਧ ਜਾਏਗੀ ਤੇ ਦੁਸ਼ਮਣ ਕੀੜਿਆਂ ਦੀ ਜਿਹੜੀ ਆ ਉਹ ਸੰਖਿਆ ਘੱਟ ਜਾਏਗੀ। ਔਰ ਉਹਨਾਂ ਨੇ ਮਾਣਯੋਗ ਮੁੱਖ ਸਕੱਤਰ ਪੰਜਾਬ ਜੀ ਨੇ ਕਿਹਾ ਕਿ ਇਹ ਬਹੁਤ ਵਧੀਆ ਆਈਡੀਆ ਹੈ ਔਰ ਤੁਸੀਂ ਇਹ ਆਪਣਾ ਇਹਦਾ ਵੀ ਇੱਕ ਸਾਨੂੰ ਪ੍ਰੋਜੈਕਟ ਦਿਓ ਤਾਂ ਜੋ ਕਿ ਸੂਬੇ ਦੇ ਕਿਸਾਨਾਂ ਨੂੰ ਅਸੀਂ ਨਿੰਮ ਦੇ ਰੁੱਖ ਜਿਹੜੇ ਹੈਗੇ ਆ ਇਹ ਅਸੀਂ ਦੇਣ ਦੀ ਵੀ ਸੋਚਦੇ ਹਾਂ। ਔਰ ਇਸ ਦੇ ਨਾਲ ਨਾਲ ਹੀ ਜਿਹੜੀਆਂ ਸਾਡੀਆਂ ਖਾਲੀ ਥਾਵਾਂ ਨੇ ਉੱਥੇ ਅਸੀਂ ਆਪਣੇ ਵਿਭਾਗ ਦੇ ਰਾਹੀਂ ਜਿਹੜੇ ਰੁੱਖ ਲਾਉਣ ਵਾਸਤੇ ਵੀ ਉਹਨਾਂ ਨੇ ਜਿਹੜਾ ਇਹ ਸਾਨੂੰ ਆਦੇਸ਼ ਦਿੱਤਾ। ਔਰ ਮੈਂ ਸਮਝਦਾ ਇੱਕ ਬਹੁਤ ਵਧੀਆ ਕਿ ਸਰਕਾਰ ਨੇ ਜਿਹੜਾ ਹੈਗਾ ਜ਼ਹਿਰ ਮੁਕਤ ਕਰਨ ਵਾਸਤੇ ਗ੍ਰੀਨ ਪੰਜਾਬ ਦਾ ਕੰਸੈਪਟ ਵੀ ਪਿਛਲੇ ਸਾਲ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਦਿੱਤਾ ਗਿਆ ਕਿ ਸੂਬੇ ਦੇ ਵਿੱਚ ਇਹਨੂੰ ਹੁਣ ਗ੍ਰੀਨ ਪੰਜਾਬ ਬਣਾਉਣਾ ਔਰ ਇਹਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਏ ਜਾਣੇ ਨੇ ਔਰ ਇਹ ਪਿਛਲੇ ਸਾਲ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਔਰ ਜਿਹੜਾ ਛੇਤੀ ਹੀ ਤੁਹਾਡੇ ਇਹ ਜਿਹੜੇ ਹੈਗੇ ਇਹਦੇ ਸਿੱਟੇ ਸਾਹਮਣੇ ਆਉਣਗੇ ਕਿਉਂਕਿ ਜਿੰਨਾ ਚਿਰ ਅਸੀਂ ਰੁੱਖ ਜਿਹੜੀ ਰੁੱਖ ਤੇ ਕੁੱਖ ਜਿਹੜੀ ਅਸੀਂ ਜਿੱਥੇ ਅਸੀਂ ਰੁੱਖ ਲਾਉਣੇ ਨੇ ਉੱਥੇ ਧੀਆਂ ਵੀ ਬਚਾਉਣੀਆਂ ਨੇ, ਇਹ ਇੱਕ ਸਾਡਾ ਨਾਰਾ ਵੀ ਹੈ ਸਾਡੇ ਸਮਾਜ ਦੇ ਵਿੱਚ ਦਿੱਤਾ ਗਿਆ। ਔਰ ਜਿੱਥੋਂ ਤੱਕ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਦੀ ਗੱਲ ਆ ਇਹਦੇ ਵਾਸਤੇ ਮਾਣਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਕਿ ਜਿਹੜੀ ਕਮੇਟੀ ਹੈ ਉਹ ਜਿਹੜੀਆਂ ਪੰਜਾਬ ਦੇ ਵਿੱਚ ਜ਼ਹਿਰਾਂ ਵਰਤੀਆਂ ਜਾਣੀਆਂ ਨੇ ਉਹ ਵਾਜਬ ਰੇਟ ਤੇ ਔਰ ਮਿਆਰੀ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਖਰੀਦ ਕਰਕੇ ਕਿਸਾਨਾਂ ਤੱਕ ਜੈਨੂਅਨ ਰੇਟ ਦੇ ਉੱਤੇ ਵਿਭਾਗ ਰਾਹੀਂ ਵੇਚਿਆ ਜਾਵੇ, ਕੋਆਪਰੇਟਿਵ ਸੁਸਾਇਟੀਆਂ ਰਾਹੀਂ ਵੇਚਿਆ ਜਾਵੇ। ਮੈਂ ਇਹ ਗੱਲ ਕਰਦਾ ਕਿ ਜਿਹੜੀ ਆਪਣੇ ਮਨ ਦੇ ਵਿੱਚ ਜਿਹੜੀ ਗੱਲ ਆ ਰਹੀ ਹੈ ਉਹ ਮਾਣਯੋਗ ਮੁੱਖ ਮੰਤਰੀ ਜੀ ਦੇ ਉਹ ਬਿਲਕੁਲ ਉਹਨੂੰ ਅਮਲੀਜਾਮਾ ਪਹਿਨਾਉਣ ਦੀ ਉਹ ਗੱਲ ਕਰ ਰਹੇ ਨੇ। ਅਸੀਂ ਤੇ ਸੋਚ ਰਹੇ ਹਾਂ, ਉਹ ਕਹਿੰਦੇ ਨਹੀਂ ਇਹ ਗੱਲ ਜਿਹੜੀ ਹੈ ਇਹਨੂੰ ਅਮਲੀਜਾਮਾ ਪਹਿਨਾਉਣਾ ਹੈ। ਮੈਂ ਸਮਝਦਾ ਕਿ ਸਾਡੇ ਅੱਛੇ ਭਾਗ ਨੇ ਕਿ ਅਸੀਂ ਇਹ ਗੱਲਾਂ ਜਿਹੜੀਆਂ ਨੇ ਇਹ ਕਿਸਾਨਾਂ ਤੱਕ ਜਿਹੜੀਆਂ ਇਹ ਲੈ ਕੇ ਜਾਣੀਆਂ ਨੇ ਤਾਂ ਜੋ ਕਿ ਅਸੀਂ ਪੰਜਾਬ ਨੂੰ ਜ਼ਹਿਰ ਮੁਕਤ ਕਰਕੇ ਅਸੀਂ ਹੁਣ ਸੂਬੇ ਵਿੱਚ ਜਿਹੜੀ ਖੇਤੀਬਾੜੀ ਕਰਨੀ ਹੈ ਉਹ ਅਸੀਂ ਕੁਆਲਿਟੀ ਦੀ ਖੇਤੀਬਾੜੀ ਕਰਨੀ ਹੈ ਤਾਂ ਜੋ ਕਿ ਸਾਡੀ ਇੱਥੋਂ ਦਾ ਜਿਹੜਾ ਮਾਲ ਤਿਆਰ ਹੋਵੇ। ਦੁਨੀਆਂ ਦੇ ਲੋਕ ਇਹ ਕਹਿਣ ਕਿ ਜੇ ਬਾਸਮਤੀ ਲੈਣੀ ਤੇ ਪੰਜਾਬ ਦੀ ਲੈਣੀ ਹੈ ਔਰ ਵੱਧ ਰੇਟ ਦੇ ਕੇ ਲੈਣੀ ਹੈ, ਜੇ ਕਣਕ ਲੈਣੀ ਤੇ ਪੰਜਾਬ ਦੀ ਲੈਣੀ ਹੈ। ਔਰ ਇਹ ਇਸ ਬਾਰੇ ਅਸੀਂ ਬੜੇ ਗੰਭੀਰਤਾ ਦੇ ਨਾਲ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਇਹ ਹੌਲੀ ਹੌਲੀ ਕਰਕੇ ਅਸੀਂ ਆਪਣੇ ਜਿੰਨੇ ਵੀ ਇਹ ਪਹਿਲਾਂ ਜਿਹੜੀ ਇਰੈਸ਼ਨਲ ਯੂਜ਼ ਆਫ ਪੈਸਟੀਸਾਈਡ ਹੋਈ ਹੈ ਜਾਂ ਫਰਟੀਲਾਈਜ਼ਰ ਹੋਈ ਹੈ ਇਹਨਾਂ ਨੂੰ ਅਸੀਂ ਘੱਟ ਕਰਕੇ ਔਰ ਬਿਲਕੁਲ ਜ਼ੀਰੋ ਲੈਵਲ ਤੇ ਲਿਆ ਕੇ। ਔਰ ਇਹਦੇ ਵਾਸਤੇ ਮੈਂ ਜਿਹੜੇ ਇੱਥੇ ਸਵੈ ਸੇਵੀ ਜਥੇਬੰਦੀਆਂ ਨੇ ਜਿਹੜੀ ਜੈਵਿਕ ਖੇਤੀ ਦੇ ਲੋਕ ਨੇ ਉਹਨਾਂ ਨੂੰ ਅਸੀਂ ਆਤਮਾ ਕਿਸਾਨ ਹੱਥ ਦੇ ਨਾਲ ਜੋੜ ਦਿੱਤਾ ਗਿਆ, ਜਿੱਥੇ ਜਿਹੜੀ ਕਣਕ ਆਮ ਜਿਹੜੀ ਸਾਡੀ 12-13 ਰੁਪਏ ਕਿਲੋ ਵਿਕਦੀ ਹੈ ਉੱਥੇ ਉਹ 25-30 ਰੁਪਏ ਡਬਲ ਰੇਟ ਮਿਲ ਰਿਹਾ, ਔਰ ਜਿਹੜੀ ਸਬਜ਼ੀ ਜਿਹੜੀ ਉਹ 10 ਰੁਪਏ ਕਿਲੋ ਵਾਲੀ ਹੈ ਉਹਦੇ 20 ਰੁਪਏ ਮਿਲ ਰਹੇ ਨੇ, 25 ਰੁਪਏ ਕਿਲੋ ਮਿਲ ਰਹੇ ਨੇ, ਕਿਉਂਕਿ ਅੱਜ ਸਾਡਾ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਇਹ ਹੈਲਥ ਕੌਨਸ਼ੀਅਸ ਹੋ ਗਏ ਨੇ। ਉਹਨਾਂ ਨੂੰ ਪਤਾ ਕਿ ਜਿਹੜੀਆਂ ਜ਼ਹਿਰੀਲੇ ਜਿਹਨਾਂ ਵਿੱਚ ਅੰਸ਼ ਆਉਣਗੇ ਜਾਂ ਅਸੀਂ ਕੋਈ ਚੀਜ਼ ਐਕਸਪੋਰਟ ਕਰਾਂਗੇ ਸਾਡੇ ਕਿਸਾਨਾਂ ਦੇ ਵਿੱਚ ਅਵੇਅਰਨੈਸ ਹੈ ਕਿ ਉਹ ਸਾਡਾ ਸਾਨੂੰ ਭਾਅ ਨਹੀਂ ਮਿਲੇਗਾ।
ਸੋ ਅੱਜ ਅਸੀਂ ਉਹਨਾਂ ਜ਼ਹਿਰਾਂ ਦੇ ਉੱਤੇ ਪੂਰਾ ਜਿਹੜੀ ਲਗਾਮ ਕੱਸੀ ਹੋਈ ਹੈ ਕਿ ਕੋਈ ਵੀ ਜਿਹੜੀ ਇਹੋ ਜਿਹੀ ਜ਼ਹਿਰ ਸੂਬੇ ਦੇ ਵਿੱਚ ਨਾ ਵਿਕਣ ਦਿੱਤੀ ਜਾਵੇ ਔਰ ਕੁਆਲਿਟੀ ਦੇ ਜਿਹੜੇ ਪ੍ਰੋਡਕਟ ਜਿਹੜੇ ਆ ਉਹ ਸੂਬੇ ਦੇ ਵਿੱਚ ਕਿਸਾਨਾਂ ਨੂੰ ਦਿੱਤੇ ਜਾਣ। ਔਰ ਇਹਦੇ ਵਾਸਤੇ ਅਸੀਂ ਬਿਲਕੁਲ ਰੈਡ ਅਲਰਟ ਕੀਤਾ ਹੋਇਆ ਪੰਜਾਬ ਦੇ ਵਿੱਚ, ਸਾਡੀਆਂ ਫਲਾਇੰਗ ਸਕੈਡ ਦੀਆਂ ਟੀਮਾਂ ਜਿਹੜੀਆਂ ਨੇ ਉਹ ਸੈਂਪਲ ਲੈ ਰਹੀਆਂ ਨੇ। ਔਰ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਨੀਮ ਬੇਸਡ ਜਿਹੜੀਆਂ ਹੈਗੀਆਂ ਨੇ ਪੈਸਟੀਸਾਈਡ ਜਾਂ ਬਾਇਓ ਫਰਟੀਲਾਈਜ਼ਰ ਆ ਉਹਨੂੰ ਵੀ ਅਸੀਂ ਇਹ ਪ੍ਰਮੋਟ ਕਰ ਰਹੇ ਹਾਂ ਯੂਨੀਵਰਸਿਟੀ ਵੱਲੋਂ, ਮਤਲਬ ਕਿ ਕਹਿ ਰਹੇ ਹਾਂ ਕਿ ਇਹਨਾਂ ਨੂੰ ਟੈਸਟ ਕਰਕੇ ਸਾਨੂੰ ਦੱਸਿਆ ਜਾਵੇ ਤਾਂ ਜੋ ਕਿ ਕਿਸਾਨਾਂ ਨੂੰ ਮਿਆਰੀ ਜਿਹੜੀਆਂ ਜਿਹੜੀਆਂ ਫਸਲਾਂ ਉਗਾਉਣ ਵਾਸਤੇ ਅੱਗੇ ਲਿਆਂਦਾ ਜਾਵੇ, ਤਾਂ ਜੋ ਕਿ ਅਸੀਂ ਆਪਣੀ ਪੰਜਾਬ ਦੇ ਜਿਹੜੇ ਪ੍ਰੋਡਕਟਸ ਨੇ ਜਾਂ ਇੱਥੋਂ ਦਾ ਉਤਪਾਦਨ ਹੈ ਦੁਨੀਆਂ ਦੇ ਵਿੱਚ ਇਹ ਮੰਨਿਆ ਜਾਵੇ ਕਿ ਜਿਹੜੀ ਚੀਜ਼ ਲੈਣੀ ਹੈ ਪੰਜਾਬ ਤੋਂ ਲੈਣੀ ਹੈ। ਕਿਆ ਬਾਤ ਹੈ ਜੀ। ਸੋ ਦੋਸਤੋ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੁਲਾਕਾਤ ਵਿੱਚ, ਅੱਜ ਸਾਡੇ ਨਾਲ ਜੁੜੇ ਸੀ ਡਾਕਟਰ ਮੰਗਲ ਸਿੰਘ ਸੰਧੂ ਜੀ, ਡਾਇਰੈਕਟਰ ਖੇਤੀਬਾੜੀ ਵਿਭਾਗ। ਸੋ ਡਾਕਟਰ ਸਾਹਿਬ, ਮੈਂ ਆਪ ਸਭ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਹਾਂ, ਸਪੈਸ਼ਲੀ ਤੌਰ ਤੇ ਮੈਡਮ ਸੁਨੀਤਾ ਰਾਣੀ ਬਰਨਾਲਾ ਜੀ ਦਾ, ਜਿਨ੍ਹਾਂ ਦੇ ਰਾਹੀਂ ਸਾਡਾ ਆਪ ਜੀ ਨਾਲ ਸੰਪਰਕ ਹੋ ਸਕਿਆ। ਸੋ ਦੋਸਤੋ, ਤੁਸੀਂ ਡਾਕਟਰ ਸਾਹਿਬ ਨਾਲ ਅੱਜ ਜੁੜੇ, ਸੋ ਡਾਕਟਰ ਸਾਹਿਬ ਨੇ ਆਪਾਂ ਨੂੰ ਪੰਜਾਬ ਦੇ ਵਿੱਚ ਚੱਲ ਰਹੀ ਖੇਤੀ ਵਿਭਿੰਨਤਾ ਬਾਰੇ ਜਾਣਕਾਰੀ ਦਿੱਤੀ, ਜੋ ਕਿ ਬਹੁਤ ਹੀ ਅਰਥ ਭਰਪੂਰ ਸੀ, ਜਿਸ ਤੋਂ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਆਈ ਥਿੰਕ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਡਾਕਟਰ ਸਾਹਿਬ, ਵਾਂਸ ਅਗੇਨ ਮੈਂ ਆਪ ਜੀ ਨੂੰ ਬਹੁਤ ਬਹੁਤ ਥੈਂਕਸ ਕਰਦਾ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਰੇਡੀਓ ਸਿਟੀ 24 ਤੇ ਆਏ ਤੇ ਸਾਡੇ ਲਿਸਨਰਸ ਨੂੰ ਪੰਜਾਬ ਦੇ ਵਿੱਚ ਚੱਲ ਰਹੀ ਖੇਤੀ ਵਿਭਿੰਨਤਾ ਬਾਰੇ ਜਾਣਕਾਰੀ ਦਿੱਤੀ। ਥੈਂਕ ਯੂ ਕਾਰਿਕਾਲ ਜੀ, ਤੁਹਾਡੇ ਸਾਰੇ ਗਰੁੱਪ ਨੂੰ, ਤੁਹਾਡੇ ਰੇਡੀਓ ਸਿਟੀ ਵਾਲੇ ਜਿੰਨੇ ਵੀ ਆਰਗੇਨਾਈਜ਼ਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਰ। ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ।